ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕਮ ਆਦਾਬ ਅਰਜ਼ ਮਹਾ ਤੁਹਾਡੀ ਹੋਸਟ ਨਿਰਮਲ ਕੋਰਟ ਮੈਂ ਟੀਵੀ ਫੋਰ ਦੇ ਸਰਦਸ਼ਕਾਂ ਤੇ ਸਰੋਤਿਆਂ ਜੀ ਆਇਆਂ ਕਹਿੰਦੀ ਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਸ ਅੰਦਰ ਦੇਸਾਂ ਚੋਂ ਚਾਲਕ ਟੌਪ ਟੌਪ ਜੀ ਸਿੰਘ ਜੀ ਸਨ ਜਰਾ ਸਟੂਡਿਓਜ ਮੈਂ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਸ਼ੂਸ਼ਪੁਰ ਉਹਨਾਂ ਤੋਂ ਉਹਨਾਂ ਦਾ ਤਜ਼ਰੀਆ ਜਾਣਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हां जी ਨਿਲਗੋ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ ਟੀਫੋਰ ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾ ਭਰਾਵਾਂ ਨੂੰ ਅਸਲਾਮੁਅਲੈਕਮ ਤੇ ਗੰਗਾ ਜਮਨੀ ਤੇਹਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮਾ ਜੀ ਡਾਕਟਰ ਸਾਹਿਬ ਜੀ ਇਹਨੂੰ ਪ੍ਰੋਗਰਾਮ ਸੱਚੋ ਸੱਚ ਵੈਟਰ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 2 ਫਰਵਰੀ 2024 21 ਮਾਰਗ ਨਾਨਕਸ਼ਹੀ ਸਮਤਪਨ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਦੇ ਪਹਿਲਾਂ ਸੇ ਪਰ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੋਂ ਅੰਦਾਸੀ ਈ ਵਿਅਰਸ ਜੇ ਤੁਸੀਂ ਹਾਕ ਸੱਚ ਇਨਸਾਫ ਤੇ ਪੈਰਾ ਦੇਂਦਾ ਇਕੂ ਇਕ ਚੈਨਲ ਟੀਵੀ ਈ 4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟ੍ਰਮ ਕੇਬਲ ਆਰਸ਼ਿਨ ਕੇਬਲ ਬਲਪਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ ਈ 4 ਦੀ ਐਪ ਰਾਹੀਂ ਔਨਲਾਈਨ ਸਟ੍ਰੀਮਿੰਗ viewers sir je tu TV 24 ਨਾ ਦੇ ਪ੍ਰੋਗਰਾਮ ਸੱਚੋ ਸਾਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਸ਼ੁਰੂਆਤ ਵੱਦ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ ਇਹ ਵੀ ਦੱਸ ਦੇ ਕਿ ਤੁਸੀਂ TV 24 ਦੀ ਐਪ ਨੂੰ Android and App Store ਤੇ ਡਾਊਨਲੋਡ ਕਰਕੇ ਜੋ TV 24 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 hours ਦੇਖ ਸਕਦੇ ਹੋ so viewers oh program ਦੀ ਸ਼ੁਰੂਆਤ ਕਰਨ ਜਾ ਰਹੇ ਆ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਆ ਔਰ ਆਸਤੇ ਦੁਆ ਕਰਾਂਗੇ ਰੱਬ ਜੀ ਅੱਗੇ ਕਿ ਤੁਹਾਡਾ ਜਿਹੜਾ ਵੀਕ ਹੈ ਨਾ ਬਹੁਤ ਹੀ ਵਧੀਆ ਗੁਜ਼ਰੇ ਸੋ ਵੀਵਰਸ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਿਹਾ ਹਮੇਸ਼ਾ ਇਤਰਾ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਸੁਰਿੰਦਰ ਸਿੰਘ ਜੁਰਾਵਲੂ ਸੋ ਇਹਨਾਂ ਦਾ ਇਹ ਸੁਣਿਆ ਆਪਣੀ ਸਿੱਖ ਕੌਮ ਲਈ ਕਿ ਜਿਹੜੇ ਤੁਹਾਡੇ ਬੱਚੇ ਨੇ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਗੁਰਮਤਵਾਲ ਜਿਆਦਾ ਤੋਂ ਜਿਆਦਾ ਜੋੜਿਆ ਜਾਵੇ ਜਿਹੜਾ ਸਿੱਖ ਇਤਿਹਾਸ ਹੈ ਉਸ ਵੱਲ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਔਰ ਉਹਨਾਂ ਦੀ ਕਲਾਸਿਸ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਰਲਡ ਵਾਈਡ ਜਿਹੜੀਆਂ ਕਲਾਸਿਸ ਨੇ ਉਹ ਗੁਰੂ ਘਰਾਂ ਦੇ ਵਿੱਚ ਲੱਗਦੀਆਂ ਨੇ ਸੈਟਰਡੇ ਸੰਡੇ ਸੋ ਉੱਥੇ ਉਹਨਾਂ ਦੇ ਜਿਹੜੇ ਐਡਮਿਸ਼ਨ ਨੇ ਉਹ ਕਰਵਾਏ ਜਾਣ ਸੋ ਵਾਦ ਤੋਂ ਵਾਦ ਉਹ ਜਿਹੜੀ ਪੰਜਾਬੀ ਮਾਂ ਬੋਲੀ ਦੀ ਵੀ ਜਾਣਕਾਰੀ ਲੈ ਸਕਣ ਤੇ ਗੁਰਮਤ ਨਾਲ ਔਰ ਇਤਿਹਾਸ ਨਾਲ ਵੀ ਆਪਣੇ ਸਿੱਖ ਦੇਣਾ ਇਤਿਹਾਸ ਇਤਿਹਾਸ ਹੈ ਉਸ ਨਾਲ ਵਾਦ-ਤਵਾਦ ਜੋੜ ਸਕਣ। ਸਵਾਦੀ ਸਪਾਂਸਰਸ਼ਿਪ ਲਈ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸਾਚ ਨੂੰ ਵਾਦ-ਤਵਾਦ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ ਵਟਸਐਪ ਕਰ ਸਕਦੇ ਤੁਸੀਂ ਇਮੇਲ ਵੀ ਕਰ ਸਕਦੇ info@tv4.tv ਤੇ। ਸੋ ਵੀਅਰਸ ਪਲੇਸਟਾਕਮ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਆ ਅੱਜ ਦੇ ਜਿਹੜਾ ਚਾਰ ਫਰਮੂਲ ਜਿਹੜਾ ਇਤਿਹਾਸਕ ਦਿਨ ਹੈ ਉਸ ਬਾਰੇ ਔਰ ਇਸ ਵਿੱਚ ਜਿਸ ਤਰ੍ਹਾਂ ਕਿ ਕੈਲੀਫੋਰਨੀਆ ਦੇ ਸ਼ਹਿਰ ਅਲਕ ਗੌਰਵ ਦੀ ਗੌਰਵ ਦੀ ਮੇਰ ਨੇਚਾਰ ਫਰਵਰੀ 2024 ਦਾ ਦਿਨ ਜਿਹੜਾ ਸਾਕਾ ਨਕੋਦਰ ਡੇ ਵਜੂ ਜੜਾ ਐਲਾਨਿਆ ਔਰ ਯਾਦ ਰਹੇ ਲਗਭਗ 38 ਸਾਲ ਪਹਿਲਾਂ 4 ਫਰਵਰੀ 1986 ਨੂੰ ਜ਼ਿਲ੍ਹਾ ਨਕੋ ਜ਼ਿਲ੍ਹਾ ਜਲੰਧਰ ਦੇ ਨਕੋਦਰ ਸ਼ਹਿਰ ਵਿੱਚ ਚਾਰ ਸਿੱਖ ਨੌਜਵਾਨਾਂ ਨੂੰ ਸੁਰੱਖਿਆ ਦਿੱਤਿਆਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਅਗਨ ਭੇਟ ਕੀਤੀਆਂ ਗਿਆ ਬੀੜਾਂ ਦੇ ਪ੍ਰੋਟੈਸਟ ਵਿੱਚ ਮਾਰਚ ਕੱਢ ਰਹੇ ਸਨ ਸੋ ਇਹ ਚਾਰ ਗੁਰਸਿੱਖ ਸਨ ਭਾਈ ਰਵਿੰਦਰ ਸਿੰਘ ਭਾਈ ਬਲਦੀਰ ਸਿੰਘ ਭਾਈ ਚਲਮਤ ਸਿੰਘ ਅਤੇ ਭਾਈ ਹਰਮਿੰਦਰ ਸਿੰਘ ਸੋ 38 ਸਾਲ ਬੀਤਣ ਬਾਅਦ ਵੀ ਅਜੇ ਤੱਕ ਇਨਸਾਫ ਨਹੀਂ ਦਿੱਤਾ ਗਿਆ ਔਰ ਭਾਈ ਰਵਿੰਦਰ ਸਿੰਘ ਜੀ ਦੇ ਪਿਤਾ ਸਰਦਾਰ ਬਲਦੇਵ ਸਿੰਘ ਜੀ ਨੇ ਇਸ ਸਬੰਧੀ ਹੁਣ ਪੰਜਵੀਂ ਵਾਰ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਔਰ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਇਹਨਾਂ ਚਾਰ ਅ ਅ ਜਿਹੜੇ ਸ਼ਹੀਦ ਨੇ ਆਪਣੇ ਗੁਰਸਿੱਖ ਸਾਖਾ ਨਕੋਦਰ ਲਈ ਉਹਨਾਂ ਨੂੰ ਆਪਾਂ ਸਮਰਪਿਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਸਬ ਕੀ ਕਹਿਣਾ ਚਾਹੋਗੇ ਅ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪான்ਸਰ ਕਰਨ ਲਈ ਅਸੀਂ ਵੀਰ सुरेंद्र ਸਿੰਘ ਵਰਜੀਨੀਆ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਜੀ ਇਹ ਸਾਡੇ ਬੜੇ ਹੀ ਪਿਆਰੇ ਵੀਰ ਸਾਥੀ ਸਹਿਯੋਗੀ ਨੇ 90ਆਂ ਦੇ ਵਿੱਚ ਇਹਨਾਂ ਦੇ ਨਾਲ ਮੁਲਾਕਾਤ ਹੋਈ ਅੰਗਦ ਟ੍ਰੈਵਲਸ ਦੇ ਥੱਲੇ ਟ੍ਰੈਵਲ ਏਜੰਸੀ ਸੀ ਜੀ ਔਰ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਗੁਰਮਤ ਨੂੰ ਆਪਣੇ ਜੀਵਨ ਦੇ ਵਿੱਚ ਵਸਾਇਆ ਔਰ ਉੱਥੇ ਇੱਕ ਆਦਰਸ਼ ਗੁਰਸੇਖਵਾੰਗ ਅੱਗੇ ਵਧ ਕੇ ਨੌਜਵਾਨ ਪੀੜੀ ਨੂੰ ਸੰਭਾਲਣ ਦੇ ਲਈ ਜਿਹੜੇ ਇਹਨਾਂ ਦੇ ਯਤਨ ਨੇ ਉਦਮ ਨੇ ਬਹੁਤ ਖੂਬਸੂਰਤ ਕੀਰਤਨ ਕਰਦੈ ਨੇ ਲੇਕਿਨ ਇਹਨਾਂ ਦਾ ਫੋਕਸ ਇਹ ਹੈ ਔਰ ਅੱਜ ਵੀ ਜਦੋਂ ਮੇਰੀ ਉਹਨਾਂ ਨਾਲ ਗੱਲ ਹੋ ਰਹੀ ਸੀ ਕਿ ਜਦੋਂ ਕੋਈ ਕੌਮ ਇਨ ਦਾ ਸਟੇਟ ਆਫ ਵਾਰ ਹੁੰਦੀ ਹੈ ਹੂੰ ਤੇ ਦੁਸ਼ਮਨ ਜਿਹੜਾ ਉਹ ਤੁਹਾਡੀਆਂ ਇੰਸਟੀਚੂਸ਼ਨਸ ਨੂੰ ਡਿਸਟਰੋਏ ਕਰਦਾ ਹੈ ਤੁਹਾਡੇ ਸੋਰਸਸ ਆਫ ਇਨਫੋਰਮੇਸ਼ਨ ਨੂੰ ਡਿਸਟਰੋਏ ਕਰਦਾ ਹੈ ਹਿਸਟਰੀ ਕਲਚਰ ਉਹ ਅਸੀਂ ਅਕਸਰ ਮੈਂ ਜਦੋਂ ਉਹ ਫ੍ਰੀਲੈਂਸਰ ਮੀਰਾਨ ਕੁੰਦਰਾ ਦਾ ਇੱਕ ਔਰਦਾਂਦਾ ਬਹੁਤ ਵਾਰ ਮੈਂ ਉਹਨੂੰ ਰਿਪੀਟ ਵੀ ਕਰਦਾ ਕਿ ਆਪਣੇ ਲੋਕਾਂ ਨੂੰ ਇਹ ਸਮਝ ਆਏ ਕਿ ਇਹ ਮੈਜ਼ ਇੱਕ ਜੋ ਅਸੀਂ ਖਾਲਸਤਾਨ ਦੀ ਲੜਾਈ ਲੜ ਰਹੇ ਹਾਂ ਮੈਜ਼ ਕੁਝ ਜ਼ਿਲ੍ਹਿਆਂ ਦੇ ਐਡਮਿਨਿਸਟ੍ਰੇਸ਼ਨ ਦਾ ਰੋਲਾ ਨਹੀਂ ਹੈ ਜਾਂ ਕੋਈ ਮੈਜ਼ ਇੱਕ ਰਾਸ਼ਟਰੀ ਦੀ ਪੁਕਚੋਏ ਪੈਦਾ ਹੋਇਆ ਜਿਹੜਾ ਇਹ ਸਾਰਾ ਮਸਲਾ ਨਹੀਂ ਹੈ ਇਹ ਤੁਹਾਡੀ ਹੋਂਦ ਦਾ ਮਸਲਾ ਹੈ ਔਰ ਹੋਂਦ ਦੀ ਜਦੋਂ ਅਸੀਂ ਗੱਲ ਕਰਦੇ ਆਂ ਤਾਂ ਫੇਰ ਇੱਕ ਪਾਸੇ ਦੁਸ਼ਮਣ ਉਹ ਹੈ ਜਿਨੇ ਤੁਹਾਡੇ ਤੇ ਟੋਟਲ ਵਾਰ ਵਿੱਢੀ ਹੋਈ ਹੈ ਟੋਟਲ ਵਾਰ ਕੰਪਲੀਟ ਜੈਨੋਸਾਈਡ ਹੁੰਦਾ ਹੈ ਹਰ ਐਂਗਲ ਤੋਂ ਬਹੁਤ ਵਾਰ ਹੁਣ ਚਿਰੋ ਨਸਲਕੁਸ਼ੀ ਲਫ਼ਜ਼ ਕਾਫੀ ਕਾਮਨ ਹੋ ਗਿਆ ਹੈ ਪਰ ਉਹ ਬਹੁਤੀ ਵਾਰੀ ਮਾਰ ਮਰਾਈਆ ਨੂੰ ਹੀ ਸਮਝਦੇ ਨੇ ਕਿ ਜੇ ਇਹ ਬੰਦੇ ਮਾਰ ਨਹੀਂ ਰੇ ਸਿੱਧੇ ਤੌਰ ਤੇ ਸਰਕਾਰ ਨਹੀਂ ਮਾਰ ਰਹੀ ਤਾਂ ਇਹਦਾ ਮਤਲਬ ਸਭਾ ਮਾਨਾ ਨਹੀਂ ਨਹੀਂ ਇੱਕ ਇਸ ਕਿਸਮ ਦਾ ਔਰ ਮਿਲਾਨ ਕੁੰਦਰਾ ਦੇ ਇਹ ਲਫ਼ਜ਼ ਨੇ ਕਿ ਦਾ ਫਸਟ ਸਟੈਪ ਟੁਵਰਡਸ ਲਿਕੁਇਡੇਸ਼ਨ ਆਫ ਅ ਪੀਪਲ ਇਜ਼ ਟੂ ਡਿਸਟਰੋਏ ਇਟਸ ਬੁੱਕਸ ਇਟਸ ਕਲਚਰ ਇਟਸ ਹਿਸਟਰੀ ਦੈਨ ਹੈਵ ਸਮਬਡੀ ਟੂ ਰਾਈਟ ਨਿਊ ਬੁੱਕਸ ਇਨਵੈਂਟ ਨਿਊ ਕਲਚਰ ਕ੍ਰੀਏਟ ਨਿਊ ਹਿਸਟਰੀ ਬਿਫੋਰ ਲੌਂਗ ਦੋਸ ਪੀਪਲ ਵਿਲ ਫਰਗੇਟ ਦੈਟ ਵਾਟ ਦੇ ਵਰ ਐਂਡ ਵਾਟ ਦੇ ਆਰ the struggle against establishment is struggle of memory against forgetting hm ye jehda pehla step hunda hai jadon bhi koi dominant culture ya dominant civilization ya dominant race jenu khatam karna chahundi hai oh us di saqafat nu oh di culture nu us diyan kitabaan nu us de itihas nu khatam karde hm ਫੇਰ ਉਹ ਆਪਣੇ ਉਸ ਸਿਸਟਮ ਚੋਂ ਉਸ ਕਿਸਮ ਦੇ ਜਾਲੀ ਜੇ ਹਿਸਟੋਰੀਅਨ ਖੜੇ ਕਰਦੀ ਹੈ ਜਿਸ ਕਿਸਮ ਦਾ ਅਸੀਂ ਜਦੋਂ ਕੱਲ ਉਸ ਕਰਨਲ ਹਰਸਿਮਰਨ ਨਾਮ ਦੇ ਬੰਦੇ ਬਾਰੇ ਜਿਹਨੇ ਪਾਉ ਵਿੰਡ ਚੋਂ ਜਿਹੜਾ ਇਸ ਕਿਸਮ ਦਾ ਇਹ ਕਰਤੂਤ ਕੀਤੀ ਔਰ ਉਸ ਦੀ ਸਜ਼ਾ ਵੀ ਪਾਈ ਤੇ ਇਹ ਤੁਸੀਂ ਦੇਖੋਗੇ ਕਿ ਇਹ ਪੈਟਰਨ ਕੋ ਸਾਨੂੰ ਨਜ਼ਰ ਆ ਰਿਹਾ ਵੀ ਕਿਵੇਂ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਕਿਸ ਕਿਸਮ ਦੀ ਇੱਕ ਕਿਤਾਬ ਲਖਵਾਈ ਗਈ ਉਹਨੂੰ ਕਿਵੇਂ ਪ੍ਰਮੋਟ ਕੀਤਾ ਗਿਆ ਔਰ ਇਹ ਤਾਂ ਉਹਨਾਂ ਨੇ ਯੂਨੀਵਰਸਿਟੀਆਂ ਦਾ ਸਕੂਲਸ ਦਾ ਕਾਲਜੇਸ ਦਾ ਸਾਰਾ ਸਿਲੇਬਸ ਹੀ ਕਾਬੂ ਕੀਤਾ ਹੈ ਇਹ ਹੈ ਕਿ ਵੀ ਤੁਸੀਂ ਜਿਹੜੀ ਸੀਨਾ ਬਸੀਨਾ ਹਿਸਟਰੀ ਹੈ ਜਿਹਦੇ ਚੋਂ ਪ੍ਰਾਈਡ ਲੈਂਦੇ ਨੇ ਉਸ ਰੇਸ ਦੇ ਉਸ ਕੌਮ ਦੇ ਲੋਕ ਉਹਦੇ ਵਿੱਚ ਪਹਿਲਾਂ ਸ਼ੱਕ ਪੈਦਾ ਕਰੋ ਫਿਰ ਹੌਲੀ ਹੌਲੀ ਉਹਦੇ ਵਿੱਚ ਧੁੰਦਲਾਪਨ ਆਏਗਾ ਫਿਰ ਆਪਣਾ ਵਰਜਨ ਥਰੋ ਕਰੋ ਔਰ ਉਹਨੂੰ ਜਿਹੜਾ ਹੈ ਉਹ ਐਕਸੈਪਟ ਕਰ ਲਿਆ ਜਾਏਗਾ ਔਰ ਇਸੇ ਤਰ੍ਹਾਂ ਨਵਾਂ ਕਲਚਰ ਸਿਰਜਣਾ ਹੁਣ ਆ ਤੁਸੀਂ ਜੋ ਪ੍ਰਾਣ ਪ੍ਰਤੀਸ਼ਠਾ ਦੇ ਨਾਂ ਥੱਲੇ ਹਿੰਦੂ ਤਵੀਆਂ ਦਾ ਜੋ ਕੁਝ ਤੁਸੀਂ ਦੇਖ ਰਹੇ ਹੋ ਔਰ ਤੁਸੀਂ ਉਸ ਦਾ ਇੰਪੈਕਟ ਕਿਵੇਂ ਫੋਰਸ ਕੀਤਾ ਜਾ ਰਿਹਾ ਹੈ ਦੁਨੀਆਂ ਘਟ ਗਿਣਤੀਆਂ ਨੂੰ ਮੁਸਲਮਾਨਾਂ ਨੂੰ ਸਿੱਖਾਂ ਨੂੰ ਇਸਾਈਆਂ ਨੂੰ ਕਿ ਉਸ ਲੈਵਲ ਦਾ ਪੈਟਰਨ ਜਿਹੜਾ ਹੈ ਉਹ ਵੀ ਅਡਾਪਟ ਕਰਨ ਉਹ ਵੀ ਝੰਡੇ ਜਿਹੜੇ ਨੇ ਜੈ ਸ਼੍ਰੀ ਰਾਮ ਦੇ ਲਾਹਣ ਮੂਰਤੀਆਂ ਰੱਖਣ ਆਪਣੀਆਂ ਦੁਕਾਨਾਂ ਬਿਜ਼ਨੈਸਿਸ ਚ ਜਗਰਾਤਿਆਂ ਦਾ ਕੰਮ ਤਾਂ ਆਮ ਵਰਗਾ ਹੋ ਗਿਆ ਸੋ ਇਹ ਅਲਟੀਮੇਟਲੀ ਡੋਮੀਨੇਟ ਕਲਚਰ ਕਰਦੇ ਨੇ ਔਰ ਮਿਲਾਨ ਕੁੰਦਰਾ ਕੋਈ ਉਹਨੇ ਸਿੱਖਾਂ ਦਾ ਹਾਲ ਨਹੀਂ ਸੀ ਦੇਖਿਆ ਹੋਇਆ ਉਹਨੇ ਬਾਕੀ ਥਾਵਾਂ ਤੇ ਦੇਖਿਆ ਸੀ ਕਿ ਕਿਵੇਂ ਉਹ ਅਬੋਰੀਜਨਲਸ ਹੋਣ ਮੌਰੀਜ਼ ਹੋਣ ਨੇਟਿਵ ਅਮਰੀਕਨਸ ਹੋਣ ਜਾਂ ਸਾਊਥ ਅਮਰੀਕਾ ਦੀਆਂ ਕਿੰਨੀਆਂ ਸਟਰਗਲਸ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਵੀ ਡੋਮੀਨੇਟ ਕਰਦਾ ਹੁਣ ਅੱਜ ਅਸੀਂ ਜਿਹੜੇ ਹਿਸਪੈਨਿਕ ਨੇ ਉਹਨਾਂ ਨੂੰ ਸਪੈਨਿਸ਼ ਕਹਿੰਦੇ ਹੁਣ ਕਿੱਥੇ ਸਪੇਨ ਯੂਰਪ ਚ ਹੈ ਕਿੱਥੇ ਇਹ ਸਾਊਥ ਅਮਰੀਕਾ ਕੰਟੀਨੈਂਟ ਹੈ ਇਨਾਂ ਦਾ ਕੀ ਤਾਲੁਕ ਹੈ ਉਹਨਾਂ ਦੀ ਜ਼ੁਬਾਨ ਕਿਵੇਂ ਸਪੈਨਿਸ਼ ਹੋ ਗਈ ਕਿਉਂਕਿ ਜਦੋਂ ਇਹਨਾਂ ਨੇ ਕਬਜ਼ੇ ਕੀਤੇ ਔਰ ਸਪੇਨ ਔਰ ਪੁਰਤਗਾਲ ਜਿਨ੍ਹਾਂ ਦਾ ਆਪਸੀ ਇਹ ਚੱਲ ਰਿਹਾ ਸੀ ਔਰ ਸਾਊਥ ਅਮਰੀਕਾ ਕੋਪ ਨੇ ਸਮਝੌਤਾ ਕਰਾ ਕੇ ਇਹਨਾਂ ਦੇ ਹਵਾਲੇ ਕੀਤੇ ਇਹਨਾਂ ਦੀ ਰੇਸ ਬਦਲ ਕੇ ਰੱਖ ਦੁੱਤੀ ਇਹਨਾਂ ਦੀਆਂ ਆਪਣੀਆਂ ਬੋਲੀਆਂ ਨੇ ਲੇਕਿਨ ਤੁਸੀਂ ਇਹ ਦੇਖੋਗੇ ਕਿ ਲੋਕਾਂ ਦਾ ਨਾਂ ਹੀ ਜਿਹੜਾ ਉਹ ਸਪੈਨਿਸ਼ ਹੈ ਜੀ ਜ਼ੁਬਾਨ ਵੀ ਉਹਨਾਂ ਦੀ ਉਹੀ ਸਪੈਨਿਸ਼ ਬਣਾਈ ਹੋਈ ਹੈ ਉਹ ਇੱਥੇ ਆ ਕੇ ਮੰਗ ਕਰਦੇ ਨੇ ਜਦੋਂ ਕਿਤੇ ਹੋਏ ਜੀ ਕਿ ਅੰਗਰੇਜ਼ੀ ਦੇ ਨਾਲ ਸਪੈਨਿਸ਼ ਚ ਲਿਖਿਆ ਜਾਏ ਨਾ ਅੰਗਰੇਜ਼ੀ ਉਹਨਾਂ ਦੀ ਹੈ ਨਾ ਸਪੈਨਿਸ਼ ਉਹਨਾਂ ਦੀ ਹੈ ਸੋ ਇਹ ਆ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਸੱਭਿਆਚਾਰ ਨੂੰ ਉਹਨਾਂ ਦੀ ਬੋਲੀ ਨੂੰ ਉਹਨਾਂ ਦੇ ਇਤਿਹਾਸ ਨੂੰ ਡਿਸਟਰੋਏ ਕਰਦੇ ਹੋ ਜਾਂ ਉਸ ਨੂੰ ਨੀਵਾਂ ਦਿਖਾਉਂਦੇ ਹੋ ਇਨਫਰਟੀ ਕੰਪਲੈਕਸ ਜਿਵੇਂ ਕਾਰਲ ਸਿੰਘ ਪੰਜਾਬੀ ਡੇ ਦੀ ਗੱਲ ਕੀਤੀ ਸੀ ਕਿ ਵੀ ਮਨਥ ਆਫ ਫੈਬਰੂਰੀ ਨੂੰ ਲੀਨੋਇਸ ਦੇ ਗਵਰਨਰ ਨੇ ਐਜ਼ ਅ ਪੰਜਾਬੀ ਮੰਥ ਜਿਹੜਾ ਮਦਰ ਲੈਂਗੁਏਜ ਪੰਜਾਬੀ ਦੇ ਨਾਂ ਨੂੰ ਐਟਰੀਬਿਊਟ ਕੀਤਾ ਹੈ ਮਨਥ ਆਫ ਫੈਬਰੂਰੀ ਤੇ ਅਸੀਂ ਇਹ ਕਿਹਾ ਸੀ ਔਰ ਮੈਂ ਨਹੀਂ ਕਹਿੰਦਾ ਸਾਡੇ ਵੀਕਰਾਂ 'ਚ ਇੱਕ ਰੁਝਾਨ ਪੰਜਾਬੀ ਨੂੰ ਜਿਸ ਕਿਸਮ ਦਾ ਇੱਕ ਜਿਹੜਾ ਉਹ ਹਿਕਾਰਤ ਨਾਲ ਦੇਖਿਆ ਜਾਂਦਾ ਸੀ ਪਾਕਿਸਤਾਨੀ ਪੰਜਾਬੀਆਂ 'ਚ ਤੁਹਾਨੂੰ ਇਹ ਗੱਲ ਬਹੁਤ ਵੱਡੇ ਉਹ ਆਪ ਕਹਿੰਦੇ ਨੇ ਕਿ ਭਾਈ ਮੈਂ ਪਿਛਲੇ ਦਿਨਾਂ 'ਚ ਇੱਕ ਪੰਜਾਬੀ ਕਾਨਫਰੰਸ ਉਹਦੇ ਵਿੱਚ ਜਿਹੜੇ ਨੇ ਸੁਹੇਲ احمد ਜਿਹੜੇ ਅਜ਼ੀਜ਼ੀ ਦੇ ਨਾਂ ਥੱਲੇ ਜਿਹਨਾਂ ਦਾ ਬੜਾ ਜਿਹੜਾ ਇੱਕ ਅੱਛਾ ਕਰਦਾਰ ਹੁੰਦਾ ਹੈ ਉਹੀ ਕਹਿ ਰਹੇ ਸੀ ਕਿ ਵੀ ਇਹ ਆਪਣੀਆਂ ਮਾਵਾਂ ਜਾਂ ਆਪਣੇ ਦੂਜੇ ਜਿਹੜੇ ਨੇ ਨਾ ਉਹ ਚੱਜ ਨਾਲ ਉਹਨਾਂ ਨੂੰ ਉਰਦੂ ਆਂਦਾ ਹੈ ਨਾ ਦੂਸਰਾ ਆਂਦਾ ਹੈ ਤੇ ਉਹ ਆਪਣੇ ਬੱਚਿਆਂ ਨੂੰ ਕਿਸ ਕਿਸਮ ਦਾ ਉਹ ਕਹਿੰਿਆ ਵੀ ਇਹ ਪੰਜਾਬੀ ਸਬਾਨ ਕੋਈ ਛੋਟੀ ਜ਼ਬਾਨ ਹੈ ਜਿਸ ਦੇ ਵਿੱਚ ਬਾਬਾ ਫਰੀਦ ਬਾਬਾ ਨਾਨਕ ਬੁੱਲੇ ਸ਼ਾ ਔਰ ਵਾਰਿਸ ਸ਼ਾ ਆਏ ਲੇਕਿਨ ਉਸ ਅਹਿਸਾਸੇ ਕਮਜ਼ਰੀ ਜਿਹਨੂੰ ਕਹਿੰਦੇ ਨੇ ਇਨਫੀਰੀਓਟੀ ਕੰਪਲੈਕਸ ਘਟਿਆਪਨ ਦਾ ਸ਼ਿਕਾਰ ਕੇ ਤੁਹਾਨੂੰ ਆਪਣੀ ਬੋਲੀ ਆਪਣੇ ਕਲਚਰ ਤੋਂ ਹੋਏ ਔਰ ਤੁਸੀਂ ਉਹਨੂੰ ਇਵੇਂ ਕਰੋ ਔਰ ਇਹੀ ਹੁੰਦਾ ਹੈ ਵੀ ਜਦੋਂ ਔਰ ਜੇ ਤੁਸੀਂ ਮੁੰਬਈਆ ਫਿਲਮ ਇੰਡਸਟਰੀ ਦੇਖੋ ਉਹਨਾਂ ਨੇ ਕਿਵੇਂ ਸਿੱਖ ਕਰਦਾਰ ਔਰ ਜ਼ਬਾਨ ਔਰ ਉਹ ਸਾਰੇ ਨੂੰ ਬਟ ਆਫ ਜੋਕਸ ਦੇ ਵਿੱਚ ਕਨਵਰਟ ਕੀਤਾ ਔਰ ਕਿਵੇਂ ਇੱਕ ਨਵਾਂ ਜਿਹੜਾ ਉਹ ਬਾਹੂ ਬਲੀ ਔਰ ਚੁਹਾ ਇਤਿਹਾਸ ਔਰ ਪਦਮਾ ਪਦਮਾਵਤੀ ਤੇ ਫਲਾਣੀ ਟਮਕੇ ਛੂਟੇ ਕਰੈਕਟਰ ਸਿਰ ਜਿਹੜੇ ਅਸਲੀ ਕਰੈਕਟਰ ਨੇ ਜਿਹੜੇ ਉਹ ਤੁਹਾਨੂੰ ਨਜ਼ਰ ਨਹੀਂ ਆਉਂਦੇ ਜਾਂ ਉਹਨਾਂ ਨੂੰ ਗੁੰਦਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੋ ਇਹ ਜਦੋਂ ਵੀ ਔਰ ਇਹ ਗੱਲ ਬਿਲਕੁਲ ਕਲੀਅਰ ਹੈ ਦੋਵੇਂ ਚੀਜ਼ਾਂ ਜੇ ਜ਼ਬਾਨ ਮਾਂ ਬੋਲੀ ਉਹਦੇ ਨਾਲ ਤੁਹਾਡਾ ਸਭਿਆਚਾਰ ਤੁਹਾਡੀ ਪਛਾਣ ਤੁਹਾਡਾ ਸਭ ਕੁਝ ਜੁੜਿਆ ਹੁੰਦਾ ਹੈ ਪਰ ਅਸੀਂ ਜਦੋਂ ਸਿੱਖ ਸਭਿਆਚਾਰ ਦੀ ਗੱਲ ਕਰਦੇ ਆ ਸਿੱਖ ਸਿਵਲਾਈਜੇਸ਼ਨ ਦੀ ਗੱਲ ਕਰਦੇ ਸਿੱਖ ਕਲਚਰ ਦੀ ਗੱਲ ਕਰਦੇ ਅਸੀਂ ਆਪਣੀਆਂ ਇੰਸਟੀਟਿਊਸ਼ਨ ਲਿਆ ਦੇ ਕਿ ਸ਼੍ਰੋਮਣੀ ਕਮੇਟੀ ਸੀ 1920ਸ ਦੇ ਵਿੱਚ ਇਨੀ ਸਟਰਗਲ ਤੋਂ ਬਾਅਦ ਨਿਕਲੀ ਉਹਨਾਂ ਦੇ ਲਈ ਸਿੱਖਾਂ ਦੇ ਧਾਰਮਿਕ ਸਿਆਸੀ ਹੱਕਾਂ ਲਈ ਸਟਰਗਲ ਕਰਨ ਵਾਲਾ ਅਕਾਲੀ ਦਲ ਸੀ ਸਾਡੀ ਆਕਾਲਤਖ ਦੀ ਇੰਸਟੀਟਿਊਸ਼ਨ ਚਾਰ ਸਦੀਆਂ ਦੀ ਜਿਹੜੀ 18ਵੀਂ ਸਦੀ ਵਿੱਚ ਸਾਨੂੰ ਅਗਵਾਈ ਦਿੰਦੀ ਰਹੀ ਅੱਜ ਸਾਡਾ ਜੋ ਹਾਲ ਚੱਲ ਰਿਹਾ ਹੈ ਕਿੱਥੇ ਹੈ ਅਕਾਲ ਤਖਤ ਦੀ ਅਗਵਾਈ ਕਿੱਥੇ ਹੈ ਸ਼੍ਰੋਮਣੀ ਕਮੇਟੀ ਕਾਲੀਦਲ ਕਿਉਂਕਿ ਸਾਰੀ ਜਿਹੜੇ ਨੇ ਉਹ ਇਹਦਾ ਜਾਂ ਖਰੀਦ ਲੈ ਗਏ ਨੇ ਜਾਂ ਡਰਾ ਦਿੱਤੇ ਗਏ ਨੇ ਜਾਂ ਉਹਨਾਂ ਦੀ ਪੋਜੀਸ਼ਨ ਕਿਸ ਲੈਵਲ ਤੇ ਕੰਪਰੋਮਾਈਜ਼ ਕਰਵਾ ਦਿੱਤੀ ਗਈ ਹੈ ਔਰ ਇਹੀ ਤੁਸੀਂ ਕਮੇਟੀਆਂ ਦੇ ਹਵਾਲੇ ਨਾਲ ਉਹ ਹਜ਼ੂਰ ਸਾਹਿਬ ਕਮੇਟੀ ਹੋਏ ਪਟਨਾ ਸਾਹਿਬ ਹੋਏ ਹਰਿਆਣਾ ਕਮੇਟੀ ਸਿਰ ਤੇ ਬਿਠਾ ਦਿੰਦੀ ਹੈ ਸ਼੍ਰੋਮਣੀ ਕਮੇਟੀ ਵੀ ਮੈਂ ਜਦੋਂ ਉਹਨਾਂ ਦੇ ਜਬਰੀਆਂ ਜਿਹੇ ਸੁਣਦਾ ਹਾਂ ਉਹਨਾਂ ਦਾ ਪ੍ਰੈਜ਼ੀਡੈਂਟ ਤੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਹੇ ਹੁੰਦੇ ਨੇ ਕੋਈ ਉਹਦੇ ਚ ਕੰਟੈਂਟ ਨਹੀਂ ਹੁੰਦਾ ਇਹ ਦੁਸ਼ਮਣ ਉਹਨਾਂ ਨੇ ਸਾਨੂੰ ਉਥੋਂ ਖੋਖਲਾ ਕੀਤਾ ਹੁਣ ਜਦੋਂ ਇਸ ਕਿਸਮ ਦਾ ਹਾਲ ਹੁੰਦਾ ਔਰ ਜਿਹੜੀ ਗੱਲ ਪਾਈ ਸੁਰਿੰਦਰ ਸਿੰਘ ਰਾਣੇ ਕਹੀ ਉਹ ਬਿਲਕੁਲ ਠੀਕ ਹੈ ਮੈਂ ਕੰਸਿਸਟੈਂਟਲੀ ਜਦੋਂ ਕੋ ਪੁੱਛਦਾ ਵੀ ਕੀ ਕੀਤਾ ਜਾਏ ਮੇਰਾ ਹੁੰਦਾ ਹੈ ਕਿ ਵੀ ਦੇਖੋ ਅਸੀਂ ਕਮੈਂਟਰੀ ਤਾਂ ਕਰਦੇ ਆਂ ਪੰਜਾਬ 'ਚ ਕੀ ਹੋ ਰਿਹਾ ਕਿ ਲੇਕਨ ਇਹ ਹੱਲ ਨਹੀਂ ਹੈ ਤੇ ਫਿਰ ਜਦੋਂ ਕਿਸੇ ਵੱਲੋਂ ਵੀ ਪੁੱਛਿਆ ਜਾਂਦਾ ਵੀ ਹੱਲ ਕੀ ਹੈ ਤੇ ਜਿਹੜਾ ਮੇਰਾ ਜਵਾਬ ਹੁੰਦਾ ਹੈ ਇਹੀ ਭਾਈ ਸੁਰਿੰਦਰ ਸਿੰਘ ਰਾਣ ਦਾ ਆ ਜਿਹੜਾ ਉਹ ਅਲਟੀਮੇਟ ਉਹਨਾਂ ਦਾ ਵੀ ਇਹਹੀ ਕਨਕਲੂਜਨ ਹੈ ਕਿ ਪਰਿਵਾਰਾਂ ਨੂੰ ਸੰਭ ਲਈ ਔਰ ਅਸੀਂ ਜਿਹੜੀਆਂ ਕੌਮਾਂ ਲੰਬੀ ਪਰਸੀਕਿਊਸ਼ਨ ਚੋਂ ਨਿਕਲੀਆਂ ਨੇ ਜੇ ਅਸੀਂ ਦੇਖੀਏ ਕਿ ਉਹਨਾਂ ਨੇ ਕਿਵੇਂ ਸਰਵਾਈਵ ਕੀਤਾ ਕਿ ਉਹਨਾਂ ਨੇ ਆਪਣੇ ਵਡਕਿਆਂ ਦੀਆਂ ਕਹਾਣੀਆਂ ਬਾਬਾਨੀਆਂ ਕਹਾਣੀਆਂ ਪੁੱਤ-ਪੁੱਤ ਕਰਨ ਕਿ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਜਦੋਂ ਤੁਸੀਂ ਆਪਣੇ ਪੁੱਤਰਾਂ ਨੂੰ ਸੁਣਾਉਂਦੇ ਹੋ ਤੇ ਉਹ ਸੁਪੁੱਤਰ ਬਣਦੇ ਨੇ ਆਪਣੀਆਂ ਬੱਚੀਆਂ ਨੂੰ ਸੁਣਾਉਂਦੇ ਹੋ ਸੁਪੁੱਤਰੀਆਂ ਬਣਦੀਆਂ ਨੇ ਕਿ ਉਹਨਾਂ ਤੱਕ ਆਪਣੇ ਇਤਿਹਾਸ ਦਾ ਫਖਰ ਆਪਣੀ ਕੌਮ ਆਪਣੀ ਗੁਰਮਤ ਗੁਰਬਾਣੀ ਦੇ ਨਾਲ ਜੋੜਨਾ ਔਰ ਉਹਦੇ ਲਈ ਇਹੀ ਸਭ ਤੋਂ ਐਮ ਹੈ ਕਿ ਤਾਂ ਕਿ ਜੇ ਅਸੀਂ ਆਪਣੇ ਜੀਵਨ ਕਾਲ ਦੇ ਵਿੱਚ ਹਰ ਕਿਸਮ ਦੀ ਸਟਰਗਲ ਦੇ باوجود ਜੇ ਉਹ ਸਾਡਾ ਨਿਸ਼ਾਨਾ ਹੈ ਉਸੀ ਹਾਸਲ ਨਹੀਂ ਕਰ ਪਾਉਂਦੇ ਤੇ ਅਗਲੀ ਜਨਰੇਸ਼ਨ ਦੇ ਹੱਥ ਚ ਝੰਡਾ ਫੜਿਆ ਹੋਰ ਉਹਦੇ ਲਈ ਭਾਈ ਸੁਰਿੰਦਰ ਸਿੰਘ ਹੋਰਾਂ ਦਾ ਬਹੁਤ ਵੱਡਾ ਐਫਰਟ ਹੁੰਦਾ ਉਹ ਪੂਰੇ ਨੌਜਵਾਨੀ ਨੂੰ ਬੱਚਿਆਂ ਨੂੰ 123 ਗੁਰਦੁਆਰਾ ਸਾਹਿਬ ਨੂੰ ਕਹਿੰਦੇ ਨੇ ਵਰਜੀਨੀਆਂ ਚ ਬਹੁਤ ਸਾਰੇ ਗੁਰਦੁਆਰੇ ਨੇ ਉਸ ਦੇ ਵਿੱਚ ਉਸੇ ਪ੍ਰੋਗਰਾਮ ਨਾਲ ਜੁੜੇ ਹੋਏ ਨੇ ਅੱਛਾ ਔਰ ਇਹੀ ਉਹਨਾਂ ਦਾ ਮੈਸੇਜ ਹੈ ਕਿ ਆਪੋ ਆਪਣੇ ਬੱਚਿਆਂ ਬੱਚੀਆਂ ਨੂੰ ਸੰਭਾਲੋ ਬਿਲਕੁਲ ਘਰਾਂ ਚ ਗੁਰਮਤ ਦਾ ਮਾਹੌਲ ਬਣਾਓ ਸਿੱਖੀ ਦਾ ਮਾਹੌਲ ਬਣਾਓ ਹਮ ਬੱਚਿਆਂ ਨੂੰ ਇਤਿਹਾਸ ਦਾ ਪ੍ਰਾਈਡ ਦਿਓ ਗੁਰਬਾਣੀ ਦੇ ਨਾਲ ਜੋੜੋ ਅਲਟੀਮੇਟਲੀ ਉਹੀ ਗੁਰਬਾਣੀ ਦਾ ਸਹਾਰਾ ਗੁਰਬਾਣੀ ਹੀ ਉਹ ਪੰਗੂੜਾ ਹੈ ਉਹ ਕ੍ਰੇਡਲ ਹੈ ਜਿਸ ਦੇ ਵਿੱਚ ਤੁਸੀਂ ਜਦੋਂ ਦੁਨੀਆ ਦੇ ਉਹ ਸਾਰੇ ਹਾਰਡਸ਼ਿਪਸ ਤੋਂ ਨਿਕਲੋਗੇ ਉਹਨਾਂ ਚੈਲੰਜੇਸ ਨੂੰ ਫੇਸ ਕਰੋਗੇ ਤੇ ਉਸ ਪੰਗੂੜੇ ਦੇ ਵਿੱਚ ਅਸੀਂ ਸਕੂਨ ਹਾਸਲ ਕਰਦੇ ਹਾਂ ਤੇ ਜਦੋਂ ਸਾਡੇ ਸਿਰ ਤੇ ਸਜੀ ਦਸਤਾਰ ਜਾਂ ਸਾਡੇ ਸਿਰ ਤੇ ਜਿਹੜਾ ਉਹ ਖਾਲਸਾਈ ਸਿੰਘ ਔਰ ਕੌਰ ਜਿਹੜੀਆਂ ਇਹ ਜ਼ਿੰਮੇਵਾਰੀਆਂ ਇਸ ਪ੍ਰਾਈਡ ਨਾਲ ਜੁੜੀਆਂ ਹੋਈਆਂ ਨੇ ਜਦੋਂ ਅਸੀਂ ਇਹ ਦੁਨੀਆ ਦੇ ਸਾਹਮਣੇ ਆਡਡ ਕਲਚਰ ਸਾਡਡ ਵੈਲਿਊ ਸਿਸਟਮ ਦੇ ਸਾਹਮਣੇ ਜਾਵਾਂਗੇ ਤੇ ਸਾਡਾ ਇਤਿਹਾਸ ਇੱਕ ਸਾਖੀ ਬਣ ਕੇ ਇੱਕ ਐਵੀਡੈਂਸ ਬਣ ਕੇ ਇੱਕ ਵਿਟਨੈਸ ਬਣ ਕੇ ਸਾਡੇ ਨਾਲ ਖਲੋਏਗਾ ਕਿ ਭਾਈ ਇਹਨਾਂ ਦਸਤਾਰਾਂ ਦੇ ਲਈ ਇਹਨਾਂ ਕੇਸਾਂ ਦੇ ਲਈ ਅਸੀਂ ਬੰਦ-ਬੰਦ ਕਟਾਏ ਹੋਏ ਨੇ ਖੋਪਰੀਆਂ ਲੋਹਾਈਆਂ ਹੋਈਆਂ ਨੇ ਚਰਖੀਆਂ ਤੇ ਚੜੇ ਹੋਏ ਆਰਿਆਂ ਨਾਲ ਅਸੀਂ ਚੀਰੇ ਗਏ ਸੀ ਇਹ ਸਾਰਿਆਂ ਨੂੰ ਸੋ ਅਸੀਂ ਵੀਰ ਸਰਬੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਹ ਸਾਡੇ ਬਹੁਤ ਹੀ ਅਜ਼ੀਜ਼ ਨੇ ਔਰ ਇਹ ਸਭ ਉਹ ਮੈਨੂੰ ਕਹਿਣ ਲੱਗੇ ਤੁਸੀਂ ਕਿਉਂ ਕਹਿਣਾ ਚਾਹੁੰਦੇ ਮੈਂ ਕਿਹਾ ਨਹੀਂ ਇਹ ਬਾਕੀਆਂ ਦੇ ਲਈ ਐਨਕਰੇਜਮੈਂਟ ਹੁੰਦੀ ਹੈ ਕਿ ਭਾਈ ਇਹ ਜਿਹੜਾ ਹਰ ਇੱਕ ਦੇ ਜ਼ਮੇ ਕੋਈ ਫਰਜ਼ ਹੈ ਹਰ ਇੱਕ ਦੀ ਐਬਿਲਿਟੀ ਹੈ ਔਰ ਜਿਵੇਂ ਸਾਡੇ ਵੀਰ ਭਾਈ ਜਸਪੀਰ ਸਿੰਘ ਜਿਹੜੇ ਸਵਿਟਜ਼ਰਲੈਂਡ ਚ ਨੇ ਉਹਨਾਂ ਨੇ ਕਿਹਾ ਜੀ ਮੈਨੂੰ ਤੁਹਾਡੀ ਗੱਲ ਬਹੁਤ ਚੰਗੀ ਲੱਗੀ ਇੱਕ ਦਿਨ ਤੁਸੀਂ ਕਹਿੰਦੇ ਕਿਹਾ ਜੇ ਜਿਹੜਾ ਬੱਚਿਆਂ ਨੂੰ ਪੰਜਾਬੀ ਪੜਾਉਂਦਾ ਉਹ ਵੀ ਖਾਲਸਤਾਨ ਦੀ ਸੇਵਾ ਕਰ ਰਿਹਾ। ਜੋ ਮੈਂ ਸਮਝਦਾ ਕਿ ਇਹ ਬੜਾ ਜ਼ਰੂਰੀ ਹੈ ਕਿ ਹਰ ਇੱਕ ਦੀ ਜੋ ਐਬਿਲਿਟੀ ਹੈ ਜਿੱਥੇ ਵੀ ਕੋਈ ਲੱਗੇ ਉਹ ਅਸੀਂ ਹਰ ਇੱਕ ਤੋਂ ਖਾਲਸਤਾਨ ਜ਼ਿੰਦਾਬਾਦ ਸ਼ਾਊਟ ਨਹੀਂ ਕਰਵਾਉਣਾ ਹੈ। ਲੇਕਨ ਹਰ ਕੋਈ ਹਰ ਇੱਕ ਨੂੰ ਲੱਗੇ ਕਿ ਵੀ ਉਹ ਕੌਮ ਦੇ ਲਈ ਕੁਝ ਕਰ ਰਿਹਾ ਹੈ। ਸੋ ਅਸੀਂ ਵੀਰ सुरेंद्र ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਸ਼ੱਕ 4 ਫਰਵਰੀ ਦਾ ਦਿਨ ਅਸੀਂ ਹਰ ਸਾਲ ਜਿਹੜਾ ਇਹਨਾਂ ਚਾਰ ਬਹਾਦਰ ਗੁਰਸਿੱਖ 6 ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨਾਂ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਕਰਦੇ ਆ ਪਾਈ ਰਵਿੰਦਰ ਸਿੰਘ ਬਲਤੇਰ ਸਿੰਘ ਪਾਈ ਚਲਮਨ ਸਿੰਘ ਪਾਈ ਹਰਮਿੰਦਰ ਸਿੰਘ ਪਰ ਇਸ ਵਾਰ ਕਿਉਂਕਿ 4 ਫਰਵਰੀ ਐਤਵਾਰ ਨੂੰ ਹੈ ਤੇ 10 ਹੈ ਤੇ ਇਸ ਲਈ ਅਸੀਂ ਅੱਜ ਦਾ ਜਿਹੜਾ ਜਿਹੜਾ ਫਰਡੇ ਦਾ ਪ੍ਰੋਗਰਾਮ ਹੈ ਉਹਨਾਂ ਦੀਆਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਆ ਅੱਛਾ ਔਰ ਜਿਵੇਂ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਹੀ ਕਿਹਾ ਕਿ 38 ਸਾਲ ਉਹ 4 ਤਰੀਕ ਨੂੰ ਪੂਰੇ ਹੋ ਜਾਣੇ ਨੇ 4 ਫਰਵਰੀ 1986 ਦਾ ਉਹ ਦਿਨ ਸੀ ਔਰ ਇਸ ਗੱਲ ਦਾ ਧਿਆਨ ਰਹਿ ਕੇ ਉਦੋਂ ਅਜੇ ਖਾਲਸਾਣ ਦਾ ਐਲਾਨਨਾਮਾ ਨਹੀਂ ਸੀ ਹੋਇਆ ਜੋ ਅੱਜ 2015 ਤੋਂ ਲੈ ਕੇ ਪਿਛਲੇ 9 ਸਾਲਾਂ ਚ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂ ਦੀਆਂ ਸੈਂਕੜੇ ਘਟਨਾਵਾਂ ਦਾ ਜ਼ਿਕਰ ਕਰਦੇ ਔਰ ਖਾਸ ਤੌਰ ਤੇ ਬਰਗਾੜੀ ਬਾਈਬਲ ਕਲਾ ਬੁਰਜ ਜਵਾਰ ਸਿੰਘਵਾੜਾ ਔਰ ਉਸ ਤੋਂ ਸ਼ੁਰੂ ਹੋਇਆ ਜਿਹੜਾ ਪਾਰਟ ਹੈ ਉਹ ਰੁਕਣ ਦਾ ਨਾ ਹੀ ਦੇਂਦਾ ਤੇ ਫਿਰ ਇਸ ਜੇ 38 ਵਰੇ ਪਹਿਲਾਂ ਅੱਜ ਤੋਂ ਜਾਈਏ ਤੇ ਇਹ ਚਾਰੋਂ ਨੌਜਵਾਨਾਂ ਦੀਆਂ ਸ਼ਹੀਦੀਆਂ ਕੋ ਖ਼ਾਰਿਸਤਾਨ ਜ਼ਿੰਦਾਬਾਦ ਸ਼ਾਊਟ ਕਰਦੇ ਨਹੀਂ ਸੀ ਹੋਈਆਂ ਇਹ ਕਿਸੇ ਉਸ ਕਿਸਮ ਦੀ ਮਿਲਟੈਂਟ ਸਟਰਗਲ ਦਾ ਹਿੱਸਾ ਨਹੀਂ ਸਨ ਗੁਰੂ ਗ੍ਰੰਥ ਸਾਹਿਬ ਦੇ ਆਦਬ-ਉਦਾਬ ਲਈ ਕਿਉਂਕਿ ਇੱਕ ਦਿਨ ਪਹਿਲਾਂ ਹੀ ਉੱਥੋਂ ਦੇ ਨਕੂਦਰ ਵਿਚਲੇ ਗੁਰੂ ਅਰਜਨ ਸਾਹਿਬ ਦੀ ਨਾਤੇ ਜਿਹੜਾ ਗੁਰਦੁਆਰਾ ਸੀ ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਅਗਨ ਪੇਟ ਕਰ ਦਿੱਤੀਆਂ ਗਈਆਂ ਸੀ ਭਾਵੇਂ ਉਸ ਨੂੰ ਉਹਨਾਂ ਨੇ ਜਿਹੜਾ ਉਹ ਇਲੈਕਟ੍ਰਿਕ ਸ਼ਾਰਟ ਸਰਕਟ ਦੇ ਨਾਲ ਜੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਜ਼ਾਹਰ ਹੈ ਕਿ ਇੱਕ ਸ਼ਰਾਰਤ ਸੀ ਨਕੂਦਰ ਦੇ ਵਿੱਚ ਪਹਿਲਾਂ ਹੀ ਸ਼ਹਿਰ ਦੇ ਵਿੱਚ ਕਿਉਂਕਿ ਇਸ ਕਿਸਮ ਦੇ ਹਿੰਦੂ ਤਵੀਆਂ ਦਾ ਉਦੋਂ ਵੀ ਜ਼ੋਰ ਸੀ ਉਸ ਦਾ ਹੀ ਅਸਰ ਸੀ ਕਿ ਇਸ ਨੂੰ ਸਿੱਖ ਸੰਗਤਾਂ ਨੇ ਉਵੇਂ ਹੀ ਲਿਆ ਜੋ ਸੀ ਹੈਪਨਿੰਗ ਹਾਂ ਔਰ ਕਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਵਾਲੇ ਦੁਆਲੇ ਦੇ ਪਿੰਡਾਂ ਤੋਂ ਪਹੁੰਚੀਆਂ ਔਰ ਬਿਲਕੁਲ ਪੀਸਫੁਲ ਅੰਦਾਜ਼ ਉਹਨਾਂ ਦੀ ਇੱਕੋ ਇੱਕ ਮੰਗ ਸੀ ਜਿੱਥੋਂ ਜਿਹੜਾ ਬਾਹਰੋਂ ਇਹ ਰੋਸ ਫਖਾਵਾ ਸ਼ੁਰੂ ਹੋਇਆ ਕਿ ਭਾਈ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਜਿਹੜੀ ਸ਼ਹੀਦ ਬੀੜਾਂ ਦੀ ਪਵਿੱਤਰ ਰਾਖ ਹੈ ਅਸੀਂ ਸਿਰਫ ਉਹ ਲੈਣਾ ਚਾਹੁੰਦੇ ਹਾਂ ਤਾਂ ਕਿ ਉਸ ਨੂੰ ਅਸੀਂ ਮਰਿਆਦਾ ਅਨਸਾਰ ਜਾਲਪੁਰਵਾ ਕਰ ਸਕੀਏ ਪਰ ਉਹ ਦੌਰ ਸੀ 1986 ਬੇਸ਼ੱਕ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣ ਚੁੱਕੀ ਸੀ ਰਜੀਵ ਲੌਂਗਵਾਰਡ ਡਰਾਮਾ ਜਿਹੜਾ ਉਹ ਅਨਫੋਲਡ ਹੋ ਚੁੱਕਾ ਸੀ ਲੇਕਨ ਖੇਡਤਾ ਐਜੰਸੀਆਂ ਦੀ ਸੀ ਔਰ ਉਹ ਸਮਝਦੇ ਸੀ ਕਿ ਵੀ ਇਹ ਸਿੱਖਾਂ ਨੂੰ ਸਬਕ ਸਿਖਾਣਾ ਬੜਾ ਜ਼ਰੂਰੀ ਹੈ ਜੂਨ 84 ਤਾ ਉਹਨਾਂ ਨੇ ਵਪਰਾਇਆ ਸੀ 85 ਤੋਂ 86 ਤੱਕ ਜ਼ੁਲਮ ਝੂਠੀਆਂ ਜਿਹੜੀਆਂ ਗ੍ਰਿਫਤਾਰੀਆਂ ਝੂਠੇ ਪੁਲਿਸ ਮੁਕਾਬਲੇ ਔਰ ਇਹ ਸਭ ਚੱਲ ਰਿਹਾ ਸੀ ਲੇਕਨ ਉਸ ਵੇਲੇ 6 ਸਟੂਡੈਂਟ ਫੈਡਰੇਸ਼ਨ ਜਿਹਦੇ ਵਿੱਚ ਖਾਲਸਾ ਕਾਲਜਾਂ ਦੇ ਔਰ ਦੂਸਰੇ ਕਾਲਜਾਂ ਦੇ ਪੋਲੀਟੈਕਨਿਕ ਔਰ ਆਈ ਆਈਟੀਆਈ ਸਿੱਖ ਨੌਜਵਾਨ ਜਿਹੜੇ ਨੇ ਕਾਫੀ ਐਕਟਿਵ ਸੀ ਔਰ ਜਲੰਧਰ ਦੇ ਵਿੱਚ ਤਾਂ ਕਾਫੀ ਐਕਟੀਵਿਟੀ ਸੀ ਸਾਰੀ ਔਰ ਉਹ ਨੌਜਵਾਨਾਂ ਨੂੰ ਇਹ ਚਾਹੁੰਦੇ ਸੀ ਕਿ ਵੀ ਇਹਨਾਂ ਨੂੰ ਵੀ ਸਬਕ ਸਿਖਾਇਆ ਜਾਏ ਔਰ ਇਹ ਚਾਰੋਂ ਹੀ ਸਿੰਘ ਜਿਨ੍ਹਾਂ ਦਾ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਔਰ ਉਸ ਨੌਜਵਾਨੀ ਦੀ ਨੁਮਾਇੰਦਗੀ ਕਰਦੇ ਸੀ ਤੁਸੀਂ ਦਰਸ਼ਕ स्क्रीन ਦੇ ਉੱਤੇ ਪਿਕਚਰਸ ਦੇਖ ਸਕਦੇ ਨੇ ਤੁਹਾਨੂੰ ਇੱਕ ਉਹਨਾਂ ਦਾ ਚਲਕਾਰਾ ਹੀ ਮਿਲਦੇ ਆ ਜਿਹੜਾ ਸਕੂਨ ਮਿਲਦਾ ਕਿਸ ਕਿਸਮ ਦੀ ਹੈ ਪਵਿੱਤਰ ਰੂਹਾਂ ਔਰ ਇਹ ਸਾਰੇ ਦੇ ਬਾਵਜੂਦ ਕਿ ਬਿਲਕੁਲ ਪੀਸਫੁਲੀ ਇਹ ਇਨਾਂ ਨੇ ਐਂਟਰ ਕੀਤਾ ਸਿਟੀ ਚ ਕਿਵੇਂ ਉਸ ਵੇਲੇ ਉਹ ਸੀਆਰਪੀਐਫ ਹੋਏ ਪੁਲਿਸ ਹੋਏ ਕੌਣ ਸਿਵਲ ਕਪੜਿਆਂ ਚ ਪੁਲਿਸ ਸੀ ਜਾਂ ਕੌਣ ਸੀ ਕਿਹੜੇ ਅਧਿਕਾਰੀ ਪੁਲਿਸ ਦੇ ਕਿਨੇ ਕੀ ਕੀਤਾ ਉਹਦੇ ਚ ਇਹ ਜਿਹੜੇ ਇਜ਼ਹਾਰ ਆAlam ਤੋਂ ਲੈ ਕੇ ਔਰ ਉਸ ਵੜੇ ਦੇ ਜਿਨੇ ਬਾਦਖਬਰਪ ਵੀ ਕੀਤਾ ਦਰਬਾਰਾ ਗੁਰੂ ਜਿਹੜਾ ਬਾਦਲਾਂ ਦਾ ਖਾਸਮ ਖਾਸ ਸੀ ਔਰ ਉਹ ਸਾਰੀ ਕਲੰਬੀ ਫਰਿਸ਼ਤ ਹੈ ਹਮ ਲੇਕਿਨ ਮੁੱਖੀ ਗੱਲ ਕਿ ਉਹਨਾਂ ਨੇ ਕਿਵੇਂ ਬੇਰਹਿਮੀ ਦੇ ਨਾਲ ਇਹਨਾਂ ਨੂੰ ਸ਼ਹੀਦ ਕੀਤਾ ਔਰ ਇਵਨ ਜਿਹੜੇ ਹਰਮਿੰਦਰ ਸਿੰਘ ਜਿਹੜੇ ਕਿ ਫੈਡਰੇਸ਼ਨ ਦੇ ਚੰਗੇ ਆਗੂ ਸੀ ਚੰਗੇ ਸਪੀਕਰ ਸੀ ਉਹਨਾਂ ਨੂੰ ਤਾਂ ਲੱਭ ਕੇ ਜਿਹੜੇ ਉਹ ਜ਼ਖਮੀ ਹਾਲਤ ਦੇ ਵਿੱਚ ਕਿਤੇ ਜਿਹੜੇ ਨੇ ਉਹਨਾਂ ਨੂੰ ਉਹ ਸ਼ਾਇਦ ਉਹਦਾ ਜਸਕੀਰਤ ਨਾਂ ਸੀ ਪੁਲਸੀਏ ਦਾ ਤੇ ਉਹਨੇ ਕਿਹਾ ਵੀ ਮੂੰਹ ਅੱਡ ਜਿਸ ਮੂੰਹ ਨਾਲ ਲੈਕਚਰ ਕਰਦਾ ਮੈਂ ਉਹ ਮੂੰਹ ਬੰਦ ਕਰਨਾ ਔਰ ਉਹਦੇ ਮੂੰਹ ਦੇ ਵਿੱਚ ਗੋਲੀ ਮਾਰ ਕੇ ਆਰੇ ਦੇ ਨੇੜੇ ਜਾਂ ਕਿਤੇ ਜਿੱਥੇ ਕਿ ਉਹ ਇਹਦਾ ਹਾਈਡਿੰਗ ਸੀ ਉੱਥੋਂ ਕੱਢ ਕੇ ਸੋ ਮਕਸਦ ਬੜਾ ਕਲੀਅਰ ਸੀ ਔਰ ਜਿਵੇਂ ਇਹਨਾਂ 38 ਸਾਲਾਂ ਦੇ ਵਿੱਚ ਇਹਨੂੰ ਕਵਰ ਅਪ ਕੀਤਾ ਗਿਆ ਕਵਰ ਅਪ ਇੱਕ ਲੈਵਲ ਤੇ ਨਹੀਂ ਕੀਤਾ ਗਿਆ ਹਾਲਾਂ ਸਰਜੀਤ ਬਰਨਾਲਾ ਅਕਾਲੀਆਂ ਦੀ ਸਰਕਾਰ ਸੀ ਡਰਾਮੇਬਾਜ਼ੀ ਨੂੰ ਮਨਿਸਟਰ ਵੀ ਆ ਗਏ ਗੱਲਬਾਤ ਵੀ ਹੋਈ ਇਹ ਹੋਏਗਾ ਉਹ ਹੋਏਗਾ ਔਰ ਇਵਨ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਵੀ ਇਸ ਦੇ ਉੱਤੇ ਬਣਾਇਆ ਗਿਆ ਹਾਲਾਂ ਉਸ ਪੀਰੀਅਡ ਦੇ ਵਿੱਚ ਕੁਛ ਦਾ ਇਸ ਸਾਰੇ ਦੇ ਉੱਤੇ ਟੇਕ ਸੀ ਕਿ ਵੀ ਇਹਦਾ ਏਜੰਸੀਆਂ ਕਰ ਰਹੀਆਂ ਇਹਨਾਂ ਚੋਂ ਕੀ ਨਿਕਲਣਾ ਹੈ ਕਮਿਸ਼ਨਾਂ ਚੋਂ ਜਾਂ ਦੂਜੇ ਪਰ ਫਿਰ ਵੀ ਜਦੋਂ ਤੁਸੀਂ ਜਸਟਿਸ ਦੀ ਲੜਾਈ ਲੜਦੇ ਹੋ ਤੇ ਇਸ ਕਮਿਸ਼ਨ ਦੇ ਸਾਹਮਣੇ ਜੋ ਵੀ ਆਇਆ ਕਿੰਨੀ ਦੇਰ ਇਸ ਦੀ ਰਿਪੋਰਟ ਸਾਹਮਣੇ ਨਹੀਂ ਆਏ ਹੁਣ ਹੁੰਦਾ ਕੀ ਹੈ ਕਿ ਜਦੋਂ ਕੋਈ ਕਮਿਸ਼ਨ ਬਣਾਇਆ ਜਾਂਦਾ ਹੈ ਉਸ ਦੇ ਉੱਤੇ ਇਹ ਲਾਜ਼ਮ ਹੁੰਦਾ ਹੈ ਕਿ ਉਹ ਆਪਣੀ ਰਿਪੋਰਟ ਜਦੋਂ ਸਰਕਾਰ ਨੂੰ ਦਿੰਦਾ ਹੈ ਹਮ ਸਰਕਾਰ ਉਸ ਦੇ ਉੱਤੇ ਐਕਸ਼ਨ ਲੈਂਦੀ ਹੈ ਤੇ ਉਸ ਕਮਿਸ਼ਨ ਦੀ ਰਿਪੋਰਟ ਔਰ ਉਹਦੇ ਨਾਲ ਜਿਹੜਾ ਐਕਸ਼ਨ ਟੇਕਨ ਉਹ ਅਸੈਂਬਲੀ ਦੇ ਜਿਹੜਾ ਉਹ ਟੇਬਲ ਦੇ ਉੱਤੇ ਰੱਖਿਆ ਜਾਂਦਾ ਡਿਸਕਸ਼ਨ ਦੇ ਲਈ ਹਮ ਇਸ ਮਾਮਲੇ ਚ ਤਾਂ ਰਿਪੋਰਟ ਹੀ ਗਾਇਬ ਕਰ ਦਿੱਤੀ ਗਈ ਸੈਕਸੈਸਿਵ ਗਵਰਨਮੈਂਟਸ ਨੇ ਲੇਕਨ ਮੈਂ ਸਮਝਦਾ ਹਾਂ ਵੀ ਜਿੱਥੇ ਭਾਈ ਬਲਦੇਵ ਸਿੰਘ ਜਿਹੜੇ ਬਜ਼ੁਰਗ ਨੇ ਸਾਡੇ ਔਰ ਬਹੁਤ ਸਤਕਾਰਤ ਭਾਈ ਰਵਿੰਦਰ ਸਿੰਘ ਉਹਨਾਂ ਦੇ ਪਿਤਾ ਜੀ ਹਮ ਜਿਵੇਂ ਉਹਨਾਂ ਨੇ ਸਿੰਗਲ ਹੈਂਡਿਡਲੀ ਇਹ ਲੜਾਈ ਲੜੀ ਹੈ ਹਾਲਾਂ ਸਰ ਬਲਦੇਵ ਸਿੰਘ ਉਹਨਾਂ ਨਹੀਂ ਉਹਨਾਂ ਚਾਰੋਂ ਹੀ ਨੌਜਵਾਨ ਜਿਹੜੇ ਸ਼ਹੀਦ ਸੀ ਆਪਣੇ ਪੁੱਤਰ ਸਮੇਤ ਦੂਸਰਿਆਂ ਨੂੰ ਵੀ ਆਪਣੇ ਪੁੱਤਰਾ ਵਾਂਗ ਸਮਝਦੇ ਆ ਉਹ ਥਾਂ ਦੇ ਉੱਤੇ ਮੌਜੂਦ ਸੀ ਜਦੋਂ ਕਿ ਉਹਨਾਂ ਦੀ ਪੋਸਟਮਾਰਟਮ اور ਦੂਸਰੀ ਲਾਈਨ ਹੋਈ ਉਹ ਕਿਵੇਂ ਸਤਕਾਰਤ ਤਰੀਕੇ ਨਾਲ ਉਹਨਾਂ ਦਾ ਸੰਸਕਾਰ ਕਰਨਾ ਚਾਹੁੰਦੇ ਸੀ ਲੇਕਿਨ ਕਿਵੇਂ ਪੁਲਿਸ ਨੇ ਉਹਨਾਂ ਨੂੰ ਰੋਕਿਆ ਇਹ ਇੱਕ ਇਹਦੇ ਬਾਰੇ ਬਹੁਤ ਸਾਰੀਆਂ ਡੀਟੇਲਸ ਬਹੁਤ ਸਾਰੀਆਂ ਰਿਪੋਰਟਸ ਤੋਂ ਅਸੀਂ ਦੇਖ ਸਕਦੇ ਹਾਂ ਪਰ ਉਸ ਸਾਰੇ ਤੋਂ ਬਾਅਦ ਜਵੇਂ ਭਾਈ ਬਲਦੇਵ ਸਿੰਘ ਹਰਾਂ ਨੇ ਇਸ ਸਟਰਗਲ ਨੂੰ ਜਾਰ ਪਹਿਲਾਂ ਤਾਂ ਆਪਣੇ ਨਾਲ ਸਟਰਗਲ ਕਰਨੀ ਪਈ ਕਿ ਭਾਈ ਇਹਨਾਂ ਚਾਰ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਲੱਗਣ ਉਹਦੇ ਲਈ ਇੱਕ ਪੂਰਾ ਘੋਲ ਸੀ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਰਵਿੰਦਰ ਸਿੰਘ ਉਹਨਾਂ ਦੇ ਛੋਟੇ ਭਰਾਤਾ ਡਾਕਟਰ ਹਰਿੰਦਰ ਸਿੰਘ ਜਿਹੜੇ ਸਟੈਨਫੋਰਡ ਯੂਨੀਵਰਸਿਟੀ ਚ ਨੇ ਔਰ ਹੁਣ ਜਦਨ ਅਸੀਂ ਖਾਲਸਤਾਨ ਰੈਫਰੰਡਮ ਦੇ ਵੋਟਾਂ ਦੇ ਸਪੰਸ ਗੈਸ ਐਂਡ ਫਲਸਸਕੀ ਉਹਨਾਂ ਨਾਲ ਮੁਲਾਕਾਤ ਹੋਈ ਉਹਨਾਂ ਨੇ ਵੀ ਇੱਥੇ ਰੈਲੈਂਟਲੈਸ ਯਤਨ ਕੀਤਾ ਅਵੇਅਰਨੈਸ ਲੈਵਲ ਪੈਦਾ ਕਰਨ ਦਾ ਇਹੀ ਕਾਰਨ ਹੈ ਕਿ ਪ੍ਰੋਮਿਨੈਂਟ ਗੁਰਦੁਆਰਿਆਂ ਸਾਰੇ ਪਾਸੇ ਉਹ ਸਾਡੇ ਨਿਊਯਾਰਕ ਗੁਰਦੁਆਰਾ ਰਿਚਮਾਂਡੇ ਹੱਲੋਏ ਕੈਲੀਫੋਰਨੀਆ ਸਟੌਪਟਨ ਡਾਲਸ ਔਰ ਹੋਰ ਬਹੁਤ ਸਾਰੀਆਂ ਥਾਵਾਂ ਤੇ ਇਹਨਾਂ ਚਾਰੋਂ ਸ਼ਹੀਦਾਂ ਦੀਆਂ ਫੋਟੋਆਂ ਸਭਾਇਮਾਨ ਕੀਤੀਆਂ ਗਈਆਂ ਨੇ ਆ ਲੇਕਿਨ ਸੈਂਟਰਲ ਸਿੱਖ ਮਿਊਜ਼ੀਅਮ ਦੇ ਲਈ ਬਹੁਤ ਵੱਡੀ ਸਟਰਗਲ ਇਸ ਦੇ ਲਈ ਹੋਈ ਦੂਸਰੇ ਪਾਸੇ ਜਸਟਿਸ ਲੈਂਡ ਦੇ ਲਈ ਔਰ ਜਿੰਨੀਆਂ ਹਕੂਮਤਾਂ ਬਣ ਨਹੀਂ ਆ ਰਹੀਆਂ ਫਿਰ ਇਹ ਹੋਇਆ ਕਿ ਜਿ ਲਿਆਓ ਉਹਦੇ ਸੁਖਪਾਲ ਸਿੰਘ ਖੈਰਾ ਔਰ ਦੂਸਰੇ ਨੇ ਵੀ ਕਾਫੀ ਪੋਜ਼ਿਟਿਵ ਰੋਲ ਅਦਾ ਕੀਤਾ ਹੋਰਨਾ ਦਾ ਵੀ ਇਹ ਸਾਰਾ ਪਾਰਟ ਹੈ ਫਿਰ ਜਦੋਂ ਉਹਦੀ ਰਣਜੀਤ ਸਿੰਘ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਹੋਈ ਉਹਦਾ ਇੱਕ ਹਿੱਸਾ ਆਇਆ ਦੂਸਰਾ ਆ ਜੀ ਦੂਸਰਾ ਹਿੱਸਾ ਹੀ ਗਾਇਬ ਹੋ ਗਿਆ ਗਵਾਚ ਗਿਆ ਹਮ ਹੁਣ ਜਿਹੜਾ ਜਦੋਂ ਤੁਸੀਂ ਕਹੇ ਹੋਰੇ ਟ੍ਰਿਬਿਊਨ ਨੇ ਤਿੰਨ ਚਾਰ ਦਿਨ ਪਹਿਲਾਂ ਹੀ ਖਬਰ ਦਿੱਤੀ ਹੈ ਕਿ ਸਰ ਬਲਦੇਵ ਸਿੰਘ ਰਾਂ ਨੇ ਇਹ ਕਿਹਾ ਕਿ ਮੈਂ ਪੰਜਵੀਂ ਚਿੱਠੀ ਹੁਣ ਭਗਵੰਤ ਮਾਨ ਨੂੰ ਲਿਖ ਰਿਹਾ ਹਾਂ ਉਹਨਾਂ ਨੇ ਡੇਟਸ ਦਿੱਤੀਆਂ ਨੇ ਆਹ ਡੇਟਸ ਦੀਆਂ ਚਿੱਠੀਆਂ ਨੇ ਜਿਹਦੇ ਚ ਉਹਨਾਂ ਨੇ ਸਿੰਪਲੀ ਕਿਹਾ ਕਿ ਭਾਈ ਇਹ ਜਿਹੜਾ ਪਹਿਲਾਂ ਤਾਂ ਜਿਹੜੀ ਡਿਸ ਅਪੀਅਰ ਕਰਤੀ ਗਈ ਹੈ 파ਰਟ 2 ਰਿਪੋਰਟ ਉਹ ਲਿਆਓ ਐਕਸ਼ਨ ਟੇਕਨ ਇਸ ਦੇ ਉੱਤੇ ਔਰ ਉਹਨਾਂ ਨੇ ਮੰਗ ਕੀਤੀ ਹੈ ਕਿ ਇਹਦੇ ਲਈ ਸਿਟ ਬਣਾਈ ਜਾਏ ਸਪੈਸ਼ਲ ਇਨਵੈਸਟੀਗੇਟਿਵ ਟੀਮ ਕੇ ਵੀ ਇਹ ਰਿਪੋਰਟ ਗਾਇਬ ਕਿਵੇਂ ਹੋ ਗਈ ਹਮਮ ਔਰ ਇਸ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਭਾਈ ਇਹ ਜੜੀਆਂ ਇਸ ਕਮਿਸ਼ਨ ਦੀਆਂ ਫਾਈਂਡਿੰਗਸ ਨੇ ਉਹ ਜਨਤਕ ਕੀਤੀਆਂ ਜਾਣ ਅੱਛਾ ਸੋ ਅਸੀਂ ਜਿੱਥੇ ਉਹਨਾਂ ਸ਼ਹੀਦਾਂ ਨੂੰ ਇੱਕ ਵਾਰ ਫੇਰ ਯਾਦ ਕਰ ਰਹੇ ਹਾਂ ਉੱਥੇ ਅਸੀਂ ਸ਼ੁਕਰਗੁਜ਼ਾਰ ਹਾਂ ਇਹ ਵੀ ਬੀ ਬੀ ਕਾਫੀ ਬੋਲਡ ਹੈ ਐਲਕ ਗਰੋਵ ਸਿਟੀ ਦੀ ਮੇਅਰ ਹੈ ਬੌਬੀ ਸਿੰਘ ਐਲਨ ਔਰ ਬਿਲਕੁਲ ਖਾਲਸਤਾਨ ਦੇ ਮੁੱਦੇ ਤੇ ਤਾਂ ਮੈਂ ਕੋਈ ਕਲੀਅਰ ਸਟੇਟਮੈਂਟ ਨਹੀਂ ਕਦੇ ਦੇਖੀ ਕਿਉਂਕਿ ਉਹ ਹੈ ਲੇਕਿਨ ਹਿਊਮਨ ਰਾਈਟਸ ਦੇ ਮੁੱਦੇ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਔਰ ਦੂਸਰਿਆਂ ਦੇ ਮੁੱਦੇ ਦੇ ਉੱਤੇ ਵੀ ਜਿਹੜਾ ਉਹ ਬੀਬੀ ਦੀ ਬੜੀ ਸਟਰੋਂਗ ਪਹੁੰਚ ਹੈ ਔਰ ਉਹਨਾਂ ਨੇ ਇਹ ਅਫਰਟ ਉਹਨਾਂ ਦਾ ਹੀ ਹੁੰਦਾ ਹੈ ਜਿਹੜੇ ਕੋਈ ਇਸ ਪਾਸਿਓਂ ਜਿਹਨਾਂ ਦੀ ਦਿਲਚਸਪੀ ਹੁੰਦੀ ਹੈ ਜਦੋਂ ਗਦਰ ਮੂਵਮੈਂਟ ਵਾਲਿਆਂ ਦਾ ਵੀ ਇੱਕ ਫੰਕਸ਼ਨ ਸੀ ਤਾਂ ਉਹਦੇ ਚ ਉਹਨਾਂ ਨੇ ਬੜੇ ਨਿਡਰ ਤਰੀਕੇ ਦੇ ਨਾਲ ਇਹ ਕਿਹਾ ਕਿ ਭਾਈ ਅਸੀਂ ਤਾਂ ਉਦੋਂ ਨਹੀਂ ਜਦੋਂ ਬ੍ਰਿਟਿਸ਼ ਰਾਜ ਸੀ ਤੁਸੀਂ ਸਾਡੀ ਆਵਾਜ਼ ਬੰਦ ਕਰਾਣੀ ਚਾਹੀ ਆਵਾਜ਼ ਅਸੀਂ ਇੱਥੋਂ ਆਜ਼ਾਦੀ ਦਾ ਝੰਡਾ ਚੁੱਕਿਆ ਤੁਸੀਂ ਸਾਡੀ ਆਵਾਜ਼ ਨਹੀਂ ਬੰਦ ਕਰ ਸਕਦੇ ਅੱਛਾ ਤਾਂ ਦਰਸ਼ਕੋਨਾਂ ਦੀ ਤਸਵੀਰ ਵੀ ਦੇਖ ਰਹੇ ਨੇ ਸਕਰੀਨ ਦੇ ਉੱਤੇ ਔਰ ਉਹਨਾਂ ਨੇ ਇਸ ਮੌਕੇ ਦੇ ਉੱਤੇ ਜਿਹੜਾ ਉਹ ਸਪੈਸ਼ਲ ਪ੍ਰੋਕਲੇਮੇਸ਼ਨ ਦਿੱਤੀ ਹੈ ਪ੍ਰੋਕਲੇਮੇਸ਼ਨ ਸਾਕਾ ਨਕੋਦਰ ਡੇ ਫ फेब्रुवारी 4 2024 ਦਰਸ਼ਕ ਦੇਖ ਸਕਦੇ ਨੇ ਇਸ ਜਿਹੜੀ ਹੈ ਪ੍ਰੋਕਲੇਮੇਸ਼ਨ ਦੀ ਪਿਕਚਰ ਵੀ ਅੱਛਾ ਔਰ ਵੇਅਰ ਐਸ ਔਨ ਫੈਬਰੂਰੀ 4th 1986 ਫੋਰ ਅਨਆਰਮਡ ਸਿਕਸ ਸਟੂਡੈਂਟਸ ਨੇਮਲੀ ਰਵਿੰਦਰ ਸਿੰਘ ਬਲਤੀਰ ਸਿੰਘ ਚਲਮਨ ਸਿੰਘ ਐਂਡ ਹਰਮਿੰਦਰ ਸਿੰਘ ਵਰ ਕਿਲਡ ਬਾਈ ਸਟੇਟ ਪੁਲਿਸ ਇਨ ਪੰਜਾਬ ਇੰਡੀਆ while participating in protest against the desecration of sikh scripture shri guru granth sahib constituted by all sikhs to be फाइनल सुप्रीम एंड लिविंग गुरु आफ्टर द लिनेज ऑफ द 10थ सिख गुरु गुरु ग्रंथ साहिब दी बेहुर्मती दे खिलाफ जेड़ा ओ चार सिख नौजवान जिना दे नाम उन्होंने दते ने ओ जेड़े ने प्रोटेस्ट कर रहे सी क्योंकि गुरु ग्रंथ साहिब ए साडे ले जागत ज्योत गुरु है 10वें बादशाह दे हुक्म दे मुताबिक वेयर एज इन द मोर देन 38 इयर्स सिंस दिस ट्रैजिक इंसिडेंट टक प्लेस The victims' families remained steadfast in their efforts to fight for truth, justice, accountability and closure, while continuing to share the principles of acceptance and inclusivity in order to promote mutual understanding and respect among all people. tragic hmm. <laughs> incident. ਬੀੜਤ ਪਰਿਵਾਰਾਂ ਦੀ ਇਹ ਉਹਨਾਂ ਨੇ ਪੂਰਾ ਯਤਨ ਕੀਤਾ ਹੈ ਕਿ ਭਾਈ ਸਾਨੂੰ ਅਸੀਂ ਸੱਚ ਇਨਸਾਫ ਔਰ ਇਸ ਦੇ ਲਈ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਜਵਾਬਦੇ ਬਣਾਇਆ ਜਾਏ ਔਰ ਇਹ ਸਾਡਾ ਗਰੀਫ ਵਾਲਾ ਪੀਰੀਅਡ ਵੀ ਕਲੋਜ਼ਰ ਵਾਲ ਜਾਏ ਔਰ ਇਸ ਦੇ ਲਈ ਉਹਨਾਂ ਨੇ ਹਰ ਕਿਸਮ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ ਵੇਰ ਇਚ ਇਅਰ ਕਮਿਊਨिटीज ਐਂਡ ਆਰਗੇਨਾਈਜੇਸ਼ਨਸ ਅਕ੍ਰੋਸ ਦਾ ਗਲੋਬ ਇਨਕਲੂਡਿੰਗ ਮੈਨੀ ਇਨ ਦਾ ਸਟੇਟ ਆਫ ਕੈਲੀਫੋਰਨੀਆ commemorate sarka nakoda day as an opportunity to raise awareness about the tragedy support ongoing efforts to secure justice for the victims and protect human rights for all and promote generational and community healing for the sick community ke har saal jehdiya communities de vich jehda aur jathe bandiyan valon is din nu yaad kita janda hai bahut sariyan thavan te california ch ਸਾਕਨ ਕੋਦਰ ਡੇ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾਂਦਾ ਤਾਂ ਕਿ ਜਿਹੜੇ ਪੀੜਤ ਨੇ ਉਹਨਾਂ ਨੂੰ ਜਸਟਿਸ ਮਿਲੇ ਉਹਨਾਂ ਦੇ ਮਨੁੱਖੀ ਹੱਕਾਂ ਦੀ ਬਹਾਲੀ ਹੋਏ ਔਰ ਇਹ ਜਿਹੜੀ ਇੱਕ ਜਨਰੇਸ਼ਨ ਤੋਂ ਦੂਸਰੀ ਤੱਕ 38 ਸਾਲ ਤੱਕ ਦੋ ਜਨਰੇਸ਼ਨਾਂ ਬੀਤ ਜਾਂਦੀਆਂ ਨੇ ਇਹ ਜਿਹੜੀ ਹੈ ਜਨਰੇਸ਼ਨਲ ਹੀਲਿੰਗ ਵੀ ਹੋਏ ਵੇਅਰ ਐਸ ਟੂਡੇ ਦ ਸਿਟੀ ਆਫ ਐਲਕ ਗਰੋ ਸਿਕਸ ਟੂ ਰੈਕਗਨਾਈਜ਼ ਦ ਡਾਈਵਰਸਿਟੀ ਆਫ ਇਟਸ ਕਮਿਊਨਿਟੀ ਐਂਡ ਅਫੋਰਡ ਆਲ ਰੈਜ਼ੀਡੈਂਟਸ the opportunity to better understand recognize and appreciate the history and shared experiences of sik american's ke ajj e el grove city jdi hai o is diversity nu recognize karde hai aur e, e is kal da jada o ik uh, mauka jada ke ik dusre diyan sewaavan nu recognize karan हुँ. history nu recognize karan aur jade sik american's jinna ch guzre ne Oh, All committees in Now, therefore, be it resolved that I, Bobby Singh Allen, Mayor of City of Elk Grove, hereby proclaim February 4, 2024, as Sakan Kodhar Day, and applauds the efforts of many individuals and organizations who, in commemorating Sakhan Kodhar Day, have committed themselves to upholding human rights promoting the importance of justice and supporting the ideals of diversity acceptance and inclusion hmm. so unhone keh aaj ke main jada is nu sakhan ko the day elandiyan aur unna vi sariyan organizations nu aur individuals nu recognize karde hain jinna ne is gal nu samne liyan de layi yatan kita aur is de vich ਖਾਸ ਤੌਰ ਤੇ ਦੋ ਜਿਹੜੇ ਪਾਰਟ ਨੇ ਡਾਕਟਰ ਇਕਤਜ਼ਾਰ ਕਰਾਮਤ ਚੀਮਾ ਨੇ ਇਸ ਨੂੰ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਦੇ ਲੈਵਲ ਤੇ ਜਨੀਵਾ ਦੇ ਵਿੱਚ ਇੰਟਰਨੈਸ਼ਨਲ ਅਵੇਅਰਨੈਸ ਦੇ ਤੌਰ ਤੇ ਉਠਾਇਆ ਸੀ ਔਰ ਇਸੇ ਤਰ੍ਹਾਂ ਯੂ ਐਸ ਕਾਂਗਰਸ ਦੇ ਵਿੱਚ ਹਾਊਸ ਰੈਜ਼ੋਲੂਸ਼ਨ 908 ਇਸ ਬਾਰੇ ਜਿਹੜਾ ਉਸਾਕਾ ਨਕੋਦਰ ਨੂੰ ਰੈਕਗਨਾਈਜ਼ ਕੀਤਾ ਸੀ ਔਰ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਇਨਾ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਆਂ ਔਰ ਅਸੀਂ ਇਹ ਵੀ ਸਮਝਦੇ ਆਂ ਕਿ ਜਾਣਦਿਆਂ ਹੋਇਆ ਵੀ ਕਿ ਇਥੋਂ ਜਸਟਿਸ ਨਹੀਂ ਨਿਕਲਣਾ ਜਿਸ ਲਗਨ ਦੇ ਨਾਲ ਇੱਕ ਤਾਂ ਉਹਨਾਂ ਦਾ ਆਪਣਾ ਬੇਟਾ ਪਾਈ ਰਵਿੰਦਰ ਸਿੰਘ ਤਾਂ ਹੈ ਹੀ ਹੈ ਬਲਦੇਵ ਪਰ ਜਿਵੇਂ ਉਹਨਾਂ ਨੇ ਉਹਨਾਂ ਤਿੰਨਾਂ ਬਾਕੀ ਸਿੰਘਾਂ ਨੂੰ ਵੀ ਕਿਵੇਂ ਆਪਣੇ ਪੁੱਤਰਾਂ ਵਾਂਗ ਜਿਹੜਾ ਕੀਤਾ ਔਰ ਉਹ ਆਪਣੇ ਪਿੰਡ ਅੱਜ ਵੀ ਲਿੱਤਣਾ ਔਰ ਪੂਰਾ ਜਿਹੜਾ ਹੈ ਉਸ ਸਮਾਗਮ ਨੂੰ ਸ਼ਹੀਦੀ ਸਮਾਗਮ ਨੂੰ ਮਨਾਉਂਦੇ ਨੇ ਹੁਣ ਜਦੋਂ ਤੋਂ ਅਕਾਲ ਤਖਤ ਸਾਹਿਬ ਤੇ ਰੈਕਗਨਿਸ਼ਨ ਹੈ ਅਕਾਲ ਤਖਤ ਸਾਹਿਬ ਵੀ ਸਮਾਗਮ ਹੁੰਦੇ ਪਿਛਲੇ ਸਾਲ ਦਾ ਤਾਂ ਟੀਵੀ 84 ਨੇ ਕਵਰ ਵੀ ਕੀਤਾ ਸੀ ਇਸ ਵਾਰ ਸ਼ਾਇਦ ਅਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ ਅੱਛਾ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਲਗਾਤਾਰਤਾ ਨਾਲ ਜਿਹੜੀ ਜਸਟਿਸ ਦੀ ਲੜਾਈ ਹੈ ਇਸ ਨੇ ਸਾਕਾ ਨਕੋਦਰ ਨੂੰ ਔਰ ਇਹ ਗੱਲ ਯਾਦ ਦਿਹਾਣੀ ਕਰਵਾਈ ਹੈ ਕਿ ਗੱਲ ਜਿਹੜੇ ਸਮਝਦੇ ਨੇ ਕਿ ਜੇ ਖਾਲਸਾਣ ਦੀ ਸਟਰਗਲ ਨਾ ਹੁੰਦੀ ਜਾਂ ਖਾਲਸਤਾਨ ਦੀ ਮੰਗ ਨਾ ਹੁੰਦੀ ਜਾਂ ਮਿਲਿਟੈਂਟ ਸਟਰਗਲ ਨਾ ਹੁੰਦੀ ਤੇ ਫਿਰ ਰਿਪ੍ਰੈਸ਼ਨ ਨਹੀਂ ਸੀ ਹੋਣੀ ਜਾਂ ਸਰਕਾਰੀ ਤਸ਼ੱਦਦ ਨਹੀਂ ਸੀ ਹੋਣਾ ਜਿਵੇਂ ਮੈਂ ਕਿਹਾ ਵੀ ਇਹ ਜਦੋਂ ਚਾਰ ਨੌਜਵਾਨ 4 ਫਰਵਰੀ 1986 ਨੂੰ ਸ਼ਹੀਦ ਕੀਤੇ ਜਾਂਦੇ ਨੇ ਨਾ ਖਾਲਸਤਾਨ ਦਾ ਐਲਾਨਨਾਮਾ ਸੀ ਨਾ ਜੇ ਖਾਲਸਤਾਨ ਦੀ ਜਿਹੜੀ ਹੈ ਕੋਈ ਤਹਿਰੀਕ ਉਸ ਲੈਵਲ ਤੇ ਸ਼ੁਰੂ ਹੋਈ ਸੀ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਿਉਂਕਿ ਦੁਸ਼ਮਣ ਜਿਹੜਾ ਹੈ ਉਹ ਸਾਡੇ ਦੋਨੋਂ ਹੀ ਗ੍ਰੰਥ ਔਰ ਪੰਥ ਦੋਨਾਂ ਦੇ ਖਿਲਾਫ ਉਹਨਾਂ ਨੇ ਵਾਰ ਵਡੀ ਹੋਈ ਹੈ 38 ਸਾਲਾਂ ਚ ਖਾਸ ਤੌਰ ਤੇ 2015 ਚ ਬਰਗਾੜੀ ਬੈਬਲ ਕਲਾ ਔਰ ਬੁਰਜਵਾਰ ਸਿੰਘਵਾੜਾ ਤੋਂ ਬਾਅਦ ਤੱਕ ਸੈਨ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਭਾਈ ਸਾਡੀ ਲੜਾਈ ਕਿਹਦੇ ਨਾਲ ਹੈ ਉਹੀ ਮਿਲਾਨ ਕੁੰਦਰਾਂ ਦੇ ਲਫ਼ਜ਼ ਕਿ ਭਾਈ ਇਹ ਲਿਕੁਇਡਿਟ ਕਰਨਾ ਹੈ ਇਹਨਾਂ ਦੇ ਫੇਥ ਇਹਨਾਂ ਦਾ ਕਲਚਰ ਇਹਨਾਂ ਦੀ ਹਿਸਟਰੀ ਡਿਸਟਰੋਏ ਕਰੋ ਔਰ ਇਸ ਲੈਵਲ ਤੇ ਉਹਨਾਂ ਨੂੰ ਪੁਸ਼ ਕਰ ਦਿਓ ਕਿ ਇੱਕ ਪੀਰੀਅਡ ਆਏਗਾ ਉਹਨੇ ਕੰਕਲੂਡ ਕੀਤਾ ਵੀ ਜਿਹੜੀ ਸਟਰਗਲ ਹੈ ਉਹ ਹੈ ਹੀ ਅਗੇਂਸਟ ਮੈਮਰੀ ਅਗੇਂਸਟ ਫੋਰਗੇਟਿੰਗ ਫਿਰ ਸਾਨੂੰ ਇਹ ਐਡਵਾਈਸ ਕਰਦੇ ਨੇ ਜੀ ਭੁੱਲ ਜਾਓ ਲੁੱਕ ਫੋਰਵਰਡ ਅੰਗੇ ਦੇਖੋ ਇਹੀ ਹੈ ਕਿ ਵੀ ਤੁਸੀਂ ਭੁੱਲ ਕੇ ਇਹਨਾਂ ਦੇ ਸਭ ਕੁਝ ਇਹਨਾਂ ਦੇ ਵਿੱਚ ਰਲਗੜ ਹੋ ਜਾਓ ਸੋ ਅਸੀਂ ਸ਼ਹੀਦਾਂ ਦੀ ਯਾਦ ਵਿੱਚ ਨਤਮਸਤਕ ਹੁੰਦੇ ਜੀ ਡਾਕਟਰ ਸਾਥੋੜਾ ਬਹੁਤ ਬਹੁਤ ਸ਼ੁਕਰੀਆ ਸਵਾਥਲੇ ਬ੍ਰੇਕ ਆਊਟ ਬ੍ਰੇਕ ਤੇ ਜਾਨ ਤੋਂ ਪਲਾਸੇ 15 ਕਾਂਦੇ ਸ੍ਰੋਤਿਆਂ ਨੂੰ ਫਿਲਤੀ ਵੰਦੀ ਕਾਦੀ ਵੀਵਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ ਏਰੀ 4 ਇੱਕ ਪੰਥਕ ਚੈਨਲ ਹੈ ਟੀਵੀ ਟੀਵੀ ਏਰੀ 4 ਦੀ ਚੜ੍ਹਦੀ ਕਲਾ ਲਈ ਵਾਤਵਾਦ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਟੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 4 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗ ਲੈਂਡ ਸਿਟੀ ਨਿਊਯਾਰਕ 11101 ਯੂ ਐਸ ਏ ਜਾਂ ਫਿਰ ਤੁਸੀਂ ਸਾਨੂੰ ਫੋਨ ਰਹਿ ਵੀ ਸੰਪਰਕ ਕਰ ਸਕਦੇ ਹੋ 5166191984 ਸੇਮ ਨੰਬਰ ਤੇ ਵਟਸਐਪ ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ ਅੱਜ ਤੁਹਾਡੇ ਤਾਇਦਲ ਤੋਂ ਸ਼ੁਕਰਗੁਜ਼ਾਰ ਰਹਾਂਗੇ ਸਵਾਥਲੇ ਨੇ ਬ੍ਰੇਕ ਵਿਊਰਸ ਤੁਸਾਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ ਉਦੋਂ ਅਸੀਂ ਖੜੇ ਹੋ ਜਾਾਂਗੇ ਉਹ ਵੱਖਰੀ ਗੱਲ ਆ ਵੀ ਅਸੀਂ ਆਪ ਵੀ ਪਛਾਣ ਤੋਂ ਦੂਰ ਬੈਠਦੇ ਆ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਕਥਾਵਾਚਕ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ। ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਤੇ ਪਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ ਮਰਨ ਮੁਨਸਾ ਸੂਰਿਆ ਹਕ ਹੈ ਭੀ ਆਇਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ ਐਫਬੀਆਈ ਵੱਲੋਂ ਜ਼ਰੂਰੀ ਜਾਣਕਾਰੀ ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ ਇਸ ਨੂੰ ਰੋਕਣ ਲਈ ਐਫਬੀਆਈ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਾਸਤੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ ਨਿਗਰਾਨੀ ਰੱਖਣੀ ਪਿੱਛਾ ਕਰਨਾ ਤੰਗ ਪ੍ਰੇਸ਼ਾਨ ਕਰਨਾ ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਨਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੋੜ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਤੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1800 call FBI ਜਾਂ 1-800-225-5324 ਤੇ ਸੰਪਰਕ ਕਰੋ ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ ਔਰ ਜਾਣਕਾਰੀ ਲਈ ਦੇਖੋ fbi.gov/fraud/tnr ਜੇਕਰ ਤੁਸੀਂ ਤੁਰੰਤ ਸਰੀਰ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ FBI ਬਨੋ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸਬਦਾਨ ਨੂੰ ਕਾਇਮ ਰੱਖਣਾ ਹੈ ਪੀਅਰਸ ਵੈਲਕਮ ਬੈਕ ਟੂ ਦਾ ਪ੍ਰੋਗਰਾਮ ਸੋਅਰਸ ਗੱਲਬਾਤ ਕਰਾਂਗੇ ਕਿ ਮੀਰੀ ਰਿਪੋਰਟਾਂ ਅਨੁਸਾਰ ਕੈਨੇਡਾ ਦੀਆਂ ਖੁਫੀਆ ਏਜੰਸੀਆਂ ਨੇ ਕੈਨੇਡਾ ਸਰਕਾਰ ਨੂੰ ਦਿੱਤੀ ਆਪਣੀ ਰਿਪੋਰਟ ਵਿੱਚ ਭਾਰਤ ਨੂੰ ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਦਖਲਅੰਦਾਜ਼ੀ ਕਰਨ ਦਾ ਦੋਸ਼ੀ ਦੱਸਿਆ ਹੈ ਔਰ ਇਸ ਰਿਪੋਰਟ ਵਿੱਚ ਤਿੰਨ ਸਫੇ ਭਾਰਤ ਦੀ ਦਖਲਅੰਦਾਜ਼ੀ ਸੰਬੰਧੀ ਹਨ ਔਰ ਯਾਦ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਵੱਲੋਂ ਇੱਕ ਕਮਿਸ਼ਨ ਬਣਾਇਆ ਗਿਆ ਹੈ ਜਿਹੜਾ ਬਾਹਲੇ ਮੁਲਕਾਂ ਵੱਲੋਂ ਕੈਨੇਡੀਅਨ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਦਖਲਅੰਦਾਜ਼ੀ ਕਰਨ ਦੀ ਪੜਤਾਲ ਕਰ ਰਿਹਾ ਔਰ ਚੀਨ ਤੇ ਰੂਸ ਦੇ ਨਾਲ ਨਾਲ ਹੁਣ ਭਾਰਤ ਦਾ ਵੀ ਨਾਂ ਇਸ ਲਿਸਟ ਵਿੱਚ ਸ਼ਾਮਲ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਅੱਜ ਵੀ ਇਦਾਂ ਬੜੇ ਰਹਿਣਾ ਦੇਖਣ ਸੁਣਨੇ ਆ ਨਿਕਲਨੀ ਤੁਹਾਡਾ ਸਭ ਤੋਂ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰ ਹਨ ਅ ਦੇਖੋ ਅਸੀਂ ਕੱਲ ਇੱਕ ਸੈਗਮੈਂਟ ਜ਼ਿਕਰ ਕੀਤਾ ਸੀ ਕਿ ਕਿਵੇਂ ਭਾਰਤੀ ਵਿਦੇਸ਼ ਮੰਤਰੀ ਔਰ ਉਹਨਾਂ ਦਾ ਇਵਨ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਬੁਲਾਰਾ ਬਾਗਚੀ ਇਹ ਦੋ ਮੂੰਹੇ ਸੱਪ ਜਿਹੜੇ ਨੇ ਉਹ ਇੱਕ ਪਾਸੇ ਅਮਰੀਕਾ ਦੇ ਸਾਹਮਣੇ ਗੋਡੇ ਟੇਕ ਕੇ ਇਹ ਕਹਿੰਦੇ ਨੇ ਜਿਦੇਖੋ ਅਮਰੀਕਾ ਨੇ ਤਾਂ ਸਾਨੂੰ ਜਾਣਕਾਰੀ ਦਿੱਤੀ ਇਸ ਲਈ ਅਸੀਂ ਜਿਹੜਾ ਉਸ ਤੇ ਐਕਸ਼ਨ ਲੈ ਰਹੇ ਹਾਂ ਪਰ ਕੈਨੇਡਾ ਨੇ ਸਾਨੂੰ ਕੋਈ ਸਬੂਤ ਨਹੀਂ ਦਿੱਤਾ ਔਰ ਸਾਡੇ ਤੇ ਪਬਲੀਕਲੀ ਚਾਰਜ ਲਾਇਆ ਔਰ ਫਿਰ ਜਦੋਂ ਇਹਨੇ ਐਸਜਾ ਸ਼ੰਕਰ ਨੇ ਟੀਵੀ ਇੰਟਰਵਿਊ ਚ ਕਿਹਾ ਜੀ ਕੈਨੇਡਾ ਨੇ ਅ ਅਤੰਕਵਾਦੀਆਂ ਨੂੰ ਔਰ ਸੈਪਰੇਟਿਸਟਸ ਨੂੰ ਸਪੇਸ ਦਿੱਤਾ ਹੈ ਜਿਹੜਾ ਸਾਰੀਆਂ ਪ੍ਰੋਬਲਮਸ ਦਾ ਕਾਰਨ ਹੈ ਹੁਣ ਅ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਿਉਂ-ਜਿਉਂ ਕੈਨੇਡਾ ਦੇ ਵਿੱਚ ਇੱਕ ਪਾਸੇ ਤਾਂ ਹਰਦੀਪ ਸਿੰਘ ਨਿਜਰ ਦੀ ਸ਼ਹਾਦਤ ਨਾਲ ਸੰਬੰਧਤ ਉਹਨਾਂ ਦੇ ਕੋਲਡ ਬ੍ਰੈਡਡ ਮਰਡਰ ਨਾਲ ਸੰਬੰਧਤ ਇਨਵੈਸਟੀਗੇਸ਼ਨ ਅੱਗੇ ਵੱਧ ਰਹੀ ਹੈ ਔਰ ਉਹ ਅਸੀਂ ਦੇਖਾਂਗੇ ਆਉਣ ਵਾਲੇ ਪੀਰੀਅਡ ਦੇ ਵਿੱਚ ਕਿ ਵੀ ਉਸ ਦੇ ਨਾਲ ਅੱਗੋਂ ਕੀ ਕਾਰਵਾਈ ਹੁੰਦੀ ਹੈ ਪਰ ਇਸ ਸਾਰੇ ਦੇ ਵਿੱਚ ਕਿਉਂਕਿ ਇਹ ਇਸ ਦੇ ਨਾਲ ਬੇਸਿਕ ਆਗਾਜ਼ ਹੋਇਆ ਜਦੋਂ 18 ਸਤੰਬਰ 2023 ਨੂੰ ਜਸਟਨ ਟਰੂਡੋ ਨੇ ਇੰਡੀਆ ਨੂੰ ਐਕਿਊਜ਼ ਕੀਤਾ ਰਾ ਦੇ ਚੀਫ ਨੂੰ ਕੈਨੇਡਾ ਚੋਂ ਕੱਢਿਆ ਇੰਡੀਆ ਨੇ ਜਿਹੜਾ ਹੈ ਉਹ ਟਿਟ ਫਰਟ ਐਡ ਕਰਦੇ ਉਹਨਾਂ ਦੇ ਉਹ ਤਾੜੀ ਡਿਪਲੋਮੈਟ ਕੱਢੇ ਉਹ ਅਸੀਂ ਆਲਮੋਸਟ ਸਿੱਕਰ ਕਰਦੇ ਆ ਹਮੇਸ਼ਾ ਲੇਕਿਨ ਉਸ ਤੋਂ ਬਾਅਦ ਇਸ ਸਾਰੇ ਦੇ ਵਿੱਚ ਜਿਹੜਾ ਇੱਕ ਚੈਪਟਰ ਐਡ ਹੋਇਆ ਕਿ ਜਿੱਥੇ ਰੂਸ ਔਰ ਚੀਨ ਦੇ ਉੱਤੇ ਇਹ ਲਗਾਤਾਰ ਇਲਜ਼ਾਮ ਰਹੇ ਔਰ ਇਸ ਦੇ ਉੱਤੇ ਇਵਨ ਜਿਹੜੀਆਂ ਉਹਨਾਂ ਦੀਆਂ ਵਿਰੋਧੀ ਧਿਰਾਂ ਨੂੰ ਮੰਗ ਵੀ ਹੋ ਰਹੀ ਸੀ ਕਿ ਵੀ ਇਹ ਫੈਡਰਲ ਇਲੈਕਸ਼ਨਾਂ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਨੇ ਔਰ ਇਸ ਦੇ ਉੱਤੇ ਕਮਿਸ਼ਨ ਬਣੇ ਇਨਵੈਸਟੀਗੇਸ਼ਨ ਔਰ ਕਮਿਸ਼ਨ ਤਾਂ ਬਣਨ ਵੱਲ ਵੱਧ ਰਿਹਾ ਸੀ ਪਰ ਇਸ ਸਾਰੇ ਪੀਰੀਅਡ ਚ ਭਾਰਤ ਨੂੰ ਵੀ ਇਸ ਚ ਸ਼ਾਮਲ ਕਰਨਾ ਇਹ ਇੱਕ ਹੋਰ ਪਾਰਟ ਦੇ ਮੂੰਹ ਤੇ ਚਪੇੜ ਸੀ ਕਿ ਕੱਲੀ ਗੱਲ ਇਹ ਨਹੀਂ ਹੈ ਵੀ ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦੇ ਆ ਭਾਈ ਹਰਦੀਪ ਸਿੰਘ ਨਿਜਰ ਨੂੰ ਸ਼ਹੀਦ ਕੀਤਾ ਸਗੋਂ 2019 ਔਰ 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਹਰ ਪਾਰਟੀ ਜਿਹੜੇ ਉਹਨਾਂ ਨੂੰ ਆਪਣੇ ਪ੍ਰੋ ਲੋਕ ਲੱਗੇ ਉਹਨਾਂ ਨੂੰ ਜਿਤਾਣ ਲਈ ਔਰ ਜਿਹੜੇ ਉਹਨਾਂ ਨੂੰ ਲੱਗਾ ਕਿ ਵੀ ਭਾਰਤ ਦੇ ਲਈ ਹਿਊਮਨ ਰਾਈਟਸ ਦੀ ਗੱਲ ਕਰਦੇ ਆ ਉਹਨਾਂ ਨੂੰ ਫਿੱਟ ਨਹੀਂ ਬੰਦੇ ਉਹਨਾਂ ਨੂੰ ਹਰਾਣ ਦੇ ਲਈ ਆਪਣੇ ਸਾਧਨ ਉਹ ਇਸਤੇਮਾਲ ਕੀਤੇ ਪੈਸਾ ਵੀ ਬੰਦੇ ਵੀ ਔਰ ਇਹ ਜਦੋਂ ਮੰਗ ਉੱਠੀ ਔਰ ਕਿਉਂਕਿ ਜਦੋਂ ਜਸਟਨ ਟਰੂਡੋ ਨੇ ਇਸ ਚ ਕਿ ਫੈਡਰਲ ਇਲੈਕਸ਼ਨਸ ਕੀ ਦਖਲ ਅੰਦਾਜ਼ੀ ਹੈ ਚੀਨ ਔਰ ਰੂਸ ਦੀ ਜਿਹੜਾ ਕਮਿਸ਼ਨ ਬਣਾਇਆ ਉਹ ਬੀਬੀ ਜਸਟਿਸ ਮੈਰੀ ਜੋਸੀ ਹੋਗ ਉਹ اور ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਿਛਲੇ ਹਫਤੇ ਦੀ ਅਸੀਂ ਜ਼ਿਕਰ ਕੀਤਾ ਸੀ ਕਿ ਆਲਰੇਡੀ WSO ਵਰਲਡ ਸਿੱਖ ਆਰਗੇਨਾਈਜੇਸ਼ਨ اور ਹੁਣ ਨਾਲ OGC ਐਂਡ BCGC ਵੀ ਆ ਗਏ ਕਿ ਹੈਵ ਜੌਇੰਟਲੀ ਅਪਲਾਈਡ ਫਾਰ ਸਟੈਂਡਿੰਗ ਇਨ ਪਬਲਿਕ ਇਨਕੁਆਰੀ ਇਨਟੂ ਫੋਰਨ ਇੰਟਰਫੇਰੈਂਸ ਇਨ ਫੈਡਰਲ ਇਲੈਕਟਰਲ ਪ੍ਰੋਸੈਸਸਸਿਜ਼ ਐਂਡ ਡੈਮੋਕਰੈਟਿਕ ਇਨਸਟੀਟਿਊਸ਼ਨਸ ਲੈਡ ਬਾਈ ਜਸਟਿਸ ਮੈਰੀ ਜੋਸੀ ਹੋਕ ਇਹਨਾਂ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਜਿਵੇਂ ਅ ਐਮਿਕਸ ਸਿਕਿਉਰੀ ਹੁੰਦਾ ਜਿਹੜਾ ਮੈਂ ਉਦੋਂ ਲਫ਼ਜ਼ ਨਹੀਂ ਸੀ ਮੈਨੂੰ ਯਾਦ ਆ ਰਿਹਾ ਕਿ ਜਦੋਂ ਅਦਾਲਤ ਸਟ੍ਰਾਈਲ ਜਾਂਦਾ ਹੈ ਦੋਨੋਂ ਪਾਸਿਆਂ ਦੇ ਵਕੀਲ ਹੁੰਦੇ ਨੇ ਤਾਂ ਇੱਕ ਐਜੇ ਐਕਸਪਰਟ ਜਿਹੜਾ ਉਸ ਫੀਲਡ ਦਾ ਹੁੰਦਾ ਉਹਨੂੰ ਕਿਹਾ ਜਾਂਦਾ ਉਹਨੂੰ ਐਮਿਕਸ ਸਿਕਿਉਰੀ ਕਹਿੰਦੇ ਨੇ ਸੋ ਇਹ ਇਸ ਕਮਿਸ਼ਨ ਦੇ ਸਾਹਮਣੇ ਸਖਾ ਨੇ ਕਿਹਾ ਵੀ ਕਿਉਂਕਿ ਇੰਡੀਆ ਦੀ ਦਾਖਲ ਅੰਦਾਜ਼ੀ ਹੈ ਔਰ ਉਹਨੂੰ ਮੰਨ ਲਿਆ ਹੁਣ ਇਹਨਾਂ ਨੇ ਕੈਨੇਡੀਅਨ ਕਮਿਸ਼ਨ ਨੇ ਰਸ਼ੀਆ ਚਾਈਨਾ ਦੇ ਨਾਲ ਇੰਡੀਆ ਨੂੰ ਐਡ ਕੀਤਾ ਇਸ ਲਈ ਸਿੱਖ ਜਥੇਬੰਦੀਆਂ ਨੂੰ ਜਿਨ੍ਹਾਂ ਨੇ ਆੜੜ ਮੌਕਿਆਂ ਤੇ ਹਮੇਸ਼ਾ ਹੀ ਰਿਪੋਰਟ ਕੀਤਾ ਕਿ ਕਿਵੇਂ ਇੰਡੀਆ ਸਿੱਖਾਂ ਦੇ ਮਾਮਲਿਆਂ ਵਿੱਚ ਇੰਟਰਫੇਅਰ ਕਰ ਰਿਹਾ ਸਾਨੂੰ ਜਿਹੜਾ ਉਹ ਇਸ ਦੇ ਵਿੱਚ ਪਬਲਿਕ ਅਨੁਖਾਰੀ ਦਾ ਹਿੱਸਾ ਬਣਾਇਆ ਜਾਏ ਹੁਣ ਇਹ ਤਾਂ ਗੱਲ ਇੱਥੇ ਤੱਕ ਰੁਕੀ ਹੋਈ ਸੀ ਜਿਹੜੀ ਅੱਜ ਜਿਹੜੀ ਮੇਨ ਖਬਰ ਬ੍ਰੇਕ ਕੀਤੀ ਹੈ ਇੰਡੀਪੈਂਡੈਂਟ ਪਬਲੀਕੇਸ਼ਨ ਹੈ ਔਰ ਦਾ ਸੋਰਸ ਉਹਨਾਂ ਨੇ ਦਾ ਗਲੋਬ ਦਿੱਤਾ ਹੈ ਔਰ ਉਸ ਨੂੰ ਫਰਦਰ ਕੋਰਟ ਜਿਹੜਾ ਜੋੜ ਕੇ ਕਿਹਾ ਉਹ ਸੀਸਸ ਦੇ ਨਾਲ ਔਰ ਜਦੋਂ ਅਸੀਂ CSIS ਦੀ ਗੱਲ ਕਰਦੇ ਹਾਂ ਕੈਨੇਡੀਅਨ ਸਕਿਉਰਟੀ ਇੰਟੈਲੀਜੈਂਸ ਸਰਵਿਸ ਹੈ ਉਹਨਾਂ ਦੀ ਮੇਨ ਇਨਵੈਸਟੀਗੇਟਿਵ ਔਰ ਇੰਟੈਲੀਜੈਂਸ ਏਜੰਸੀ ਹੁਣ CSIS ਨੇ ਔਰ ਇਹ ਗਲੋਬ ਨੇ ਕਿਹਾ ਜੇ ਸਾਡੇ ਕੋਲ ਉਹ ਰਿਪੋਰਟ ਹੈ ਜਿਹੜੀ ਡੀਕਲਾਸੀਫਾਈ ਹੋਈ ਔਰ ਜਿਹੜੀ 2023 ਦੇ ਵਿੱਚ ਚੜੀ ਉਹਨਾਂ ਨੇ ਰਿਪੋਰਟ ਜਿਹੜੀ ਹੈ ਉਹ ਪ੍ਰਾਈਮ ਮਿਨਿਸਟਰ ਨੂੰ ਦਿੱਤੀ ਜਿਹਦੇ ਚ ਤਿੰਨ ਸਫੇ ਇੰਡੀਆ ਦੇ ਨਾਲ ਰਿਲੇਟਡ ਨੇ CSIS ਦੇ ਕਿ ਇੰਡੀਆ ਕਿਵੇਂ ਫੈਡਰਲ ਇਲੈਕਸ਼ਨਸ ਦੇ ਵਿੱਚ ਇੰਡੀਅਨ ਗਵਰਨਮੈਂਟ ਜਦੋਂ ਅਸੀਂ ਇੰਡੀਆ ਕਹਿੰਦੇ ਆ ਇਹਦਾ ਮਤਲਬ ਇੰਡੀਅਨ ਹਾਈ ਕਮਿਸ਼ਨ ਵੀ ਨੇ ਕੌਂਸੂਲੇਟ ਵੀ ਨੇ ਰੌ ਵੀ ਹੈ ਉਹਨਾਂ ਦੀ ਔਰ ਹੋਰ ਵੀ ਜਿਹੜੇ ਵੀ ਉਹਨਾਂ ਦੇ ਨੇ ਔਰ ਇਸ ਖਬਰ ਦਾ ਜਿਹੜੀ ਇੰਡੀਪੈਂਡੈਂਟ ਨੇ ਟਾਈਟਲ ਹੀ ਦਿੱਤਾ ਹੈ ਕੈਨੇਡਾ ਇੰਟੈਲੀਜੈਂਸ ਰਿਪੋਰਟ ਕਲੇਮਸ ਇੰਡੀਆ ਇਨਵੋਲਡ ਇਨ ਇਲੈਕਸ਼ਨ ਇੰਟਰਫੀਰੈਂਸ ਹੂੰ ਇੰਡੀਆ ਨੇਮਡ ਅਲੌਂਗਸਾਈਡ ਚਾਈਨਾ an in intelligence report investigating foreign interference in election aur is the detail de vich ta koi hor bahut ta kuch nahi hai kyunki unhone kaha bhi report sade kol hai par tin safiyan nu mudke unhone condense karke sirf ek fikra eh ditta hai ke eh india engages in foreign interference activities aur eh is to ilawa sirf ਚਾਈਨਾ ਜਿਹਦਾ ਨਾਮ ਲਿਆ ਗਿਆ इवन ਰਸ਼ੀਆ ਦਾ ਨਾਮ ਇਹਦੇ ਚ ਰਿਪੋਰਟਸ ਨਹੀਂ ਲਿਆ ਗਿਆ ਹਾਲਾਂਕਿ ਇਨੀਸ਼ੀਅਲੀ ਚਾਈਨਾ ਐਂਡ ਰਸ਼ੀਆ ਦਾ ਜ਼ਿਕਰ ਸੀ ਬਟ ਬਾਈ ਨੇਮ ਰਸ਼ੀਆ ਨਹੀਂ ਲਿਆ ਇੰਡੀਆ ਐਂਡ ਚਾਈਨਾ ਵਰਦਾ ਓਨਲੀ 2 ਕੰਟਰੀਜ਼ ਆਇਡੈਂਟੀਫਾਈਡ देयर ਨੇਮਸ ਇਨ ਦਾ ਰਿਪੋਰਟ ਫਿਰ ਚਾਈਨਾ ਦੇ ਰੋਲ ਬਾਰੇ ਉਹਨਾਂ ਨੇ ਕਿਹਾ ਕਿ ਜੀ ਰਿਪਬਲਿਕ ਆਫ ਚਾਈਨਾ ਇਹ ਕਰਦਾ ਉਹ ਕਰਦਾ ਔਰ ਭਾਰਤ ਬਾਰੇ ਜਿਹੜਾ ਹੈ ਉਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਭਈ ਇਹ ਜਦੋਂ ਹੁਣ ਇਵਨ ਚੱਲ ਰਿਹਾ ਔਰ ਕੱਲ ਅਸੀਂ ਪਾਸਿੰਗ ਰੈਫਰੈਂਸ ਚ ਗੁਰਪ੍ਰੀਤ ਸਿੰਘ ਸੋਹਤਾ ਉਹਨਾਂ ਦੇ ਟਵੀਟ ਤੇ ਬੇਸਡ ਗੱਲ ਕੀਤੀ ਸੀ ਕਿ ਕਿਵੇਂ ਭਾਈ ਹਰਦੀਪ ਸਿੰਘ ਨੇਜਰ ਦੇ ਇੱਕ ਨੇੜਲੇ ਸਾਥੀ ਉਹਨਾਂ ਦੇ ਦੋਸਤ ਸਿਮਰਨਜੀਤ ਸਿੰਘ ਕੱਲ ਉਹਨਾਂ ਦਾ ਨਾਂ ਨਹੀਂ ਸੀ ਉਹਨਾਂ ਦੇ ਘਰ ਦੇ ਬਾਹਰ ਫਾਸਟ ਮਿਡਨਾਈਟ ਜਿਹੜਾ ਹੈ ਉਹ 20 ਤੋਂ ਜ਼ਿਆਦਾ ਗੋਲੀਆਂ ਦਾ ਜ਼ਿਕਰ ਸੀ ਚਲਾਈਆਂ ਗਈਆਂ ਔਰ ਹਰ ਕੋਈ ਸੇਫ ਹੈ ਲੇਕਿਨ ਇੱਕ ਬਹੁਤ ਵੱਡਾ ਇਸ ਪੀਰੀਅਡ 'ਚ ਜਦੋਂ ਕਿ ਆਲਰੇਡੀ ਇੱਕ ਪਾਸੇ ਹਰਦੀਪ ਸਿੰਘ ਨੇਜਰ ਮਰਡਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੂਸਰੇ ਪਾਸੇ ਫੈਡਰਲ ਕਮਿਸ਼ਨ ਜਿਹੜਾ ਇੰਡੀਆ ਨੇ ਕਿਵੇਂ 2019 ਔਰ 2021 ਦੀਆਂ ਇਲੈਕਸ਼ਨਾਂ ਨੂੰ ਪ੍ਰਭਾਵਿਤ ਕੀਤਾ ਇਹਨੂੰ ਇਨਵੈਸਟੀਗੇਟ ਕਰ ਰਿਹਾ ਔਰ ਆਲਰੇਡੀ ਐਬਸਫੋਰਡ ਤੋਂ ਲੈ ਕੇ ਬ੍ਰੈਂਪਟਨ ਤੱਕ ਅਗਜ਼ਾਨੀ ਦੀਆਂ ਕਠਿਨਾਵਾਂ ਅਰਸਨ ਦੀਆਂ ਹੋਈਆਂ ਨੇ ਫਰੋਤੀਆਂ ਵੀਆਂ ਹੋਈਆਂ ਨੇ ਔਰ ਫਾਲੋ ਕਰਨਾ ਪਿੱਛਾ ਜਾਣਾ ਔਰ ਇਸ ਕਿਸਮ ਦੀਆਂ ਕਿੰਨੀਆਂ ਕਠਰਾਵਾਂ ਜਿਹੜੀਆਂ ਰਿਪੋਰਟ ਹੋਈਆਂ ਔਰ ਇਸ ਸਬ ਦੇ ਚੱਲਦੇ ਆ ਇਹ ਜਿਹੜੀ ਫਾਇਰਿੰਗ ਔਰ ਇਹ ਜਿਹੜੀ ਤੁਸੀਂ ਦੇਖੋ ਵੀ ਜਦੋਂ ਤੁਸੀਂ ਇਹਨਾਂ ਦੀ ਖੇਡ ਨੂੰ ਸਮਝੋਗੇ ਤਾਂ ਸਮਝ ਆ ਜਾਂਦੀ ਹੈ ਸੌਖੀ ਕਿ 1 ਲੱਖ ਬੰਦਾ ਇਕੱਠਾ ਹੁੰਦਾ ਹੈ ਸੈਨ ਫਰਾਂਸਿਸਕੋ ਦੇ ਵਿੱਚ ਖਾਲਸਤਾਨ ਲਈ ਵੋਟਾਂ ਪਾਉਣ ਲਈ ਔਰ ਖਬਰ ਕਿਤੇ ਕੋਈ ਖਬਰ ਨਹੀਂ ਦਾ ਕੋਈ ਡਿਸਕਸ਼ਨ ਨਹੀਂ ਕੋਈ ਉਹਨਾਂ ਦਾ ਗੋਬਰ ਆ ਰਹੀਆ ਕੋਈ ਹੋਰ ਨਜ਼ਰ ਨਹੀਂ ਆਂਦਾ ਸਿਵਿਕ ਸੈਂਟਰ 'ਚ ਵੋਟਾਂ ਪੈਂਦੀਆਂ ਨੇ 10 ਦਿਨ ਪਹਿਲਾਂ ਇਹਨਾਂ ਕੋਈ ਰੌਲਾ ਨਹੀਂ ਪੈਂਦਾ ਕਿ ਜੀ ਅਮਰੀਕਾ ਨੇ ਕਿਵੇਂ ਉਹਨਾਂ ਨੇ ਆਪਣਾ ਸਿਟੀ ਸੈਂਟਰ ਖੋਲ ਦਿੱਤਾ ਜਵੇਂ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਪ੍ਰੋਟੈਕਸ਼ਨ ਦੇ ਰਿਹਾ ਸਾਰਿਆਂ ਨੂੰ ਔਰ ਦੂਸਰਾ ਹਮ ਲੇਕਿਨ ਹੁਣ ਜਿਹੜੇ ਇਹਨਾਂ ਦੇ ਕੰਮ ਨੇ ਇਹ ਦੱਸਣਾ ਚਾਹੁੰਦੇ ਨੇ ਕਿ ਉਹ ਕੈਨੇਡਾ ਨੂੰ ਇਹ ਬਦਨਾਮਤਾ ਕਰ ਹੀ ਰਹੇ ਨੇ ਪਰ ਉਹਨਾਂ ਨੂੰ ਕੋਈ ਰਾਹ ਵੀ ਨਹੀਂ ਦੇਣਾ ਚਾਹੁੰਦੇ ਔਰ ਇਹ ਵੀ ਦੱਸਣਾ ਚਾਹੁੰਦੇ ਨੇ ਜੀ ਇਹ ਕੈਨੇਡਾ ਦੀ ਆਪਣੀ ਪ੍ਰੋਬਲਮ ਹੈ ਕਿਉਂਕਿ ਕੈਨੇਡਾ ਨੇ ਸਿਕ ਸੈਪਰੇਟਿਸਟਸ ਔਰ ਸਿਕ ਟੈਰਰਿਸਟ ਉਹਨਾਂ ਦੇ ਲਫ਼ਜ਼ਾਂ ਚ ਜੀ ਉਹਨਾਂ ਨੂੰ ਅੱਡੇ ਦਿੱਤੇ ਹੋਏ ਨੇ ਔਰ ਇਹ ਆਪਸੀ ਖਾਨਾ ਜੰਗੀ ਦੇ ਵਿੱਚ ਫਸੇ ਹੋਏ ਨੇ ਔਰ ਇਸ ਕਿਸਮ ਦਾ ਉਹਨੇ ਇਹਨਾਂ ਦੀ ਪੀਟੀਆਈ ਨੇ ਇਹ ਖਬਰ ਜਿਹੜੀ ਕੱਲ ਇੱਕ ਟਵੀਟ ਰੂਪ ਚ ਸੀ ਅੱਜ ਮੇજર ਖਬਰ ਬਣਾ ਕੇ ਸਾਰੇ ਭਾਰਤ ਦੇ ਨਿਊਜ਼ ਚੈਨਲਸ ਤੇ ਚੱਲ ਰਹੀ ਹੈ ਗਨ ਸ਼ਾਟਸ ਫਾਇਰਡ ਐਟ ਹਾਊਸ ਆਫ ਖਾਲਸਤਾਨ ਐਕਟੀਵਿਸਟ ਹਰਦੀਪ ਨਿਜਰਜ਼ ਫਰੈਂਡ ਸਿਮਰਨਜੀਤ ਸਿੰਘ ਕੈਨੇਡਾ ਸਰੀ ਕੈਨੇਡਾ ਪੁਲਿਸ ਪ੍ਰੋਬ ওভার ਨਾਈਟ ਸ਼ੂਟਿੰਗ ਐਟ ਦਾ ਹਾਊਸ ਔਰ ਉਹ ਖਬਰ ਦੀ ਉਹੀ ਹੈ ਕਿ ਫਰਾਨੀ ਸਟਰੀਟ ਤੇ ਇਹ ਉਹ ਪੂਰਾ ਮਲਾ ਨੰਬਰ ਘਰ ਨੰਬਰ ਦਿੱਤਾ ਹੋਇਆ ਹੈ ਕਿ ਜੀ ਇਸ ਫਾਇਰਿੰਗ ਦੇ ਵਿੱਚ ਇੱਕ ਕਾਰ ਜਿਹੜੀ ਹੈ ਹੈਵिली ਡੈਮੇਜ ਹੋਈ ਜਿਹਦੇ ਤੇ ਗੋਲੀਆਂ ਲੱਗੀਆਂ ਨੇ ਔਰ ਘਰ ਦੇ ਉੱਤੇ ਵੀ ਮਲਟੀਪਲ ਬੁਲੇਟ ਹੋਲਸ ਬਣੇ ਨੇ ਔਰ ਇਹ ਸਾਰੇ ਦੇ ਚੱਲਦੇ ਔਰ ਇਸ ਖਬਰ ਨੂੰ ਹੀ ਫੇਰ ਇਵਨ ਇੰਡੀਪੈਂਡੈਂਟ ਨੇ ਵੀ ਜਿੱਥੇ ਉਹਨੇ ਗੱਲ ਕੀਤੀ ਹਮ ਕਿ ਸੀਸਸ ਨੇ ਕਿਵੇਂ ਇੰਡੀਆ ਨੂੰ ਕੀਤਾ ਇਸ ਦੇ ਉੱਤੇ ਵੀ ਉਹਨਾਂ ਨੇ ਟਵਰਡਸ ਦ ਐਂਡ ਜਿਹੜੀ ਹੈ ਟੂ ਲਾਈਨਰ ਦਿੱਤਾ ਦਾ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਸੈਡ multiple shots were fired on thursday at the residence of simranjit singh an aid of niger who was killed last year police said they are investigating the incident is de uttar honne maninder singh nu bhi court kita jehde spokesperson ne british columbia gurdwara council de he blamed indian state actors for their role in the shooting due to niger's associates recent role ਇਨ ਆਰਗੇਨਾਈਜ਼ਿੰਗ ਅ ਪ੍ਰੋਟੈਸਟ ਆਊਟਸਾਈਡ ਇੰਡੀਅਨ ਕੌਂਸਲੇਟ ਉਹਨਾਂ ਨੇ ਕਿਹਾ ਜੀ ਸਮਰਨਜੀਤ ਸਿੰਘ ਨੇ 26 ਜਨਵਰੀ ਦਾ ਪ੍ਰੋਟੈਸਟ ਆਰਗੇਨਾਈਜ਼ ਕੀਤਾ ਇੰਡੀਅਨ ਕੌਂਸਲੇਟ ਦੇ ਬਾਹਰ ਔਰ ਉਹਨੂੰ ਇਹ ਜਿਹੜਾ ਉਹਨਾਂ ਨੇ ਗੋਲੀਆਂ ਦੇ ਨਾਲ ਉਹਦੇ ਘਰ ਦੇ ਉੱਤੇ ਹਮਲਾ ਕਰਵਾ ਕੇ ਧਮਕਾਇਆ ਸੋ ਮਤਲਬ ਇਹ ਹੈ ਮੈਨੂੰ ਲੱਗਦਾ ਹੈ ਕਿ ਵੀ ਕੈਨੇਡਾ ਦੇ ਵਿੱਚ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਅਸੀਂ ਇਸ ਕਿਸਮ ਦੀਆਂ ਵਾਇਲੈਂਸ ਦੀਆਂ ਘਟਨਾਵਾਂ ਦੇਖ ਸਕਦੇ ਹਾਂ ਇੰਡੀਅਨ ਏਜੰਸੀਆਂ ਅਮਰੀਕਾ 'ਚ ਬੇਸ਼ੱਕ ਅਮਰੀਕਾ ਨੇ ਉਹਨਾਂ ਨੂੰ ਪੁੱਠਾ ਝਟਕਾ ਦਿੱਤਾ ਉਹ ਰੁਕੇ ਹੋਣ ਦੇਖਣ ਐ ਲੱਗਦਾ ਵੀ ਕੈਨੇਡਾ ਚ ਇਹਨਾਂ ਦੇ ਦਿਲ ਵਧੇ ਹੋਏ ਨੇ ਔਰ ਉਹਨਾਂ ਨੂੰ ਇਹ ਭੁਲੇਖਾ ਹੈ ਸ਼ਾਇਦ ਕਿ ਵੀ ਅਲਟੀਮੇਟਲੀ ਉਹ ਇਸ ਕਿਸਮ ਦੀ ਇੰਟੀਮੀਡੇਟਿੰਗ ਟੈਕਟਿਕਸ ਦੇ ਨਾਲ ਕੈਨੇਡਾ ਦੇ ਸਿੱਖਾਂ ਦੀ ਆਵਾਜ਼ ਖਾਲਸਤਾਨ ਦੇ ਹੱਕ 'ਚ ਉਹਨੂੰ ਦਬਾ ਦੇਣਗੇ ਜਾਂ ਕੈਨੇਡੀਅਨ ਗਵਰਨਮੈਂਟ ਨੂੰ ਚੁਕਾ ਲੈਣਗੇ ਪਰ ਇਹ ਵੀ ਇਹਨਾਂ ਦਾ ਭੁਲੇਖਾ ਬਹੁਤ ਜਲਦੀ ਦੂਰ ਹੋ ਜਾਏਗਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥੀ ਲੈਣੇ ਬ੍ਰੇਕ ਵਿਊਰਸ ਤੁਸਨ ਜਿਤਨੇ ਬਣੇ ਰਹਣਾ ਮਿਲਦੇ ਆਂ ਛੋਟੇ ਜਿਹੇ ਵਕਫੇ ਤਬਾਤ ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ ਜਦੋਂ ਸਾਡੀ ਹੌਂਦ ਦੀ ਗੱਲ ਹੋਊਗੀ ਉਦੋਂ ਅਸੀਂ ਖੜੇ ਹੋ ਜਾਾਂਗੇ ਉਹ ਵੱਖਰੀ ਗੱਲ ਆ ਵੀ ਅਸੀਂ ਆ ਵੀ ਪਛਾਣ ਤੋਂ ਦੂਰ ਬੈਠਦੇ ਆ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਕਥਾਵਾਚਕ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ। ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਪਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ ਮਰਨ ਮੁਨਸਾ ਸੂਰਿਆ ਹਕ ਹੈ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟ੍ਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸਹੂਲਤ ਮੌਜੂਦ ਹੈਵੀ ਡਿਊਟੀ ਰਿਪੇਅਰ ਔਇਲ ਚੇਂਜ ਪੁਰਾਣੇ ਅਤੇ ਨਵੇਂ ਟਾਇਰ ਕੰਪਿਊਟਰ ਡਾਇਗਨੋਸਟਿਕ ਡੀਪੀਐਫ ਕਲੀਨਿੰਗ ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ ਵੇਅਰਸਕਿਪ ਵਰਜੀਨੀਆ 24486 ਦਸ਼ਕੋ ਬ੍ਰੇਤਬਾ ਤੁਹਾਡਾ ਸਭ ਦਾ ਪਰਪੂਰ ਸਵਾਗਤ ਹੈ ਅੱਜ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਤੇ ਭਾਰਤ ਦੇ ਬਾਰੇ ਨਾਲ ਕਿ ਮੀਡੀਆ ਰਿਪੋਰਟਾਂ ਅਨੁਸਾਰ 17 ਫਰਵਰੀ ਨੂੰ ਭਾਰਤੀ 에ਅਰ ਫੋਰਸ ਵੱਲੋਂ ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਪੋਖਰਾਨ ਰਾਜਸਥਾਨ ਵਿੱਚ ਹਵਾਈ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ ਔਰ ਹਵਾਈ ਮਸ਼ਕਾਂ ਸੰਬੰਧੀ ਮੀਡੀਆ ਵਿੱਚ ਦਿੱਤੇ ਗਏ ਵੇਰਵੇ ਤੋਂ ਸਹਿਜ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਇਹਨਾਂ ਮਸ਼ਕਾਂ ਦਾ ਅਸਲੀ ਮਕਸਦ ਪਾਕਿਸਤਾਨ ਨੂੰ ਧਮਕਾਉਣਾ ਹੈ ਔਰ ਭਾਰਤੀ ਲੀਡਰਾਂ ਦੇ ਭੜਕਾਉ ਬਿਆਨਾਂ ਤੋਂ ਕਿਸੇ ਭਵਿੱਖ ਦੀ ਸ਼ਰਾਰਤ ਦੀ ਬੂ ਵੀ ਆ ਰਹੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਿੱਸੀ ਤਰ੍ਹਾਂ ਬੜੇ ਨਾ ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਾਬਤਾ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਬੰਬਈ ਬੇਸਡ ਇੱਕ ਯੂਟਿਊਬਰ ਹੈ ਹਾਲਾਂਕਿ ਸ਼ਾਇਦ ਖੁਦ ਵੀ ਫੋਰਨ ਸਰਵਿਸ ਚ ਰਹਾ ਹੈ ਉਸ ਨੂੰ ਕਾਫੀ ਲੋਕ ਦੇਖਦੇ ਨੇ ਅੱਛਾ ਉਹ ਕ੍ਰਿਟੀਕਲ ਵੀ ਹੈ ਮੋਦੀ ਸਰਕਾਰ ਦਾ ਵੈਸੇ ਤਾਂ ਪੱਕਾ ਇੰਡੀਅਨ ਨੈਸ਼ਨਲਿਸਟ ਹੈ ਪਰ ਉਹਨੇ 4-5 ਦਿਨ ਪਹਿਲਾਂ ਇਹ ਜ਼ਿਕਰ ਕੀਤਾ ਸੀ ਉਹਨੇ ਕਿਹਾ ਜੀ ਕਿ ਉਹਨੇ ਕਿਹਾ ਸਾਡੀ ਜਾਣਕਾਰੀ ਮੁਤਾਬਕ ਇੱਕ ਬੜੀ ਆਲਾ ਲੈਵਲ ਦੇ ਉੱਤੇ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਦੀ ਖੁਫੀਆ ਮੀਟਿੰਗ ਜਿਹਦੇ ਚ ਅਜੀਤ ਡੋਵਲ ਫੌਜ ਦਾ ਚੀਫ ਔਰ ਅਮਿਤ ਸ਼ਾਹ ਔਰ ਹੋਰ ਜਿਹੜਾ ਇਹਨਾਂ ਦੇ ਕੋਈ ਕਿਸੇ ਕਮਾਂਡਰ ਦਾ ਜ਼ਿਕਰ ਸੀ ਕਿ ਉਹਨਾਂ ਨੇ ਖੁਫੀਆ ਮੀਟਿੰਗ ਜਿਹੜੀ ਕਈ ਘੰਟੇ ਚੱਲੀ ਉਹਦੇ ਚ ਕੁਸ਼ ਆਸਾ ਹੈ ਜਿਹੜਾ ਕਿ ਲੋਕਾਂ ਨੂੰ ਨਹੀਂ ਪਤਾ ਬਟ ਕੁਛ ਨਾ ਕੁਛ ਵਾਪਰਣ ਜਾ ਰਿਹਾ ਹੂੰ ਫਿਰ ਉਹਨੇ ਹੀ ਕਿਆ ਅਸਰਾਈਆਂ ਕੀਤੀਆਂ ਕਿ ਵੀ ਕੀ ਇਹ ਕੋਈ ਚੀਨ ਦੇ ਨਾਲ ਇਕਰਾਦੀ ਲਾਈਨ ਵੱਲ ਵਧਣ ਦੀ ਲਾਈਨ ਹੈ ਇਲੈਕਸ਼ਨਾਂ ਤੋਂ ਪਹਿਲਾਂ ਜਾਂ ਪਾਕਿਸਤਾਨ ਦੇ ਨਾਲ ਕੋਈ ਲਾਈਨ ਹੈ ਔਰ ਫਿਰ ਅਸੀਂ ਜਦੋਂ ਇਸ ਪਿਛੋਕੜ 'ਚ ਦੇਖਦੇ ਹਾਂ ਕਿ ਰਾਜਨਾਥ ਸਿੰਘ ਜੇ ਲਾਈਨ ਆਫ ਕੰਟਰੋਲ ਤੇ ਜਾਂਦਾ ਹੈ ਤੇ ਉੱਥੇ ਉਹ ਕਹਿੰਦਾ ਹੈ ਕਿ ਜੀ ਸਾਡੀ ਫੌਜ ਕਿਸੇ ਵੇਲੇ ਵੀ ਐਲੋਸੀ ਕ੍ਰੋਸ ਕਰ ਸਕਦੀ ਹੈ ਫੌਜ ਦਾ ਚੀਫ ਵੀ ਕਹਿੰਦਾ ਹੈ ਕਿ ਜੀ ਅਸੀਂ ਸਾਨੂੰ ਹੁਕਮ ਚਾਹੀਦਾ ਹੈ ਸਿਆਸੀ ਅਸੀਂ ਕਿਸੇ ਵੇਲੇ ਵੀ ਜਾ ਸਕਦੇ ਹਾਂ ਜੀ ਔਰ ਇਹ ਸਾਰਾ ਔਰ ਇਸ ਪੀਰੀਅਡ ਦੇ ਵਿੱਚ ਅਸੀਂ ਈਰਾਨ ਦੀਆਂ ਮਿਜ਼ਾਈਲ ਫਾਇਰ ਕਰਨਾ ਔਰ ਪਾਕਿਸਤਾਨ ਦਾ ਟ੍ਰਿਟ ਫੋਰ ਟੈਟ ਇਹ ਪਿਛੋਕੜ ਵੀ ਅਸੀਂ ਦੇਖਦੇ ਹੁਣ ਇੱਕ 파ਟ ਹੁੰਦਾ ਹੈ ਪੜਕਾਟ ਪੈਦਾ ਕਰਨਾ ਪੜਕਾਟ ਤਾਂ ਹੈ ਜਦੋਂ ਦੀ ਹਿੰਦੂ ਤਵੀਆਂ ਦੇ ਕੋਲ ਪਾਵਰ ਆਈ ਹੈ ਔਰ ਉਸ ਤੇ ਲਈ ਅਸੀਂ 2019 ਦੀਆਂ ਚੋਣਾ ਵੀ ਦੇਖਿਆ ਕਿ ਮੋਦੀ ਨੇ ਕਿਵੇਂ ਪੁਲਵਾਮਾ ਦਾ ਕਾਰਾ ਕਰਵਾ ਕੇ ਸਤਪਾਲ ਮਲਕ ਜਿਹੜਾ ਗਵਰਨਰ ਸੀ ਉਦੋਂ ਹੁਣ ਤਾਂ ਉਹਦੇ ਸਟੇਟਮੈਂਟ ਤੋਂ ਬਾਅਦ ਕੋਈ ਪ੍ਰੇਖਾ ਨਹੀਂ ਹੈ ਵੀ ਇਹਨਾਂ ਦਾ ਸਾਰਾ ਕੀ ਸੀ ਫਿਰ ਬਾਲਾਕੋਟ ਕਿਉਂ ਐ ਝੂਠ ਕਿ ਜੀ ਇਹਨੇ ਅਸੀਂ ਮਾਰਤੇ ਟ੍ਰੇਨਿੰਗ ਕੈਂਪ ਤੇ ਫਲਾਣਾ ਠੰਕਾ ਉਹ ਸਾਰੇ ਦੇ ਥੱਲੇ ਫਿਰ ਹੁਣ ਇਹਨਾਂ ਦੇ ਦਾਅਵੇ ਕਿ ਜੀ ਅਭਿਨੰਦਨ ਵੀ ਅਸੀਂ ਦਾ 24 ਆਵਰ ਨੋਟਿਸ ਦਿੱਤਾ ਤੇ ਪਾਕਿਸਤਾਨ ਨੇ ਉਵੇਂ ਜਿਹੜਾ ਉਹ ਛੱਡਿਆ ਜਿਹੜਾ ਪਾਕਿਸਤਾਨ ਦਾ ਹਾਈ ਕਮਿਸ਼ਨਰ ਸੀ ਅ ਨਾ ਇੰਡੀਆ ਦਾ ਹਾਈ ਕਮਿਸ਼ਨਰ ਸੀ ਪਾਕਿਸਤਾਨ ਜਿਹਨੇ ਕੋਈ ਕਿਤਾਬ ਲਿਖੀ ਆ ਉਹਦੇ ਚ ਇਸ ਕਿਸਮ ਦੇ ਦਾਅਵੇ ਤੋਂ ਉਸ ਕਿਸਮ ਦਾ ਕਿ ਜੀ ਔਰ ਫਿਰ ਪਾਰਲੀਮੈਂਟ ਚ ਖਲੋ ਕੇ ਇਸ ਦਾ ਅਮਿਤ ਸ਼ਾਹ ਦਾ ਇਹ ਕਹਿਣਾ ਕਿ ਜੀ ਇਹ ਆਜ਼ਾਦ ਕਸ਼ਮੀਰ ਜਿਹੜਾ ਅਸੀਂ ਲੈਣਾ ਹੀ ਲੈਣਾ ਔਰ ਖਸਾਈ ਚਨ ਵੀ ਲੈਣਾ ਚੀਨ ਨੇ ਤਾਂ ਉਹਦਾ ਜਵਾਬ ਦਿੱਤਾ ਇਹਨਾਂ ਨੇ 4000 ਸਕਰ ਮਾਈਲ ਟੈਰੀਟਰੀ ਆਪਣੀ ਗਵਾਈ ਲੇਕਿਨ ਜਦੋਂ ਇਹ ਈਵਨ ਜਿਹੜੇ ਅਮਰੀਕਾ ਦੇ ਦਾ ਐਮਬੈਸਡਰ ਪਾਕਿਸਤਾਨ ਚ ਆ ਉਹ ਜਦੋਂ ਗਿਲਗਿਤ ਬਲਤੀਸਤਾਨ ਗਿਆ ਇੰਡੀਆ ਨੇ ਅਫੀਸ਼ੀਅਲ ਪ੍ਰੋਟੈਸਟ ਕੀਤਾ ਹੂੰ ਕਿ ਜੇ ਸਾਡੀ ਟੈਰੀਟਰੀ ਚ ਤੁਸੀਂ ਗਏ ਹੋਣ ਪਿੱਛੇ ਜਿਹੜੀ ਇਹਨਾਂ ਦੀ ਉਹਨਾਂ ਨੇ ਲਾਈ ਹੈ ਹਾਈ ਕਮਿਸ਼ਨਰ ਪਾਕਿਸਤਾਨ ਦੇ ਵਿੱਚ ਨਵੀਂ ਉਹ ਜਦੋਂ ਗਈ ਹੈ ਮੀਰਪੁਰ ਔਰ ਮੁਜ਼ਫਰਾਬਾਦ ਜਿਹੜਾ ਆਜ਼ਾਦ ਕਸ਼ਮੀਰ ਦੂਸਰੇ ਪਾਸੇ ਲਾਈਨ ਆਫ ਕੰਟਰੋਲ ਉਦੋਂ ਵੀ ਇੰਡੀਆ ਨੇ ਪ੍ਰੋਟੈਸਟ ਕੀਤਾ ਸੋ ਇਸ ਸਾਰੇ ਪਿਛੋਕੜ ਚ ਔਰ ਵਿਦਨ ਇਹ ਰਾਮ ਮੰਦਰ ਦੇ ਨਾਂ ਥੱਲੇ ਜੋ ਕੁਝ ਉਛਲ-ਕੂਦ ਇਹਨਾਂ ਨੇ ਕੀਤੀ ਔਰ ਹੁਣ ਜਿਵੇਂ ਮਥਰਾ ਬਨਾਰਸ ਦੀਆਂ ਨਸੀਤਾਂ ਔਰ ਮੁਸਲਮਾਨਾਂ ਦੇ ਖਿਲਾਫ ਕਿਸ ਕਿਸਮ ਦਾ ਮਾਹੌਲ ਸਿਰਜ ਰਿਹਾ ਹੈ ਨੇ ਯੂਪੀ ਦੇ ਵਿੱਚ ਬੁਲਡوزر ਵੀ ਚੱਲ ਰਿਹਾ ਹੈ ਉਹ ਬੁਲਡوزر ਹੁਣ ਈਵਨ ਕਿਉਂਕਿ ਮਹਾਰਾਸ਼ਟਰ ਜੀ ਵੀ ਇਹਨਾਂ ਦੀ ਸਰਕਾਰ ਹੈ ਬੰਬਈ ਦੇ ਵਿੱਚ ਕਿੰਨੇ ਕਿੰਨੇ ਮੁਸਲਮਾਨਾਂ ਨੂੰ ਬੇਕਾਰੇ ਔਰ ਬੇਕਾਰੋਬਾਰੇ ਕਰਨ ਲਈ ਦੁਕਾਨਾਂ ਉਹਨਾਂ ਦੀਆਂ ਤਬਾਹ ਕੀਤੀਆਂ ਗਈਆਂ ਸੋ ਇਹ ਸਾਰੇ ਪਿਛੋਕੜ ਜਦੋਂ ਅੱਜ ਮੈਂ ਇਹ ਪੀਟੀਆਈ ਦੀ ਮੇਨ ਖਬਰ ਦੇਖੀ ਕਿ ਇੰਡੀਅਨ 에ਅਰ ਫੋਰਸ ਟੂ ਸ਼ੋਕੇਸ ਫਾਇਰ ਪਾਵਰ ਇਨ ਪੋਖਰਨ অন ਫ फेब्रुवारी 17 ਰਾਫੇਲ ਪ੍ਰਚੰਡ ਟੂ ਟੇਕ ਪਾਰਟ ਫਾਰ ਫਸਟ ਟਾਈਮ ਤੇ ਇਹ ਖਬਰ ਦੀ ਜਿਉਂ-ਜਿਉਂ ਮੈਂ ਡੀਟੇਲ ਦੇਖੀ ਮੈਂ ਕਿਹਾ ਵੀ ਇਹ ਮੈਸ ਠੀਕ ਹੈ ਵੀ ਸਾਰੀਆਂ ਹੀ ਫੌਜਾਂ ਜਿਹੜੀਆਂ ਮੁਲਕਾਂ ਦੀਆਂ ਹੁੰਦੀਆਂ ਨੇ ਜੇਅਰ ਫੋਰਸ ਹੋਏ ਨੇਵੀ ਹੋਏ ਗਰਾਉਂਡ ਟਰੂਪਸ ਹੋਣ ਇਨਫੈਂਟਰੀ ਹੋਏ ਉਹ ਆਪਣੀਆਂ ਐਕਸਰਸਾਈਜ਼ ਕਰਦੇ ਨੇ ਜਿਨ੍ਹਾਂ ਨੂੰ ਮਸ਼ਕਾਂ ਕਹਿੰਦੇ ਨੇ ਪਾਣੀਆਂ ਵਾਲੇ ਪਾਣ ਕੇ ਵੀ ਜੁਆਇੰਟ ਮੁਰਕਾਂ ਦੀਆਂ ਵੀ ਹੁੰਦੀਆਂ ਜਿਵੇਂ ਪਾਕਿਸਤਾਨ ਔਰ ਚਾਈਨਾ ਦੀ ਨੇਵੀ ਕਰਦੀ ਐ ਜਾਂ ਈਵਨ ਪਾਕਿਸਤਾਨ ਔਰ ਅਮਰੀਕਾ ਦੀ ਔਰ ਅਮਰੀਕਾ ਔਰ ਇੰਡੀਆ ਰੇ ਇਹ ਸਾਰਾ ਤਾਂ ਚੱਲਦਾ ਹੀ ਹੈ ਪਰ ਤੁਸੀਂ ਦੋ ਸਾਈਡਸ ਦੋ ਚੀਜ਼ਾਂ ਦੇ ਉੱਤੇ ਜਦੋਂ ਤੁਹਾਡਾ ਧਿਆਨ ਜਾਂਦਾ ਇੱਕ ਤਾਂ ਸਾਈਡ ਤੁਸੀਂ ਕਿੱਥੇ ਕਰ ਰਹੇ ਹੋ ਮਸ਼ਕ ਅੱਛਾ ਫਿਰ ਮਸ਼ਕ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਵੀ ਤੁਸੀਂ ਤੁਹਾਡੇ ਕੋਲ ਕੀ ਹੈ ਉਹਨੂੰ ਤੁਸੀਂ ਐਗਜ਼ਿਬਿਟ ਕਰਨਾ ਹੁੰਦਾ ਰਾਦਰ ਹਥਿਆਰ ਤਾਂ کارਗਰ ਉਹੀ ਹੁੰਦਾ ਜਿਹਦਾ ਪਤਾ ਹੀ ਨਾ ਹੋਵੇ ਅੱਛਾ ਹੁਣ ਜੇ ਅਮਰੀਕਾ ਨੇ ਐਟਮ ਬੌਮਬ ਦਾ ਇਸਤੇਮਾਲ ਕੀਤਾ ਉਹ ਸ਼ਾਇਦ ਜਰਮਨ ਨੂੰ ਵੀ ਇਹ ਕਨਫਰਮ ਨਹੀਂ ਸੀ ਕਿ ਅਮਰੀਕਾ ਨੇ ਬਣਾ ਲਿਆ ਹੋਇਆ ਉਹਨਾਂ ਨੇ ਕੋਈ ਉਹਦੀ ਐਗਜ਼ਿਬਿਸ਼ਨ ਤਾਂ ਨਹੀਂ ਸੀ ਲਾਈ ਇਸੇ ਤਰ੍ਹਾਂ ਜੋ ਤੁਹਾਡੇ ਵੈਪਨਰੀ ਹੈ ਜਾਂ ਜੋ ਤੁਹਾਡੇ ਕੋਲ ਹੈ ਉਹਨੂੰ ਤੁਸੀਂ ਡਿਸਪਲੇ ਨਹੀਂ ਕਰਦੇ ਰਾਦਰ ਦੂਸਰੇ ਜਿਹੜੇ ਮੁਲਕ ਦੇ ਨਾਲ ਤੁਹਾਡਾ ਟਕਰਾਹ ਹੁੰਦਾ ਹੈ ਜਾਂ ਹੋਣ ਦੇ ਚਾਂਸਸ ਹੁੰਦੇ ਨੇ ਉਹਨਾਂ ਦੀਆਂ ਖੁਫੀਆ ਏਜੰਸੀਆਂ ਜਾਣਨਾ ਚਾਹੁੰਦੀਆਂ ਹੁੰਦੀਆਂ ਨੇ ਵੀ ਤੁਹਾਡੇ ਕੋਲ ਕੀ ਹੈ ਹਮ ਲੇਕਿਨ ਜਿਵੇਂ ਇਹ ਬਰੇਜ਼ਨ ਸ਼ੋਅ ਆਫ ਪਾਵਰ 17 ਫਰਵਰੀ ਨੂੰ ਕਰਨ ਜਾ ਰਹੇ ਨੇ ਔਰ ਪੋਖਰਾਨ ਉਹ ਥਾਂ ਹੈ ਜਿਹੜਾ ਬਿਲਕੁਲ ਰਾਜਸਥਾਨ ਸੈਕਟਰ ਦੇ ਵਿੱਚ ਪਾਕਿਸਤਾਨ ਨਾਲ ਲੱਗਦਾ ਬਾਰਡਰ ਹੈ ਇਸੇ ਹੀ ਪੋਖਰਾਨ ਦੀ ਥਾਂ ਤੇ इंदिरा गांधी ਨੇ 1974 ਦੇ ਵਿੱਚ ਪਹਿਲਾ ਐਟਮ ਧਮਾਕਾ ਕੀਤਾ ਸੀ ਭਾਰਤ ਨੇ ਕਿਵੇਂ ਮਿਸਯੂਜ਼ ਕੀਤਾ ਜਿਹੜਾ ਰੀਐਕਟਰ ਕੈਨੇਡਾ ਨੇ ਔਰ ਦੂਸਰਿਆਂ ਨੇ ਮਦਦ ਕੀਤੀ ਸੀ ਔਰ ਫਿਰ ਕੱਲਾ ਹੀ ਨਹੀਂ ਉਸ ਜਿਹੜਾ ਪਹਿਲਾ ਐਟੋਮਿਕ ਧਮਾਕਾ ਸੀ ਉਹਦਾ ਨਾਮ ਰੱਖਿਆ ਸੀ ਸਮਾਈਲਿੰਗ ਬੁੱਧਾ ਹੂੰ ਫਿਰ 1998 ਚ ਅਟਲ ਬਿਹਾਰੀ ਵਾਜਪਾਈ ਨੇ ਉੱਥੇ ਪੰਜ ਧਮਾਕੇ ਕਰਕੇ ਲਾਫਿੰਗ ਬੁੱਧਾ ਸੋ ਇਹ ਬੁੱਧ ਨੂੰ ਰੈਡਿਕਿਊਲ ਕਰ ਬੁੱਧ ਜਿਹੜਾ ਹੈ ਸਾ ਪਰਮੋਧ ਹਰਮ ਜਿਹੜਾ ਨਾਨ ਵਾਇਰਸ ਯਕੀਨ ਕਰਦਾ ਤੁਸੀਂ ਐਟੋਮਿਕ ਜਿਹਦਾ ਮਤਲਬ ਹੁੰਦਾ ਸਮੁੱਚੀ ਤਬਾਈ ਉਹ ਕਰ ਰਹੇ ਹੋ ਤਾਂ ਨਾ ਤੁਸੀਂ ਬੁੱਧਾ ਦੇ ਜੋੜ ਰਹੇ ਹੋ ਇਹ ਆਪਣੇ ਆਪ ਚ ਕਿ ਬੁੱਧ ਨੂੰ ਅੱਜ ਤੱਕ ਵੀ ਮੁਆਫ ਨਹੀਂ ਕੀਤਾ ਹੈ ਇਹਨਾਂ ਨੇ ਉਹਨੂੰ ਅੱਜ ਵੀ ਉਹ ਰੈਡਿਕਿਊਲ ਕਰਦੇ ਨੇ ਲੇਕਿਨ ਇਸ ਗੱਲ ਦਾ ਵੀ ਧਿਆਨ ਰਹਿ ਕੇ ਵੀ ਇਹ ਉਸ ਡੇਜ਼ਰਟ ਚ ਜਾ ਕੇ ਕਰਨ ਦਾ ਇਦੇ ਉਦੋਂ ਅਸੀਂ ਵੀ ਰਿਐਕਟ ਕੀਤਾ ਸੀ 1998 ਚ ਮੈਨੂੰ ਯਾਦ ਹੈ ਵੀ ਅਸੀਂ ਆਪਣੀ ਰਿਪਰੈਜੈਂਟੇਸ਼ਨ ਕਾਂਗਰਸ ਨੂੰ ਦਿੱਤੀ ਕਿ ਭਈ ਇਹ ਤਾਂ ਸਾਡਾ ਬੈਕਯਾਰਡ ਹੈ ਜੀ ਔਰ ਇਹ ਸਾਰੇ ਚ ਹੋਣ ਦਾ ਮਤਲਬ ਹੈ ਵੀ ਰੇਡੀਏਸ਼ਨ ਦਾ ਕੀ ਨੁਕਸਾਨ ਔਰ ਉਹਦਾ ਪਹਿਲਾ ਵਿਕਟਮ ਜਦੋਂ ਇਹਨਾਂ ਨੇ 1998 ਚ ਕੀਤਾ ਦਰਬਾਰਾ ਸਿੰਘ ਨਾਂ ਦਾ ਬੰਦਾ ਹੈ ਜਿਹੜਾ ਸਪੀਕਰ ਵੀ ਰਿਹਾ ਪੰਜਾਬ ਅਸੈਂਬਲੀ ਦਾ ਗਵਰਨਰ ਸੀ ਰਾਜਸਥਾਨ ਦਾ ਹੂੰ ਉਹਨੂੰ ਭਾਜਪਾ ਨੇ ਲਾਇਆ ਸੀ ਔਰ ਇਹ ਉਹਦੀ ਡੈਥ ਹੋ ਗਈ ਸੀ ਅਗਲੇ ਦਿਨ ਕਿਉਂਕਿ ਉਹ ਉਸ ਸਾਈਟ ਤੇ ਗਿਆ ਹੋਇਆ ਸੀ ਔਰ ਉੱਥੋਂ ਹੀ ਬੇਹੋਸ਼ੀ ਦੀ ਹਾਲਤ ਚ ਲਿਆਂਦਾ ਔਰ ਕੀ ਹੈ ਔਰ ਅੱਜ ਵੀ ਇਹ ਇੱਕ ਭੇਤ ਹੈ ਇਦਾਂ ਦੀ ਕਦੇ ਇਨਵੈਸਟੀਗੇਸ਼ਨ ਨਹੀਂ ਹੁੰਦੀ ਮੈਂ ਬੈਕਗ੍ਰਾਉਂਡ ਇਸ ਲਈ ਦੱਤੀ ਹੈ ਕਿ ਪੋਖਰਾਂਚ ਔਰ ਜਦੋਂ ਅਸੀਂ ਇਹ ਵਿਊਰਸ ਨਾਲ ਡਿਸਕਸ ਕਰਾਂਗੇ ਕਿ ਭਈ ਕਿਸ ਲੈਵਲ ਦੇ ਹਥਿਆਰਾਂ ਦੀ ਐਗਜ਼ੀਬਿਸ਼ਨ ਹੈ ਇੱਥੇ ਹਮ ਔਰ ਕਿਸ ਲੈਵਲ ਦੇ ਉੱਤੇ ਇਹਨਾਂ ਦਾ ਫਾਈਟਰ ਜੈਟ ਰਾਫੇਲ ਲਾਈਟ ਕੰਬੈਟ ਹੈਲੀਕਾਪਟਰ प्रचंडा अपाची अटैक हेलीकॉप्टर्स विल बी अमंग द एसेट्स टेकिंग पार्ट इन द एक्सरसाइज फॉर द फर्स्ट टाइम ਕਿ ਵੀ ਇਹਨਾਂ ਨੂੰ ਅਸੀਂ ਕਰ ਰਹੇ ਆਂ ਅੱਛਾ ਔਰ ਉਹਨਾਂ ਨੇ ਕਿਹਾ ਜੀ ਅਸੀਂ ਇਸ ਦਾ ਨਾਮ वायु शक्ति ਰੱਖਿਆ ਕਿ ਵੀ ਹਵਾ ਚੋਂ ਜਿਹੜੀ ਸਾਡੀ ਤਾਕਤ ਨਿਕਲਦੀ ਹੈ ਔਰ ਇਹ ਪੋਖਰਾਨ ਰੇਂਜ ਕਲੋਜ਼ ਟੂ ਇੰਡੀਆ ਪਾਕਿਸਤਾਨ ਬਾਰਡਰ ਅਸੀਂ ਇਹ ਕਰ ਰਹੇ ਆਂ ਔਰ ਉਹਦੇ ਚ ਉਹਨਾਂ ਦਾ ਇਹ ਜਿਹੜਾ ਮੁਖੀ ਹੈ 에어 স্টাফ 에어 마샬 ਏ ਪੀ ਸਿੰਘ ਉਹਨੇ ਕਿਹਾ ਕਿ ਜੀ ਇਹ ਸਾਰਾ ਦਿਨ ਚੱਲੇਗੀ ਡਸਕ ਤੋਂ ਨਾਈਟ ਤੱਕ ਵੀ ਪਲਾਨ ਟੂ ਕੰਡਕਟ ਦਿਸ ਐਕਸਰਸਾਈਜ਼ ਵਾਯੂ ਸ਼ਕਤੀ 2024 ਟੂ ਸ਼ੋਕੇਸ ਦਾ ਫੁੱਲ ਸਪੈਕਟ੍ਰਮ ਆਫ ਆਪਰੇਸ਼ਨਸ ਥੈਟ ਇੰਡੀਅਨ ਐਰੋਸਪੇਸ ਪਾਵਰ ਕੈਨ ਅੰਡਰਟੇਕ ਐਂਡ ਇਟ ਇਜ਼ ਗੋਇੰਗ ਟੂ ਬੀ ਕੰਡਕਟਿਡ ਇਨ ਅ ਨੀਅਰ ਰੀਅਲਿਸਟਿਕ ਸਿਨੇਰੀਓ ਇਹ ਸਭ ਤੋਂ ਖਤਰਨਾਕ ਕਿ ਜਿਵੇਂ ਜੰਗ ਹੋ ਰਹੀ ਹੈ ਇੱਕ ਹੁੰਦਾ ਹੈ ਵੀ ਤੁਸੀਂ ਇਮੇਜਿਨ ਕਰਦੇ ਹੋ ਸਿਨੈਰੀਓ ਜਿਵੇਂ ਜਿਹਨਾਂ ਨੂੰ ਇਹ ਵਾਰ ਗੇਮਸ ਕਹਿੰਦੇ ਨੇ ਕੰਪਿਊਟਰ ਤੇ ਬੈਠੇ ਖੇਡਦੇ ਹੁੰਦੇ ਨੇ ਕਿ ਜੇ ਉਹਦੇ ਨਾਲ ਲੜ ਜਾਏ ਉਹਦੇ ਨਾਲ ਲੜ ਜਾਏ ਉਹ ਕਹਿ ਰਿਹਾ ਵੀ ਇਹ ਅਸੀਂ ਜਿਹੜਾ ਕਰ ਰਹੇ ਆ ਇਹ ਰੀਅਲ ਵਾਰ ਥੀਟਰ ਹੈ ਰੀਅਲ ਨੀਅਰ ਰੀਅਲਿਸਟਿਕ ਸਿਨੈਰੀਓ ਕਿ ਵੀ ਇਹ ਅਸਲ ਦੇ ਨੇੜੇ ਔਰ ਬੈਠੇ ਵੀ ਰਾਜਸਥਾਨਸ ਨੇ ਪਾਕਿਸਤਾਨੀ ਟਾਰਗੇਟ ਜਾ ਕੇ ਲਦਾਖਸ ਕਰੋ ਜੇ ਤੁਸੀਂ ਰਾਫੇਲ ਦਿਖਾਣੇ ਨੇ ਤੇ ਪਰਚੰਡਾ ਦਿਖਾਣੇ ਤੇ ਆਪਾਚੀ ਦਿਖਾਣੇ ਜ਼ਰਾ ਉਹਨਾਂ ਨੂੰ ਦਿਖਾਓ ਜਿੰਨਿਆਂ ਨੂੰ ਔਰ ਉਹ ਠੀਕ ਕਿਹਾ ਉਹਨਾਂ ਨੇ ਆਪੋਜੀਸ਼ਨਲ ਪਾਰਟੀ ਨੇ ਵੀ ਮੋਦੀ ਬੋਲਦਾ ਕਿਉਂ ਨਹੀਂ ਹੈ ਵੀ ਉੱਥੇ ਸਟੇਟਸਕੋ ਕਦੋਂ ਬਹਾਲ ਕਰਨਾ ਜਿਹੜਾ 2020 ਦਾ ਵਿਗੜਿਆ ਹੋਇਆ ਫਿਰ ਇਹਦੇ ਵਿੱਚ ਕੋਈ ਛੋਟੀ ਐਕਸਰਸਾਈਜ਼ ਨਹੀਂ ਹੈ ਮੋਰ ਥੈਨ 100 에ਅਰ ਕ੍ਰਾਫਟਸ will participate in the exercise this year including support air craft and stand by asset on the ground 100 ਤੋਂ ਜ਼ਿਆਦਾ ਜਿਹੜੇ ਜਹਾਜ਼ ਨੇ ਇਸ ਐਕਸਰਸਾਈਜ਼ 'ਚ ਹੋਣਗੇ ਇਸ ਦੇ ਵਿੱਚ ਉਹਨਾਂ ਦੇ ਜਿੰਨੇ ਤੀਜਾਸ ਐਡਵਾਂਸ ਲਾਈਟ ਹੈਲੀਕਾਪਟਰ ਤਰਵਾ ਪ੍ਰਚੰਦਾ ਉਹ ਸਾਰੇ ਹਿੰਦੂਆਇਜ਼ ਨਾ ਰੱਖੇ ਹੋਏ ਨੇ ਰਾਫੇਲ ਜਗਵਾਰ ਮਿਰਾਜ 2000 ਐਸਯੂ 30 ਐਮਕੇਆਈ ਮਿਗ 29 ਐਂਡ ਹਾਕ ਸੋ ਆਪਣੀ ਪਾਵਰ ਦਿਖਾ ਰਹੇ ਨੇ ਕਿ 에어 ਪਾਵਰ ਮੈਂ ਤਾਂ ਕਹਿਆ ਵੀ ਉਹਦੇ ਚ ਅਭਿਨੰਦਨ ਨੂੰ ਲੀਡਰ ਬਣਾਓ ਕਿ ਵੀ ਉਹ ਤਾਂ ਜਾ ਕੇ ਆਇਆ ਨਾ ਪਾਕਿਸਤਾਨ ਫੈਂਟੈਸਟਿਕ ਟੀਪੀ ਗਿਆ ਹੈ ਉਸ ਐਕਸਰਸਾਈਜ਼ ਨੂੰ ਹੈਡ ਕਰੇਗੇ ਦੱਸੇ ਜੀ ਜਦੋਂ ਤੁਸੀਂ ਜਾਣੇ ਤਾਂ ਪਾਕਿਸਤਾਨੀਆਂ ਨੇ ਤੁਹਾਨੂੰ ਕਿਵੇਂ ਥੱਲੇ ਲੋੜ ਹੈ ਤੇ ਤੁਸੀਂ ਉੱਥੇ ਕਿਵੇਂ ਹੈਂਡਲ ਕਰਨੇ ਔਰ ਇਹ ਲੋਕਾਂ ਨੂੰ ਵੀ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਹੈ ਅਸੀਂ ਆਪਣੇ ਐਸੈਟ ਵੀ ਸ਼ੋਕੇਸ ਕਰਨੇ ਨੇ ਕੋਆਰਡੀਨੇਟਰ ਮੈਟਰ ਸ਼ਾਰਟ ਟਾਈਮ ਫਰੇਮਵਰਕ ਔਰ ਉਸ ਲਈ ਉਹਨੇ ਕਿਹਾ ਜੀ ਅਸੀਂ ਸੰਸਕ੍ਰਿਤ ਦਾ ਜਿਹੜਾ ਵਰਡ ਚੁਣਿਆ ਹੈ ਲਾਈਟਨਿੰਗ ਸਟ੍ਰਾਈਕ ਫਰਮ ਦਾ ਸਕਾਈ ਯਾਨੀ ਵਜਰਪਾਤ ਕਿ ਵੀ ਏਅਰ ਪਾਰਟ ਅਸੀਂ ਦਿਖਾ ਰਹੇ ਔਰ ਉਹਨੇ ਕਿਹਾ ਜੀ ਭਾਵੇਂ ਇਹ ਐਕਸਰਸਾਈਜ਼ ਪਹਿਲਾਂ ਵੀ ਹੁੰਦੀਆਂ ਸੀ ਪਹਿਲਾਂ ਤਿਪਤ ਰੇਂਜ ਹੁੰਦੀਆਂ ਸੀ ਹਰਿਆਣੇ ਚ ਪਰ ਹੁਣ ਅਸੀਂ ਇੱਥੇ ਕਰ ਰਹੇ ਹਾਂ ਔਰ ਇਹ ਆਬਜੈਕਟਿਵ ਇਜ਼ ਟੂ ਹਾਈਲਾਈਟ ਦਾ ਆਪਰੇਸ਼ਨਲ ਪ੍ਰੀਪੇਅਰਡਨੈਸ ਆਫ ਇੰਡੀਅਨ 에ਅਰ ਫੋਰਸ ਐਂਡ ਇਟਸ ਰਿਜ਼ੋਲਵ ਐਂਡ ਸਟਰੈਂਥ ਟੁਵਰਡਸ ਐਨਸ਼ੂਰਿੰਗ ਨੈਸ਼ਨਲ ਸਿਕਿਉਰਿਟੀ ਵਾਈਲ ਫੋਸਟਿੰਗ ਅ ਸੈਂਸ ਆਫ ਪ੍ਰਾਈਡ among people ਕਿਸੇ ਆਪਣਾ ਮਸਲ ਦਿਖਾ ਰਹੇ ਕਿਹਨੂੰ ਦਿਖਾ ਰਹੇ ਹੋ ਜੀ ਰਾਜਸਥਾਨ ਦੇ ਉਹ ਸੈਂਡ ਦੇ ਡੇਜ਼ਰਟ ਨੂੰ ਦਿਖਾ ਰਹੇ ਇਹ ਪਾਕਿਸਤਾਨ ਦੇ ਨੂੰ ਐਂਟੀਮੈਂਡੇਟ ਕਰਨ ਦੀ ਲਾਈਨ ਹੈ ਔਰ ਉਹਨੇ ਕਿਹਾ ਜੀ ਰਾਫੇਲ ਜਿਹੜੇ ਨੇ ਉਹ ਪਹਿਲੀ ਵਾਰ ਇਸ ਦੇ ਵਿੱਚ ਡਿਸਪਲੇ ਹੋਣਗੇ ਫਿਰ ਰੁਦਰ ਹੈ ਫਿਰ ਅਪਾਚੀ ਹੈ ਔਰ ਇਹ ਸਾਰੇ ਨੂੰ ਜਿਹੜਾ 에ਅਰ ਟੂ 에ਅਰ 에ਅਰ ਟੂ ਗਰਾਉਂਡ ਇਹ ਸਾਰੇ ਵੈਪਨਸ ਵੀ ਗਾਈਡਡ ਵੈਪਨਸ ਲੌਂਗ ਰੇਂਜ ਵੈਪਨਸ ਇਹ ਸਾਰੇ ਉੱਥੇ ਡਿਸਪਲੇ ਕੀਤੇ ਜਾਣਗੇ ਜੇ ਉਹਨਾਂ ਦੀਆਂ ਐਕਸਰਸਾਈਜ਼ ਹੋਣਗੇ ਔਰ इवन ਨੇਵੀ দো ਆ威尔 ਨੇਵੀ ਵਿਲ ਪਲੇ ਅ ਰੋਲ ਇਨ ਬੈਕਸਟੇਜ ਕੰਟਰੋਲਿੰਗ ਹੁਣ ਇਹ ਹਾਲਾਂਕਿਿਆਂ ਨੂੰ ਲੱਗੇਗਾ ਕਿ ਜੀ ਇਹ ਨਾਰਮਲ ਹੈ ਨਹੀਂ ਇਹ ਨਾਰਮਲ ਨਹੀਂ ਹੈ ਟਾਈਮਿੰਗ ਪਲੇਸ ਤੇ ਜਦੋਂ ਰੀਅਲ ਸਿਨੈਰੀਓ ਦੀ ਗੱਲ ਕਰ ਰਹੇ ਨੇ ਇਹ ਸਿੱਧੇ ਸਿੱਧੇ ਤੌਰ ਦੇ ਉੱਤੇ ਜਿਹੜਾ ਇਹ ਇੰਟੀਮੀਡੇਟਿੰਗ ਟੈਕਟਿਕ ਹੈ ਦਬਾਅ ਬਣਾਇਆ ਜਾ ਰਿਹਾ ਕੀ ਇਹ ਕਰਨ ਜਾ ਰਹੇ ਨੇ ਕੋਈ ਬਿਲਕੁਲ ਉਸ ਕੇ ਸਮਦਸੋ ਕੋਲ ਸਰਜਿਕਲ ਸਟ੍ਰਾਈਕ ਦੇ ਨਾਂ ਥੱਲੇ ਕੁਛ ਨਾ ਕੁਛ ਡਰਾਮੇਬਾਜ਼ੀ ਜਾਂ ਇਸ ਲੈਵਲ ਦੇ ਉੱਤੇ ਇਹ ਕੋਈ ਇਹਨਾਂ ਦੀ ਦਿਲਵੰਦੀ ਜਿਹੜੀ ਹੈ ਉਸ ਖੇਤਰ ਦੇ ਵਿੱਚ ਵੱਡੀ ਜੰਗ ਨੂੰ ਵੀ ਜਨਮ ਦੇ ਸਕਦੀ ਹੈ ਸੋ ਅਸੀਂ ਤਾਂ ਇੱਕ ਆਬਜ਼ਰਵਰ ਦੇ ਨਾਤੇ ਜੋ ਦੇਖਦੇ ਸਾਡਾ ਇਹ ਫਰਜ਼ ਵੀ ਬਣਦਾ ਹੈ ਹਾਲਾਂ ਅਸੀਂ ਕੋਈ ਪਾਕਿਸਤਾਨੀ ਫੌਜ ਜਾਂ ਉਹਨਾਂ ਦੇ ਹਾਲਾ ਜਿਹੜੇ ਆਫੀਸਰਸ ਨੇ ਉਹਨਾਂ ਦੀ ਐਬਿਲਿਟੀ ਔਰ ਦੂਸਰਾ ਉਸ ਦੇ ਉੱਤੇ ਕੋਈ ਸਾਨੂੰ ਸ਼ੱਕ ਨਹੀਂ ਹੈ ਪਰ ਕਈ ਵਾਰ ਇਹ ਹੁੰਦਾ ਹੈ ਕਿ ਵੀ ਹਰ ਚੀਜ਼ ਹਰ ਇੱਕ ਤੱਕ ਪਹੁੰਚਣੀ ਪਹੁੰਚਦੀ ਹੋਣੀ ਵੀ ਜ਼ਰੂਰੀ ਹੁੰਦੀ ਹੈ ਔਰ ਅਸੀਂ ਇੱਕ ਵੈਲਵਿਸ਼ਰ ਦੇ ਨਾਤੇ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਹੁਣ ਚੋਣਾ ਆਲਮੋਸਟ ਸਿਰ ਤੇ ਨੇ 2 ਮਹੀਨੇ ਵਿਚਾਲੇ ਨੇ ਜੀ ਇਹਨਾਂ ਦੀ ਇਕਨੋਮੀ ਦਾ ਵੀ ਡਰਾਮਾ ਜਿਹੜਾ ਸੀਓ ਹਾਲਾ ਬਜਟ ਪੇਸ਼ ਕੀਤਾ ਪਰ ਉਹਦੇ ਪੱਲੇ ਕੁਛ ਨਹੀਂ ਹੈ ਉਹ ਫਿਊਚਰ ਦਿਖਾ ਰਹੇ ਨੇ ਕਿ ਅਸੀਂ ਫਲਾਣੇ ਅੱਜ ਤੋਂ 8 ਸਾਲ ਬਾਅਦ ਸਾਡੀ 8 ਟ੍ਰਿਲੀਅਨ ਡਾਲਰ ਦੀ ਇਕਨੋਮੀ ਹੋਏਗੀ ਹਾਲਾਂਕਿ ਅਜੇ ਤੱਕ ਉਹਨਾਂ ਦੀ 4 ਟ੍ਰਿਲੀਅਨ ਡਾਲਰ ਦੀ ਵੀ ਨਹੀਂ ਹੈ ਔਰ ਇਦਾਂ ਦੀਆਂ ਬਿਆਨਬਾਜ਼ੀਆਂ ਔਰ ਬੇਰੋਜ਼ਗਾਰੀ ਵਧੀ ਹੋਈ ਹੈ ਲੋਕਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਡਿਸਕੰਟੈਂਟ ਹੈ ਸੋ ਇਸ ਸਭ ਦੇ ਚੱਲਦੇ ਆ ਇਸ ਸਾਲ ਦਾ ਧਿਆਨ ਰਹਿ ਕੇ ਵੀ ਉਹ ਜਿਵੇਂ ਕਿਆ ਜਾਂਦਾ ਹੈ ਕਿ ਪੈਟਰੀਓਟਿਜ਼ਮ ਇਜ਼ ਦਾ ਆ ਲਾਸਟ ਰਿਫਿਊਜ ਆਫ ਦਾ ਕਾਉਂਟਰਰਲਸ ਹਮ ਕਿ ਜਿਹੜੀ ਦੇਸ਼ ਭਗਤੀ ਔਰ ਦੂਸਰੀ ਹੁੰਦੀ ਹੈ ਜਿਹੜੇ ਬਦਮਾਸ਼ ਗੁੰਡੇ ਔਰ ਇਸ ਕਿਸਮ ਦੇ ਰਾਸਕਲ ਹੁੰਦੇ ਨੇ ਉਹ ਅਖੀਰ ਚ ਪੈਟਰੀਓਟਿਜ਼ਮ ਤੇ ਰੁਕਦੇ ਨੇ ਸੋ ਲੁਕਦੇ ਨੇ ਸੋ ਇਸ ਕਿਸਮ ਦੀ ਕੋਈ ਦਿਲਵਦੀ ਵੀ ਹੋ ਸਕਦੀ ਹੈ ਸੋ ਪਾਕਿਸਤਾਨ ਨੂੰ ਤਾਂ ਅਸੀਂ ਇਹੀ ਕਵਾਂਗੇ ਕਿ ਬਾ ਮਲਾਜ਼ਾ ਹੋਸ਼ਿਆ ਹੋਸ਼ਿਆ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਸੋ ਅਥਲੇ ਨੇ ਬ੍ਰੇਕ ਵਿਊਰਸ ਦੋਸਤਾਂ ਨੇ ਇਸ ਤਰ੍ਹਾਂ ਜੁੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤਬਾਕ ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ ਉਦੋਂ ਅਸੀਂ ਖੜੇ ਹੋ ਜਾਾਂਗੇ ਉਹ ਵੱਖਰੀ ਗੱਲ ਆ ਵੀ ਅਸੀਂ ਆਪ ਵੀ ਪਛਾਣ ਤੋਂ ਦੂਰ ਬੈਠ ਕਰਦੇ ਆ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਕਥਾਵਾਚਕ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ। ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਪਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ ਮਰਨ ਮੁਨਸਾ ਸੂਰਿਆ ਹਕ ਹੈ FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਾਸਤੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ ਨਿਗਰਾਨੀ ਰੱਖਣੀ ਪਿੱਛਾ ਕਰਨਾ ਤੰਗ ਪ੍ਰੇਸ਼ਾਨ ਕਰਨਾ ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾ ਵੇਰਾਹੀ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੋੜ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਤੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1800 ਕਾਲ ਐਫ ਜਾਂ 1-800-225-5324 ਤੇ ਸੰਪਰਕ ਕਰੋ ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ ਔਰ ਜਾਣਕਾਰੀ ਲਈ ਦੇਖੋ fbi.gov ford/tnr ਜੇਕਰ ਤੁਸੀਂ ਤਰੰਤ ਸਰੀਰ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ FBI ਬਨੋ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸਬਦਾਨ ਨੂੰ ਕਾਇਮ ਰੱਖਣਾ ਹੈ ਦਰਸ਼ਕੋ ਬ੍ਰੇਕਟ ਮਾ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ 35 ਮਿਲੀਅਨ ਸਿੱਕੋਂ ਦੇ ਸੁਪਨਿਆਂ ਦਾ ਖਾਲਸਾ ਕਿਹੋ ਜਿਹਾ ਹੋਵੇਗਾ। ਇਸ ਸਬੰਧੀ ਸਾਡੇ ਵੀਰ ਬੱਗਾ ਸ਼ੇਰ ਜੀ ਨੇ ਜੋ ਸਟੋਰੀ ਭੇਜੀ ਸੀ ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਸਰਾਇਆ ਗਿਆ। ਹੁਣ ਉਹਨਾਂ ਨੇ ਇਸ ਸੁਪਨੇ ਨੂੰ ਹੋਰ ਅੱਗੇ ਤੋਰਦੇ ਐ। ਇਸ ਦੀ ਜੜੀ ਦੂਸਰੀ ਲਿਖਤ ਆ ਉਹ ਭੇਜੀ ਹੈ। ਸੋ ਆਪਾਂ ਤੁਹਾਨੂੰ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਸਬ ਕੀ ਕਹਿਣਾ ਚਾਹੂਗਾ ਦੇਖੋ ਫਰਡੇ ਦੇ ਪ੍ਰੋਗਰਾਮ ਚ ਅਸੀਂ ਆਪਣੇ ਵਿਊਰਸ ਦੀਆਂ ਲਿਖਤਾਂ ਨੂੰ ਵੀ ਰੈਕਗਨਾਈਜ਼ ਕਰਦੇ ਆਂ ਔਰ ਪਿਛਲੇ ਦਿਨਾਂ ਚ ਬੱਗਾ ਸ਼ੇਰ ਦੇ ਆਈਡੀ ਤੋਂ ਭਾਈ ਸਾਹਿਬ ਨੇ ਜਿਸ ਨੂੰ ਅਸੀਂ ਵਿਜ਼ਨ ਕਿਹਾ ਉਹਨਾਂ ਨੇ ਉਹਨੂੰ ਡ੍ਰੀਮ ਕਿਹਾ ਸੀ ਜੀ ਕਿ ਕਿਵੇਂ ਜਿਹੜੀ ਕਲਪਨਾ ਇਸ ਦੇ ਸਹਾਰੇ ਤੁਸੀਂ ਦੇਖਦੇ ਹੋ ਕਿ ਜਿੱਥੇ ਹੱਕ ਸੱਚ ਇਨਸਾਫ ਦੀਆਂ ਕਦਰਾਂ ਕੀਮਤਾਂ ਨੂੰ ਪਰਨਾਇਆ ਔਰ ਗੁਰ ਸਿੱਖੀ ਜੀਵਨ ਜਾਂਚ ਦੇ ਵਿੱਚ ਗੜੁੰਦ ਖਾਲਸਤਾਨ قائم ਹੋਏਗਾ ਉਸ ਤੇ ਸ਼ਹਿਰੀਆਂ ਦਾ ਵਰਤਾਰਾ ਕਿਸ ਕਿਸਮ ਦਾ ਨਮਰਤਾ ਵਾਲਾ ਹੈ ਔਰ ਕਿਸ ਕਿਸਮ ਦਾ ਓਵਰঅল ਸਾਰਾ ਸਿਸਟਮ ਹੋਏਗਾ ਸੋ ਉਹਨਾਂ ਨੇ ਨਿਸ਼ਾਨ ਸਿੰਘ ਦੇ ਕਿਰਦਾਰ ਨੂੰ ਕਰਪਤੇ ਆ ਜਿਹੜਾ ਕਿਵੇਂ ਉਹ ਆਪਣੇ ਦਫਤਰ ਤੋਂ ਘਰ ਆਂਦਾ ਹੈ ਔਰ ਖਬਰਾਂ ਦਾ ਸਹਾਰਾ ਲੈਂਦੇ ਆ ਕਿ ਬੁਲੇਟਿਨ ਕੀ ਚੱਲ ਰਿਹਾ ਹੈ ਉਹਨਾਂ ਨੇ ਇੱਕ ਚਲਕਾਰਾ ਦੱਸਿਆ ਸੀ ਔਰ ਉਸ ਤੇ ਉੱਤੇ ਸਾਡੇ ਬਹੁਤ ਸਾਰੇ ਵਿਊਅਰਸ ਦੇ ਕਮੈਂਟ ਵੀ ਆਏ ਕਿ ਭਾਈ ਬਿਲਕੁਲ ਇਸ ਨੇ ਸਾਨੂੰ ਜਿਹੜਾ ਉਦਾਸ ਦਿੱਤਾ ਵੀ ਸਾਡਾ ਭਵਿੱਖ ਕੀ ਹੋਏਗਾ ਔਰ ਰਾਦਰ ਉਸ ਫਿਰ ਫਰਦਰ ਐਡ ਕਰਦੇ ਆ ਟੋਰਾਂਟੋ ਤੋਂ ਸਾਡੇ ਬਹੁਤ ਹੀ ਪਿਆਰੇ ਵੀਰ ਯਵਾਰ ਸ਼ਾਹ ਸਾਹਿਬ ਨੇ ਉਹਦੇ ਚ ਹੋਰ ਐਡ ਕੀਤਾ ਕਿ ਭਾਈ ਪਹਿਲੀ ਵਿਜ਼ਿਟ ਖਾਰਿਸਤਾਨ ਦੇ ਪ੍ਰੈਜ਼ੀਡੈਂਟ ਦੀ ਪਾਕਿਸਤਾਨ ਚ ਹੋਏਗੀ ਕਿਉਂਕਿ ਉਹਨਾਂ ਨੇ ਕਾਨਾ ਸਾਹਿਬ ਕਰਤਾਰਪੁਰ ਸਾਹਿਬ ਦਾ ਉਹਨਾਂ ਨੂੰ ਕਿਵੇਂ ਖੁੱਲੀਆਂ ਬਾਵਾਂ ਦੇ ਨਾਲ ਵੈਲਕਮ ਕੀਤਾ ਜਾਏਗਾ ਔਰ ਬਿਲਕੁਲ ਵੀਜ਼ਾ ਫ੍ਰੀ ਦੋਨਾਂ ਮੁਲਕਾਂ ਦਾ ਜਿਹੜਾ ਇੱਕ ਦੂਸਰੇ ਪ੍ਰਤੀ ਹੋਏਗਾ ਸੋ ਉਸ ਨੂੰ ਵੀ ਸਾਡੇ ਦਰਸ਼ਕਾਂ ਨੇ ਸਰਾਇਆ ਕਿਉਂਕਿ ਉਸ ਐਂਗਲ ਨੂੰ ਅਸੀਂ ਇਹਨੂੰ ਇੱਕ ਓਪਨ ਚੈਪਟਰ ਰੱਖਿਆ ਕਿ ਵੀ ਹੋਰ ਵੀ ਕਿਉਂਕਿ ਦੇਖੋ ਅਲਟੀਮੇਟਲੀ ਇਹ ਠੀਕ ਹੈ ਕਿ ਰੀਅਲਿਸਟਿਕਲੀ ਜਦੋਂ ਤੱਕ ਤੁਸੀਂ ਆਪਣੇ ਨਿਸ਼ਾਨੇ ਤੇ ਹੁੰਦੇ ਹੋ ਕਈ ਵਾਰ ਕਈ ਕੁਝ ਬਦਲਦਾ ਹੈ ਔਰ ਜਿਵੇਂ ਅੱਜ ਹੀ ਮੈਂ ਇੱਕ ਵੀਰ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਕਿ ਜਦੋਂ ਇਹ ਜੋ ਇਜ਼ਰਾਈਲੀ ਕਰ ਰਹੇ ਨੇ ਗਜ਼ਾ ਦੇ ਵਿੱਚ ਫلسطੀਨੀਆਂ ਨਾਲ ਮੈਨੂੰ ਇਸ ਗੱਲ ਦਾ ਸਭ ਤੋਂ ਵੱਡਾ ਅਫਸੋਸ ਹੈ ਵੀ ਅਸੀਂ ਵੀ ਇਹਨਾਂ ਦੀ ਪਰਸੀਕਿਊਸ਼ਨ ਦੀ ਕਹਾਣੀ ਨਾਜ਼ੀਆਂ ਦੇ ਹੱਥਾਂ 'ਚ ਜਾਂ ਦੂਸਰੇ ਕਿਵੇਂ ਹੋਇਆ ਦੁਹਰਾਉਂਦੇ ਆਂ ਦੁਹਰਾਉਂਦੇ ਰਹੇ ਹਮ ਲੇਕਿਨ ਜੋ ਕੁਝ ਉਹਨਾਂ ਦੇ ਨਾਲ ਵਾਪਰਿਆ ਉਹ ਠੀਕ ਉਹੀ ਕੁਛ ਆਲਮੋਸਟ 70 ਸਾਲ ਬਾਅਦ ਉਹ ਫਲਸਤੀਨੀਆ ਨਾਲ ਕਰਨਗੇ ਇਹ ਇੰਨੀ ਜਲਦੀ ਸਬਕ ਕਿਵੇਂ ਭੁੱਲ ਗਿਆ ਹਮ ਇਹ ਠੀਕ ਨਹੀਂ ਹੈ ਸੋ ਇਹ ਜ਼ਰੂਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਕਲੰਕ ਬਣ ਕੇ ਸਾਹਮਣੇ ਆ ਜਾਂਦਾ ਹੈ ਲੇਕਿਨ ਫਿਰ ਵੀ ਨਰੋਏ ਸੁਪਨੇ ਲੈਣੇ ਔਰ ਨਰੋਈਆਂ ਕਦਰਾਂ ਕੀਮਤਾਂ ਤੇ ਆਧਾਰਕ ਮੁਲਕ ਕਾਇਮ ਕਰਨਾ ਜਿਹਦੇ ਚ ਖੂਬਸੂਰਤੀਆਂ ਹੋਣ ਜਿਹੜੀਆਂ ਚੰਗੀਆਂ ਵੈਲਿਊਜ਼ ਦੀਆਂ ਨੇ ਔਰ ਇਹ ਕੰਟੀਨਿਊਸ ਜਿਵੇਂ ਉਹਦੇ ਚ ਰਿਪਬਲਿਕ ਡਾਇਲੌਗ ਸੋਕਰਟ ਨੇ ਕਿਹਾ ਜਿਹਦੇ ਚ ਕਨਸੈਪਟ ਫਿਲਾਸਫਰ ਕਿੰਗ ਦਾ ਸੀ ਕਿ ਵੀ ਜਿੱਥੇ ਜਿਹੜੇ ਬਾਦਸ਼ਾਹ ਤੈਜਾਂ ਰਾਜਪਾਗ ਆ ਉਹਨਾਂ ਲੋਕਾਂ ਕੋਲ ਹੋਏ ਜਿਹੜੇ ਜੀਵਨ ਦੇ ਬਾਕੀ ਸਾਰੇ ਇਤਿਆਹਾਕ ਕਰ ਚੁੱਕੇ ਨੇ ਕੋਈ ਮੋਹ ਨਹੀਂ ਹੈ ਤਾਂ ਉਹਦੇ ਚ ਉਹਨੇ ਅਖੀਰ ਚ ਕਿਹਾ ਵੀ ਇਹ ਆ ਇਟ ਮੇ ਬੀ ਡਿਫਿਕਲਟ ਟੂ ਅਚੀਵ ਬਟ ਇਟਸ ਨਾਟ ਇੰਪੋਸੀਬਲ ਹਮ ਕਿ ਇਹ ਗੋਲ ਤੱਕ ਪਹੁੰਚਣਾ ਮੁਸ਼ਕਲਾਂ ਭਰਿਆਦਾ ਹੋਏਗਾ ਸਟਰਗਲ ਹੋਏਗੀ ਸਟ੍ਰੀਟਸ ਦੇ ਵਿੱਚ ਬਦਮਾਸ਼ ਵੀ ਹੁੰਦੇ ਨੇ ਸਮਗਲਰ ਵੀ ਹੋਣਗੇ ਫਾਇਦਾ ਮਰਡਰ ਵੀ ਨਿਕਲਣਗੇ ਤਾਂ ਨਹੀਂ ਹੈ ਵੀ ਸਾਰੇ ਉੱਥੇ ਕੋਈ ਐਂਜਲ ਬਣ ਕੇ ਬਹਿ ਜਾਂਦੇ ਨੇ ਲੇਕਿਨ ਸਿਸਟਮ ਤੁਹਾਡਾ ਸਟਾਈਵ ਕਰਦਾ ਏ ਟੂ ਗੋ ਫॉर ਬੈਟਰ ਅਰ ਅੱਜ ਬਗਾ ਸ਼ੇਰ ਜਿਹਨੇ ਸਾਨੂੰ ਪਾਈ ਨਿਸ਼ਾਨ ਸਿੰਘ ਦੇ ਸੁਪਨਿਆਂ ਨਾਲ ਜੁੜਿਆ ਹੋਇਆ ਦੂਸਰਾ ਪਾਰਟ ਜਿਹੜਾ ਭੇਜਿਆ ਕਿ ਵੀ ਇਹ ਪਹਿਲੇ ਦਿਨ ਦੀ ਸਟੋਰੀ ਤਾਂ ਅਸੀਂ ਸੁਣਾਈ ਹੋਈ ਨੈਕਸਟ ਡੇ ਨਿਸ਼ਾਨ ਸਿੰਘ ਵੇਕਸ ਅਪ अर्ਲੀ ਇਨ ਦਾ ਮਾਰਨਿੰਗ ਐਂਡ ਐਸ ਪਰ ਹਿਸ ਹੈਬਿਟ ਗੋਜ਼ ਫॉर ਅ ਮਾਰਨਿੰਗ ਵਾਕ ਵਿਦ ਹਿਸ ਵਾਈਫ after his nitnem and then go to gurdwara ke bhi nishan singh jada walk karda fir o jada isnan to baad unne nitnem kita aur gurdwara sahab janda grant singh announces after morning assembly that there is directive issued by akal tak jathedar that gurdwaras will be based on population in any locality and there will not be any caste based gurdwaras ਜਬੀ ਉੱਥੇ ਗਰੰਤੀ ਸਿੰਘ ਅਨਾਉਂਸ ਕਰਦਾ ਹੈ ਵੀ ਆਕਾਲ ਤਖਤ ਤੋਂ ਇਹ ਫਰਮਾਨ ਆਇਆ ਹੈ ਕਿ ਵੀ ਕਿੰਨੀ ਆਬਾਦੀ ਨੂੰ ਗੁਰਦੁਆਰਾ ਚਾਹੀਦਾ ਇਹਦੇ ਤੇ ਆਧਾਰਿਤ ਹੋਏਗਾ ਜਾਤ ਜਾਤੀ ਸੂਚਕ ਜਿਹੜੇ ਗੁਰਦੁਆਰੇ ਨੇ ਉਹ ਬਿਲਕੁਲ ਨਹੀਂ ਰਹਿਣਗੇ ਜਾਂ ਬਿਲਕੁਲ ਨਹੀਂ ਬਣਨਗੇ ਗੁਰਦੁਆਰਾਸ ਵਿਚ ਐਕਸੀਡਸ ਦਿਸ ਲਿਮਟ ਵਿਲ ਬੀ ਕਨਵਰਟਡ ਇਨਟੂ ਲਾਇਬ੍ਰੇਰੀ ਸਕੂਲਸ ਹਸਪੀਟਲਸ ਐਟ ਸੈਟਰਾ ਐਂਡ ਜਥੇਦਾਰ ਹੈਜ਼ ਡਾਇਰੈਕਟਡ ਐਸਜੀਪੀਸੀ ਟੂ ਅਰੇਂਜ 올 ਦਿਸ ਉਹਨਾਂ ਨੇ ਕਿਹਾ ਜਿਹੜੇ ਆਲਰੇਡੀ ਬਣੇ ਹੋਏ ਨੇ ਗੁਰਦੁਆਰੇ ਆਬਾਦੀ ਦੇ ਪ੍ਰੋਪੋਰਸ਼ਨ ਤੋਂ ਜ਼ਿਆਦਾ ਉਹਨਾਂ ਨੂੰ ਸਕੂਲਾਂ ਚ ਕਨਵਰਟ ਕਰ ਦਿਓ ਲਾਇਬ੍ਰੇਰੀ ਬਣਾ ਦਿਓ ਔਰ ਸਕੂਲਾਂ ਚ ਜਿਹੜਾ ਹੈ ਲਾਇਬ੍ਰੇਰੀ ਸਕੂਲਸ ਐਂਡ ਹਸਪੀਟਲਸ ਔਰ ਜਥੇਦਾਰ ਨੇ ਐਸਜੀਪੀਸੀ ਨੂੰ ਹੁਕਮ ਦਿੱਤਾ ਹੈ ਕਿ ਵੀ ਇਸ ਨੂੰ ਲਾਗੂ ਕੀਤਾ ਜਾਏ ਇਸ ਆਦੇਸ਼ ਨੂੰ ਜੀ ਨਿਸ਼ਾਨ ਸਿੰਘ ਰਿਮੈਂਬਰਸ ਦਾ ਡੇ ਅੰਡਰ ਅਕੂਪਾਈਡ ਰੂਲ ਵੈਨ आवर ਜਥੇਦਾਰ ਐਂਡ ਐਸਜੀਪੀਸੀ ਵਾਸ ਅੰਡਰ ਪੋਲੀਟੀਕਲ ਪਾਰਟੀਆਂ ਐਂਡ ਨਾਓ ਇਟ ਇਜ਼ ਰਿਵਰਸਡ ਸੋ ਜਥੇਦਾਰਸ ਆਰ ਫਰੀ ਟੂ ਐਕਟ ਫॉर ਗੁੱਡ ਆਫ ਪੰਥ ਕੇ ਨਿਸ਼ਾਨ ਸਿੰਘ ਯਾਦ ਕਰਦਾ ਕਿ ਵੀ ਜਦੋਂ ਅਸੀਂ ਭਾਰਤੀ ਕਬਜ਼ੇ 'ਚ ਸੀ ਕਿਵੇਂ ਸਾਡੀ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਤਾਂ ਸਰਕਾਰ ਦੇ ਸੰਧ ਬਣੇ ਹੋਏ ਸੀ ਉਹਨਾਂ ਦੇ ਪ੍ਰਭਾਵ ਥੱਲੇ ਸੀ ਅੱਜ ਜਥੇਦਾਰ ਆਜ਼ਾਦਾਨਾ ਇਵਨ ਖਾਲਸਤਾਨ ਦੀ ਹਕੂਮਤ ਤੋਂ ਵੀ ਕਹਿ ਰਿਹਾ ਕਿ ਵੀ ਆਦੇਸ਼ ਦਿੱਤਾ ਵੀ ਇਹ ਬੰਦ ਕਰੋ ਇਹ ਜ਼ਾਤ ਪਾਤੀ ਬੇਸਟ ਗੁਰਦੁਆਰੇ ਔਰ ਆਬਾਦੀ ਦੇ لحاظ ਨਾਲ ਹੋਣ ਔਰ ਇਹ ਸਾਂਝ ਦਾ ਜਿਹੜਾ ਮੈਸੇਜ ਹੈ ਉਹ ਦਿੱਤਾ ਹੈ Nishan Singh comes back home and gets called from his sister who's in America and ask him to visit her. Ke karonda hai odi pain jehdi hai America ch ohnu khendi hai vi aa mainu mil ja. Hmm. Nishan uh, like a typical Punjabi husband. Nishan Singh requests pakor to book the tickets for America. Hmm. As now no visa needed to visit any North American or Europe countries. which is a greater relief for all punjabis unlike under occupied rule ke bhi jivein ja bandeyan na bibiyan nu kaam dasna honda nishan singh ka, pakor karde book tickets america de unna kehya je bhi kharistan inek prosperous state hoyegi ke europe aur america de naal koi visa di load nahi hoye <coughs> free jivein ja dual citizenship wang hai ji <coughs> aur pakor searches for tickets and inform nishan singh that direct flight tickets are available from all the three international airports, that is, Amritsar, Chandigarh, and Batinda. said, hmm. there are airports available, international airport, Amritsar, Chandigarh, and or And one Jalandhar. Singh asks her to book cheaper ones, as there is no problem in reaching out to any of these cities due to European-style fast and punctual rail network. ਉਹਨੂੰ ਨਿਸ਼ਾਨ ਸਿੰਘ ਆਦਾ ਵੀ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਤੁਸੀਂ ਕਿਸੇ ਤੋਂ ਵੀ ਕਰਾ ਲਓ ਕਿਉਂਕਿ ਇੰਨਾ ਕੋਣ ਸਾਡਾ ਫਾਸਟ অর ਪੰਕਚੁਅਲ ਰੇਲ ਨੈਟਵਰਕ ਹੈ ਕਿ ਵੀ ਅਸੀਂ ਆਸਾਨੀ ਨਾਲ ਪਹੁੰਚ ਸਕਦੇ ਹਾਂ ਕਿਤੇ ਵੀ ਜੀ ਨਿਸ਼ਾਨ ਸਿੰਘ ਆਲਸੋ ਰਿਮੈਂਬਰਸ ਦਾ ਰੇਲਵੇ ਸਿਸਟਮ ਅੰਡਰ ਓਕੂਪਾਈਡ ਰੂਲ ਵੈਨ ਹੀ ਯੂਜ਼ ਟੂ ਵਿਜ਼ਿਟ ਡੈਲੀ ਫਰਮ ਅਊਰਸਾਰ ਐਂਡ ਟ੍ਰੇਨਸ ਵਰ 3-4 ਆਵਰਸ ਲੇਟ ਨਾਰਮਲੀ ਉਹਨਾਂ ਕਹਿੰਦੇ ਆ ਵੀ ਜਦੋਂ ਅਸੀਂ ਭਾਰਤ ਦੇ ਕਬਜ਼ੇ 'ਚ ਸੀ ਤੋ ਕਿਵੇਂ ਤਿੰਨ ਚਾਰ ਚਾਰ ਕੈਂਟਰੀਆਂ ਲੇਟ ਹੁੰਦੀਆਂ ਸੀ ਔਰ ਹੁਣ ਹਰ ਚੀਜ਼ ਜਿਹੜੀ ਹੈ ਉਹ ਪੰਕਚੁਅਲ ਟਾਈਮ 'ਤੇ ਰਹੇ। ਜੀ। ਬਾਏ ਥਿਸ ਟਾਈਮ ਨਿਸ਼ਾਨ ਸਿੰਘ ਰਿਮੈਂਬਰਸ ਥੈਟ ਦੇ ਨੀਡ ਟੂ ਗੋ ਟੂ ਹਿਸ ਵਿਲੇਜ ਨੀਅਰ ਫਾਜ਼ਿਲਕਾ ਥਿਸ ਵੀਕਐਂਡ ਐਂਡ ਆਸਕ ਕਿਡਸ ਟੂ ਗੈਟ ਰੈਡੀ ਫਾਰ ਅ ਟ੍ਰਿਪ ਟੂ ਅ ਵਿਲੇਜ। ਉਹਨੇ ਕਿਹਾ ਜੀ ਮੈਂ ਅੱਜ ਪਿੰਡ ਜਾਣਾ ਉਹਨੂੰ ਯਾਦ ਆ ਬੱਚਿਆਂ ਨੂੰ ਉਹਨੇ ਕਿਹਾ ਕਿ ਵੀ ਤੁਸੀਂ ਤਿਆਰੀ ਕਰੋ। ਹਮ। ਕਿਡਸ ਗੈਟ ਐਕਸਾਈਟਡ ਐਂਡ ਦੇ 올 ਗੋ ਟੂ ਰੇਲਵੇ ਸਟੇਸ਼ਨ ਫਾਰ ਅ 2 ਆਵਰ ਟ੍ਰਿਪ। although to get uh, although uh, a distance between mohali and fazilka is over 300 km thanks to fast railway network mityaar ho ke ponch gaye ame 300 km da distance hai hona je lekin 2 ghante di journey while they all go to platform nishan singh watches the tv news at platform as per his favorite activity ke sare ponch gaye platform de utte aur oh khabran chal rahiyan ne platform te ਜੀ ਤੇ ਨਿਸ਼ਾਨ ਸਿੰਘ ਵਾਚ ਕਰ ਰਿਹਾ ਔਰ ਉਹਨੂੰ ਖਬਰਾਂ ਚ ਕੀ ਹੈ ਨੰਬਰ 1 ਪ੍ਰੈਜ਼ੀਡੈਂਟ ਉਜਲ ਸਿੰਘ ਇਜ਼ ਡੂਇੰਗ ਅ ਪ੍ਰੈਸ ਕਾਨਫਰੰਸ ਇਨ ਵਿਚ ਹੀ ਕੰਡੈਮਸ ਦਾ ਅਟੈਕ ਔਨ ਐਨ ਐਲਡਰ ਸਿੱਖ ਇਨ ਯੂਰੋਪੀਅਨ ਕੰਟਰੀ ਪ੍ਰੈਜ਼ੀਡੈਂਟ ਸਟੇਟਿਡ ਥੈਟ ਹੀ ਹੈਜ਼ ਅਪਰੋਚ ਟੂ ਦਾ ਪ੍ਰੈਜ਼ੀਡੈਂਟ ਆਫ ਥੈਟ ਕੰਟਰੀ ਐਂਡ ਕਲੀਅਰ ਥੈਟ ਐਨੀ ਸੱਚ ਅਟੈਕ ਵਿਲ ਹੈਵ ਕਨਸੀਕਵੈਂਸਸ ਬੀ ਇਟ ਇਕਨੋਮਿਕਲ ਔਰ ਡਿਪਲੋਮੈਟਿਕ ਕਿ ਵੀ ਇਹ ਖਬਰ ਚ ਦੱਸਿਆ ਜਾ ਰਿਹਾ ਕਿ ਕਿਸੇ ਮੁਲਕ ਚ ਜਿੱਥੇ ਸਿੱਖ ਬਜ਼ੁਰਗ ਤੇ ਅਟੈਕ ਹੋਇਆ ਹੈ ਪ੍ਰੈਜ਼ੀਡੈਂਟ ਉਜਲ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਭਾਈ ਸੇਫਟੀ ਔਰ ਸਿਕਿਉਰਟੀ ਨੂੰ ਯਕੀਨੀ ਬਣਾਓ ਨਹੀਂ ਤਾਂ ਖਾਰਸਤਾਨ ਦੀ ਸਰਕਾਰ ਨਾਲ ਤੁਹਾਡੇ ਆਰਥਿਕ ਔਰ ਕੂਟਨੀਤਕ ਸਬੰਧਾਂ ਦੇ ਵਿੱਚ ਜਿਹੜਾ ਇਹ ਟ੍ਰੇਡ ਆਏਗੀ ਪ੍ਰੈਜ਼ੀਡੈਂਟ ਹੈਜ਼ ਅਲ ਸਿਕਸ ਵਰਲਡਵਾਈਡ ਥੈਟ ਦੇ ਹੈਵ ਅ ਹੋਮ ਨਾਓ ਐਂਡ ਐਨੀਵਨ ਫੇਸਿੰਗ ਬੈਨ ਔਨ ਤਰਬਨ ਕੈਨ ਰਿਟਰਨ ਟੂ देयर ਹੋਮਲੈਂਡ ਐਂਡ ਬਾਈਲੈਟਰਲ ਟਾਈਜ਼ ਵਿਦ ਥੈਟ ਕੰਟਰੀ ਵਿਲ ਬੀ ਓਵਰ ਪਰਮਨੈਂਟਲੀ ਹੂੰ ਕਿ ਭਈ ਇਹ ਖੁਲਾ ਸਿੱਖਾ ਨੂੰ ਜਿੱਥੇ ਵੀ ਦੁਨੀਆ ਦੇ ਜਿਸ ਮੁਲਕ ਚ ਨੇ ਕਿ ਜਿੱਥੇ ਤੁਹਾਨੂੰ ਕੋਈ ਦਸਤਾਰ ਕਰਕੇ ਪ੍ਰੋਬਲਮ ਹੈ ਤੁਸੀਂ ਵਾਪਸ ਆਓ ਤੁਹਾਡੀ ਟੇਕ ਕੇਅਰ ਕਰਾਂਗੇ ਔਰ ਫਿਰ ਉਸ ਮੁਲਕ ਦੇ ਨਾਲ ਜਿਹੜੇ ਨੇ ਸਾਡੇ ਸਬੰਧ ਜਿਹੜੇ ਨੇ ਉਹ ਨਹੀਂ ਰਹਿਣਗੇ ਪੱਕੇ ਤੌਰ ਤੇ ਖਤਮ ਹੋਣਗੇ ਉਦੋਂ ਤੱਕ ਲੋੜ ਵੀ ਨਹੀਂ ਪੈਣੀ ਹੈ ਇਹ ਆਪ ਹੀ ਜਿਹਨੂੰ ਪਾਈ ਗੁਰਦਾਸ ਜੀ ਤੋਂ ਮੈਂ ਜਦੋਂ ਦੁਹਰਾਉਂਦਾ ਕਿ ਭਾਈ ਇਹ ਸ਼ਤਰੂ ਵੀ ਮਿੱਤਰ ਬਣ ਜਾਂਦੇ ਨੇ ਕਿਸ ਉਹਦਮ ਤੇ ਰਾਜ ਮਿਲੈ ਸ਼ਤਰੂ ਤੇ ਸਭ ਨੂੰ ਵੈਨਿਤ ਫਿਰ ਇਹ ਯੂਨ ਚਾਰਟਰ ਦੇ ਥੱਲੇ ਔਰ ਦੂਸਰੇ ਤੁਹਾਡੇ ਸਾਰੇ ਹਕੂਕ ਦਾ ਹਿੱਸਾ ਬਣ ਜਾਂਦਾ ਔਰ ਪ੍ਰੈਜ਼ੀਡੈਂਟ ਆਲਸੋ ਅਪਰੋਚਡ ਨੇਬਰਿੰਗ ਕੰਟਰੀਜ਼ ਟੂ ਐਨਸ਼ੋਰ ਸੇਫਟੀ ਐਂਡ ਵੈਲ ਮੇਨਟੇਨੈਂਸ ਆਫ ਗੁਰਦੁਆਰਸ ਇਨ देयर ਕੰਟਰੀਜ਼ ਆਬਵੀਅਸਲੀ ਇਸ ਗੱਲ ਨੂੰ ਯਕੀਨੀ ਬਰਵਾਉਣ ਗਿਆ ਕਿ ਸਾਰੇ ਇੱਥੇ ਵੀ ਸਾਡੇ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਦੀ ਠੀਕ ਸਾੰ ਸੰਭਾਲ ਹੋਏ ਔਰ ਉਹਨਾਂ ਨੂੰ ਜਿਹੜਾ ਉਹ ਪੂਰਾ ਜਿਹੜਾ ਉਹਨਾਂ ਦੀ ਦੇਖਭਾਲ ਹੋਏ ਪ੍ਰੋਪਰ ਸਤਕਾਰ ਹੋਏ ਐਗਰੀਕਲਚਰ ਮਨਿਸਟਰ ਹੈਜ਼ ਡਿਵਾਈਡਡ ਦਾ ਕੰਟਰੀ ਇਨ 4 ਜ਼ੋਨਸ ਟੂ ਪ੍ਰੋਮੋਟ ਐਗਰੀਕਲਚਰ ਇਨ ਮੋਰ ਪ੍ਰੈਕਟੀਕਲ ਵੇ ਕਿ ਖੇਤੀਬਾੜੀ ਮੰਤਰੀ ਨੇ ਖਾਲਸਤਾਨ ਨੂੰ ਜਿਹੜਾ ਚਾਰ ਜ਼ੋਨਾਂ ਚ ਵੰਡਿਆ ਮਾਝਾ ਵਿਲ ਗਰੋ ਵੀਟ ਮੇਜ਼ ਵੈਜੀਟੇਬਲਸ ਐਂਡ ਆਇਲ ਸੀਡਸ ਕਿ ਮਾਝੇ ਦੇ ਵਿੱਚ ਆਹੀ ਕਣਕ ਔਰ ਮੱਕੀ ਔਰ ਸਬਜ਼ੀਆਂ ਔਰ ਜਿਹੜੇ ਨੇ ਉਹ ਉਹਨਾਂ ਦੀ ਖੇਤੀ ਹੋਏਗੀ ਦੁਆਬਾ ਵਿਲ ਹੈਬ wheat sugar cane millets and vegetables ਇਹ ਚੀਜ਼ਾਂ ਜਿਹੜੀਆਂ ਨੇ ਦੁਆਬੇ ਦੇ ਕਿਸਾਨਾਂ ਨੂੰ ਹਦਾਇਤ ਕੀਤੀ ਵੀ ਤੁਸੀਂ ਇਹ ਗ로우 ਕਰੋ ਜੀ ਮਾਲਵਾ ਵਿਲ ਵੀ ਡਿਵਾਈਡਡ ਇਨ ਟੂ ਜ਼ੋਨਸ ਐਂਡ ਗ로우 wheat cotton pulses etc ਹੁਣ ਮਾਲਵੇ ਜਿਹੜਾ ਬੋਹਰ ਫਾਜ਼ਲਕਾ ਇਹ ਰੀਜਨ ਹੈ ਜਿੱਥੇ ਜਿਹੜੀ ਹੈ ਮਿੱਟੀ ਰੇਤਲੀ ਹੈ ਸੋ ਉੱਥੇ ਨਰਮਾ ਜਿਹਨੂੰ ਕਿਹਾ ਜਾਂਦਾ ਕਪਾਹ ਕਾਟਨ ਉਹ ਬਹੁਤ ਹੁੰਦੀ ਹੈ ਸੋ ਇਹ ਦੱਸਣ ਦਾ ਮਕਸਦ ਇਹ ਹੈ ਕਿ ਵੀ ਇੱਕ ਪਾਸੇ ਪੰਜਾਬ ਨੂੰ ਉਹਨਾਂ ਨੇ ਝੋਨਾ ਲਾਣ ਦੇ ਉੱਤੇ ਧੱਕਿਆ ਪੰਜਾਬ ਦਾ ਪਾਣੀ 15 ਫੁੱਟ ਤੋਂ 500 ਫੁੱਟ ਤੱਕ ਥੱਲੇ ਹੈ ਔਰ ਡਰਟੀ ਕਿ ਵੀ ਜ਼ਮੀਨ ਦੇ ਮੁਤਾਬਕ ਹੀ ਜਿਹੜਾ ਹੈ ਉਹ ਉਸ ਕਿਸਮ ਦੀਆਂ ਫਸਲਾਂ ਰეკਮੈਂਡ ਕੀਤੀਆਂ ਜਾਣਗੀਆਂ ਜੋ ਜਿਸ ਨੂੰ ਦੀ ਨਿਗਰਾਨੀ ਜਿਹੜੀ ਹੈ ਉਹ ਖੇਤੀਬਾੜੀ ਮੰਤਰਾਲਾ ਕਰੇਗਾ ਕਿ ਭਾਈ ਪ੍ਰੋਪਰ ਤਰੀਕੇ ਦੇ ਨਾਲ ਹੋਏ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਗਰੋ ਵੀਟ ਕਲਸ ਫਿਫਥ ਸਪੈਸ਼ਲ ਪੈਕੇਜ ਇਹ ਬੜਾ ਇੰਪੋਰਟੈਂਟ ਹੈ ਕਿਉਂਕਿ ਉਹਨਾਂ ਬਹੁਤਿਆਂ ਨੂੰ ਲੱਗਦਾ ਵੀ ਬਸ ਫਿਰ ਖਾਲਸਤਾਨ ਇੰਨਾ ਹੀ ਹੋਏਗਾ ਮਾਝਾ ਮਾਲਵਾ ਦੁਆਬਾ ਉਹ ਜੋ ਕਹਿੰਦੇ ਨੇ ਸਪੈਸ਼ਲ ਪੈਕੇਜ ਵਾਸ ਅਨਾਉਂਸਡ ਫॉर ਓਵਰਆਲ ਡਿਵੈਲਪਮੈਂਟ ਆਫ ਨਿਊਲੀ ਇਨਕਲੂਡਡ ਸਿਟੀਜ਼ ਆਫ ਅੰਬਾਲਾ ਕੁਰੂਕਸ਼ੇਤਰ ਸਿਰਸਾ ਫਤਿਆਬਾਦ ਐਂਡ ਗੰਗਾਨਗਰ ਅੰਡਰ ਨਿਊ ਬਾਰਡਰ ਕਿ ਇਹ ਜਿਹੜੇ ਸਾਰੇ ਨਵੇਂ ਇਲਾਕਾ ਖਾਲਸਤਾਨ ਦੇ ਨਕਸ਼ੇ ਦੇ ਵਿੱਚ ਸ਼ਾਮਲ ਹੋਇਆ ਜਿਹੜੇ ਸਾਡਾ ਹੀ ਰਾਈਟ ਹੈ ਸਾਡੇ ਲੋਕ ਉੱਥੇ ਵਸਦੇ ਨੇ ਸਾਡੀਆਂ ਹੀ ਜ਼ਮੀਨਾਂ ਨੇ ਕਿ ਭਾਈ ਅੰਬਾਲਾ ਕੁਰੂ ਖੇਤਰ ਸਿਰਸਾ ਫਤਿਆਬਾਦ ਤੇ ਗੰਗਾ ਨਗਰ ਸੋ ਇਹਨਾਂ ਦੇ ਵਿਕਾਸ ਦੇ ਲਈ ਅੱਗੋਂ ਕਿਉਂਕਿ ਆਲਰੇਡੀ ਜਿਹੜਾ ਉਹ ਹਰਿਸ਼ਤਾਨ ਦਾ ਮਾਝਾ ਮਾਲਵਾ ਦੋਆਬਾ ਤਾਂ ਬਹੁਤ ਵਿਕਸਤ ਹੈ ਸੋ ਇਹ ਨਵੇਂ ਐਡ ਹੋਏ ਨੇ ਸੋ ਇਹਨਾਂ ਦੇ ਲਈ ਸਪੈਸ਼ਲ ਪੈਕੇਜ ਜਿਹੜਾ ਅਨਾਉਂਸ ਕੀਤਾ ਜਾਏਗਾ ਬਾਈ ਦਿਸ ਟਾਈਮ ਟ੍ਰੇਨ ਕਮਸ ਔਨ ਦਾ ਪਲੇਟਫਾਰਮ ਐਂਡ ਫੈਮਿਲੀ ਬੋਰਡਸ ਇਨ ਦਾ ਟ੍ਰੇਨ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਉਹ ਖਬਰਾਂ ਦੇਖ ਰਹੇ ਸੀ ਵੀ ਇਹ ਚੱਲ ਰਿਹਾ ਫਿਰ ਟ੍ਰੇਨ ਆ ਗਈ ਔਰ ਉਹ ਗਏ ਤੁਰੇ ਵਿਲੇਜ ਟੂਰ ਇਨ ਨੈਕਸਟ ਪਾਰਟ ਵੀ ਪਿੰਡ ਦਾ ਟੂਰ ਫਿਰ ਉਹਨਾਂ ਨੇ ਕਿਹਾ ਵੀ ਮੈਂ ਡ੍ਰੀਮ ਪ੍ਰੈਜ਼ੈਂਟ ਕਰ ਰਿਹਾ ਔਰ ਯੂ ਯੂ ਮੇ ਕਾਲ ਇਟ ਵਿਜ਼ਨ ਆਈ ਐਮ ਸ਼ੋਰ ਇਫ ਆਈ ਵਿਲ ਨਾਟ ਲਿਵ ਇਨ ਦੈਨ ਮਾਈ ਕਿਡਸ ਵਿਲ ਲਿਵ ਇਟ ਐਂਡ ਇਫ ਦੇ ਨਾਟ then their kids hmm. will live in. Why do you want to do it? So, so nice. ਨਾ ਦਾ ਬਹੁਤ ਸ਼ੁਕਰੀਆ ਸੋ ਇਸ ਤਰ੍ਹਾਂ ਹੀ ਆਪਾਂ ਸਾਨੂੰ ਆਪਣਾ ਥਰਡ ਪਾਰਟ ਵੀ ਭੇਜੋ ਜਿਹੜਾ ਖਾਲਸਾ ਨਾਲ ਸੰਬੰਧਿਤ ਹੈਗਾ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਬ੍ਰੇਕ ਫਿਊਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ ਉਦੋਂ ਅਸੀਂ ਖੜੇ ਹੋ ਜਾਾਂਗੇ ਉਹ ਵੱਖਰੀ ਗੱਲ ਆ ਵੀ ਅਸੀਂ ਆਪ ਦੀ ਪਛਾਣ ਤਾਂ ਦੂਰ ਬਾਇ ਕਰਦੇ ਆ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਕਥਾਵਾਚਕ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ। ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਪਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ ਮਰਨ ਮੁਨਸਾ ਸੂਰਿਆ ਹਕ ਹੈ ਵੀਅਰਸ ਵੈਲਕਮ ਬੈਕ ਆਨ ਆਰ ਪ੍ਰੋਗਰਾਮ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸਟੇਟ ਟੁੱਟਣ ਵਾਲ ਵੱਧ ਰਹੀ ਹੈ ਇਸ ਵਿੱਚ ਲੀਆਂ ਤਰੇੜਾ ਹੁਣ ਸਪਸ਼ਟ ਦੇਖਣ ਨੂੰ ਮਿਲ ਰਹੀਆਂ ਨੇ ਔਰ ਪਿਛਲੇ ਦਿਨੀ ਪਾਰਟ ਦੀ ਵਿੱਤ ਮੰਤਰੀ ਨੇ ਸਾਲਾਨਾ ਬਜਟ ਪੇਸ਼ ਕੀਤਾ ਔਰ ਬਜਟ ਤੇ ਬੋਲਦੇ ਆ ਕਰਨਾਟਕਾ ਦੇ ਐਮਪੀ ਡੀ ਕੇ ਸੁਰੇਸ਼ ਨੇ ਕਿਹਾ ਹੈ ਕਿ ਉੱਤਰੀ ਭਾਰਤ ਤੇ ਦੱਖਣੀ ਭਾਰਤ ਦੇ ਰਾਜਾਂ ਵਿੱਚ ਫੰਡਾਂ ਦੀ ਅਲੋਟਮੈਂਟਸ ਬੰਦੀ ਬਹੁਤ ਵਿਤਕਰਾ ਕੀਤਾ ਜਾ ਰਿਹਾ ਹੈ ਔਰ ਅਸੀਂ ਸੈਂਟਰ ਫੰਡ ਜਿਹੜੇ ਵਿੱਚ ਬਹੁਤ ਜ਼ਿਆਦਾ ਧਨ ਦਿੰਦੇ ਹਾਂ ਪਰ ਇਸ ਦਾ ਫਾਇਦਾ ਜਿਹੜਾ ਹੈ ਉਤਰੀ ਪਾਰਤ ਨੂੰ ਦਿੱਤਾ ਜਾ ਰਿਹਾ ਸੋ ਜੋ ਇਹੀ ਹਾਲਤ ਰਹੀ ਤਾਂ ਦਖਣੀ ਪਾਰ ਦੇ ਸੂਬਿਆਂ ਨੂੰ ਇੱਕ ਅਲੱਗ ਪਾਰ ਦੀ ਮੰਗ ਕਰਨ ਤੇ ਮਜਬੂਰ ਹੋਣਾ ਪੈਣਾ ਸੋ ਇਸ ਵਾਰ ਇਹ ਆਪਾਂ ਗੱਲਬਾਤ ਕਰਨ ਜਾ ਰਹੇ ਆ ਨਾ ਲਈ ਤੁਹਾਡੇ ਜਿਹੜੇ ਲਾਈਵ ਮੈਸੇਜ ਨੇ ਔਰ ਗੁਰਬਾਣੀ ਵਿਚਾਰਾਂ insan ਤੋਂ ਨਾ ਪਾਈ ਜਾਏਗੀ ਸੋ ਅਸੀਂ ਚਾਹਾਂਗੇ ਕਿ ਤੁਸੀਂ ਐਸੀ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨੇਆਂ ਲਿਖਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਜਦੋਂ ਕੋਈ ਇਮਾਰਤ ਨੇ ਡਿੱਗਣਾ ਹੁੰਦਾ ਹੈ ਤੇ ਪਹਿਲਾ ਉਸ ਦੇ ਵਿੱਚ ਤਰੇੜ ਨਜ਼ਰ ਆਂਦੀ ਹੈ। ਹਮ ਕਰੈਕਸ ਜਿਨੂੰ ਅਸੀਂ ਕਹਿੰਦੇ ਹਾਂ। ਅੱਛਾ। ਸੋ ਇਸ ਦਾ ਮਤਲਬ ਹੁੰਦਾ ਹੈ ਕਿ ਵੀ ਇਹ ਹੁਣ ਇਮਾਰਤ ਪਾਇਦਾਰ ਨਹੀਂ। ਇਹਨਾਂ ਮੁਲਕਾਂ 'ਚ ਤਾਂ ਜਦੋਂ ਕੋਈ ਤਰੇੜ ਆ ਜਾਏ ਤਾਂ ਆ ਕੇ ਨੋਟਿਸ ਚਪਕਾ ਜਾਂਦੇ ਨੇ ਔਰ ਖਾਲੀ ਕਰਵਾ ਦਿੰਦੇ ਨੇ। ਖਾਲੀ ਕਰਵਾ ਦਿੰਦੇ ਹਾਂ ਜੀ। ਇਹ ਹੁਣ ਇਹਦੇ 'ਚ ਕੋਈ ਵਸ ਨਹੀਂ ਸਕਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇ ਵਿੱਚ ਪੰਜਾਬ ਹੋਏ, ਕਸ਼ਮੀਰ ਹੋਏ, ਮਨੀਪੁਰ ਹੋਏ, ਨਾਗਾਲੈਂਡ ਹੋਏ ਮਿਜ਼ੋਰਮ ਹੋਏ ਪੰਜੇ ਤਾਂ ਇਹ ਬੜੀਆਂ ਨੋਨ ਮੂਵਮੈਂਟਸ ਨੇ ਜਿਹੜੀਆਂ ਆਜ਼ਾਦੀ ਦੀਆਂ ਚੱਲ ਰਹੀਆਂ ਨੇ ਆਲਮੋਸਟ ਨਾਗਾ ਕਸ਼ਮੀਰ ਮੂਵਮੈਂਟ ਤਾਂ 50 ਸਾਲ ਦੀ ਪੁਰਾਣੀ ਹੈ ਤੇ ਆਲਮਨਾ 75 ਸਾਲ ਦੀ ਪੁਰਾਣੀ ਹੈ ਹਮ ਸਿੱਖ ਮੂਵਮੈਂਟ ਅਸੀਂ ਜੇ ਕਹੀਏ ਕਿ ਟੋਟਲ ਇੰਡੀਪੈਂਡੈਂਸ ਦੀ ਉਹ ਆਲਮੋਸਟ 40 ਸਾਲ ਪਹਿਲਾਂ ਜਿਹੜੀ ਹੈ ਜੂਨ 84 ਦੇ ਨਾਲ ਜੁੜਿਆ ਹੋਇਆ 파ਰਟ ਹੈ ਪਰ ਅਸੀਂ ਇੱਕ ਪਾਠ ਦੇਖ ਰਹੇ ਹਾਂ ਕਿ ਸ਼ੱਕ 1950ਆਂ ਦੇ ਵਿੱਚ ਤਾਮਿਲਨਾਡੂ ਔਰ ਆਂਧਰਾ ਉਦੋਂ ਇਹਨਾਂ ਨੂੰ ਮਦਰਾਸ ਕਹਿੰਦੇ ਸੀ ਔਰ ਉਹ ਮੈਸੂਰ ਸਟੇਟ ਦਾ ਹਿੱਸਾ ਸੀ ਕਰਨਾਟਕਾ ਵੀ ਔਰ ਇਹ ਹైదరాబాద్ ਸੀ ਆਂਧਰੇ ਦਾ ਵੱਡਾ ਹਿੱਸਾ ਉਦੋਂ ਖਾਸ ਤੌਰ ਤੇ ਤਾਮਿਲਨਾਡ ਚ ਇੱਕ ਮੂਵਮੈਂਟ ਜ਼ਰੂਰ ਉੱਠੀ ਸੀ ਤਾਮਿਲਦੇਸ਼ ਦੀ ਔਰ ਸਾਡੀ ਆਰਡ ਸਿਵਲਾਈਜ਼ੇਸ਼ਨ ਦੂਸਰਾ ਲੇਖਨ ਕਿਉਂਕਿ ਜਦੋਂ ਸੂਬੇ ਲਿੰਗੁਇਸਟਿਕ ਆਧਾਰ ਤੇ ਬਣ ਗਏ ਤਾਮਿਲਾਂ ਨੇ ਜਿਹੜਾ ਉਹ ਉਹਨੇ ਆਪਣੇ ਆਪ ਨੂੰ ਕੰਟੈਂਟ ਕਰ ਲਿਆ ਤਾਮਿਲਨਾਡੂ ਨਾ ਉਹਨਾਂ ਨੇ ਮਦਰਾਸ ਦਾ ਬਦਲ ਕੇ ਨਾਡੂ ਦਾ ਮਤਲਬ ਦੇਸ਼ ਹੀ ਹੁੰਦਾ ਹੈ ਤਾਮਿਲਾਂ ਦਾ ਦੇਸ਼ ਫਿਰ ਉਹਨਾਂ ਨੇ ਆਪਣਾ ਉਹ ਡ੍ਰੀਮ ਦੂਸਰੇ ਪਾਸੇੋਂ ਜਦੋਂ శ్రీਲੰਕਾ ਦੇ ਵਿੱਚ ਜਿਹੜੇ ਤਾਮਿਲ ਹਿੰਦੂ ਮੂਲ ਦੇ ਹੀ ਸੀ ਉਹਨਾਂ ਨੂੰ ਖੜਾ ਤਾਂ ਇੰਡੀਅਨ ਸਿਸਟਮ ਨੇ ਕੀਤਾ ਪਰ ਤਾਮਿਲਨਾਡੂ ਵਾਲਿਆਂ ਨੂੰ ਇਹ ਹੋਪ ਜਾਗੀ ਕਿ ਜੇ ਇੱਥੇ ਮੁਲਕ ਉਹਨਾਂ ਦਾ ਬਣ ਜਾਂਦਾ ਜਿਵੇਂ ਜਾਫਨਾ ਔਰ ਦੂਸਰੇ ਹਿੱਸੇ ਦੇ ਉੱਤੇ ਉਹ ਸੀ ਤੇ ਇਹਦੇ ਨਾਲ ਔਰ ਇਹੀ ਕਾਰਨ ਸੀ ਕਿ ਇੰਡੀਅਨ ਸਿਸਟਮ ਜਿਨ੍ਹਾਂ ਨੇ ਲਿਟੈਨ ਨੂੰ ਖੜਾ ਕੀਤਾ ਸੀ ਲਿਬ੍ਰੇਸ਼ਨ ਟਾਈਗਰਸ ਆਫ ਤਾਮਿਲ ਆਲਮ ਉਹਨਾਂ ਨੇ ਉਸ ਮੂਵਮੈਂਟ ਨੂੰ ਸਪਰੈਸ ਕਰਤਾ ਔਰ ਬਾਅਦ ਵਿੱਚ ਰਜੀਵ ਗਾਂਧੀ ਉਹਦੀ ਪੇਟ ਹੀ ਚੜੇ ਜੀ ਕਿ ਉਹਨਾਂ ਨਾਲ ਬਿਟਰੇ ਕੀਤਾ ਲੇਕਿਨ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਪਹਿਲਾਂ ਤਾਂ ਪੰਜ ਸਟੇਟਾਂ ਜਿਹੜੀਆਂ ਸਾਊਥ ਦੀਆਂ ਨੇ ਜਿਨ੍ਹਾਂ 'ਚ ਤਾਮਿਲਨਾਡ, ਆਂਧਰਾ, ਤੇਲੰਗਾਨਾ, ਕਰਨਾਟਕ ਔਰ ਕੇਰਲਾ ਹੂੰ ਦਬੀ ਦਬੀ ਆਵਾਜ਼ ਆ ਰਹੀ ਸੀ ਕਿ ਵੀ ਅਸੀਂ ਫੈਮਿਲੀ ਪਲੈਨਿੰਗ ਵੀ ਕੀਤੀ ਹੋਈ ਐ ਦੋ ਦੋ ਬੱਚੇ ਨੇ ਸਾਡੀ ਡਿਵੈਲਪਮੈਂਟ ਵੀ ਹੋਈ ਐ ਵਿਕਾਸ ਵੀ ਹੋਇਆ ਐ ਪੈਸਾ ਅਸੀਂ ਸੈਂਟਰ ਪੂਲ ਚ ਦੇ ਰਹੇ ਐ ਤੇ ਇਧਰ ਬਰੀਡਿੰਗ ਲਾਈਕ ਰੈਟਸ ਹੂੰ ਚੂਹਿਆਂ ਵਾਂਗ ਬੱਚੇ ਜੰਮ ਰਹੇ ਨੇ ਯੂਪੀ ਬਿਹਾਰ ਮਧ ਪ੍ਰਦੇਸ਼ ਰਾਜਸਥਾਨ ਔਰ ਉਤਰਾਖੰਡ ਆੜੇ ਔਰ ਫੰਡ ਉਧਰ ਨੂੰ ਚਲੇ ਜਾਂਦੇ ਨੇ ਸਾਨੂੰ ਜੋ ਵਾਪਸ ਦਿੰਦਾ ਐ ਸੈਂਟਰ ਉਹ ਬਹੁਤ ਥੋੜਾ ਔਰ ਇਹਦੀ ਜ਼ਿਆਦਾ ਤਾਮਲਾਂ ਦੇ ਵਿੱਚ ਤਮਨਾੜ ਦੇ ਵਿੱਚ ਹੀ ਮੰਗ ਸੀ ਹੂੰ ਤੋ ਬਹੁਤ ਇਹਨੂੰ ਲੱਗਦਾ ਸੀ ਵੀ ਜਿਹੜੀ ਡੀਐਮਕੇ ਕਰਨਾ ਨਦੀ ਔਰ ਸਟਾਲਨ ਇਹ ਸਾਰੇ ਇਹਨਾਂ ਦਾ ਤਾਂ ਪੁਰਾਣਾ ਡ੍ਰੀਮ ਹੈ ਤਾਮਿਲ ਮੁਲਕ ਦਾਏ ਉਹੀ ਕਿਸੇ ਨਾ ਕਿਸੇ ਬਹਾਨੇ ਨਾਲ ਉਹ ਸਾਹਮਣੇ ਰੱਖਣਾ ਚਾਹੁੰਦੇ ਨੇ ਜੀ ਲੇਕਿਨ ਜਿਹੜੀ ਖਬਰ ਅੱਜ ਜਿਹਨੇ ਕਾਫੀ ਝੰਜੋੜਿਆ ਬਹੁਤ ਸਾਰਿਆਂ ਨੂੰ ਔਰ ਇਹਨੇ ਜਦੋਂ ਬਜਟ ਪੇਸ਼ ਕੀਤਾ ਬੀਬੀ ਨੇ ਔਰ ਉਸ ਤੋਂ ਬਾਅਦ ਕਰਨਾਟਕਾ ਚੋਂ ਇੱਕੋ ਇੱਕ ਕਾਂਗਰਸ ਦਾ ਐਮਪੀ ਹੈ ਕਿਉਂਕਿ ਕਰਨਾਟਕਾ ਚ ਬੀਜੇਪੀ ਨੇ ਕਾਫੀ ਆਪਣੀ ਥਾਂ ਬਣਾਈ ਸੀ ਹੁਣ ਭਾਵੇਂ ਸਰਕਾਰ ਕਾਂਗਰਸ ਦੀ ਉੱਥੇ ਲੋਕਲ ਬਣੀ ਹੈ ਪਰ ਐਮਪੀ ਪਿਛਲੀ ਚੋਣਾਂ ਦੇ ਕਰਨਾਟਕਾ ਚ ਬੀਜੇਪੀ ਦਾ ਹੀ ਜ਼ਿਆਦਾ ਨੇ ਪਹਿਲਾਂ ਬੀਜੇਪੀ ਦੀ ਸਰਕਾਰ ਸੀ ਔਰ ਬੈਂਗਲੁਰੂ ਜਿਹੜਾ ਪਿੰਡੂ ਹਲਕਾ ਉਸ ਤੋਂ ਇਹ ਕਾਂਗਰਸ ਦੇ ਐਮਪੀ ਨੇ ਡੀ ਕੇ ਸੁਰੇਸ਼ ਔਰ ਜੋ ਉਹਨਾਂ ਨੇ ਕਿਹਾ ਉਹਨੇ ਇੱਕ ਵਾਰੀ ਤਾਂ ਜਿਹੜੀ ਹੈ ਸਾਰੇ মিডিਆ ਦੇ ਵਿੱਚ ਵੀ ਅੱਜ ਚਰਚਾ ਹੈ ਔਰ ਦੂਸਰਾ ਉਹਨਾਂ ਨੇ ਇਹ ਕਿਹਾ ਉਹਨਾਂ ਦੀ ਮੈਂ ਲਫ਼ਜ਼ ਦੁਹਰਾਣਾ ਚਾਹੁੰਦਾ ਬੀਬੀਸੀ ਦੀ ਰਿਪੋਰਟਿੰਗ ਦੇ ਉੱਤੇ ਜੇ ਉੱਤਰੀ ਭਾਰਤ ਦੇ ਰਾਜਾਂ ਤੇ ਦੱਖਣੀ ਭਾਰਤ ਦੇ ਰਾਜਾਂ 'ਚ ਵਿਕਾਸ ਦੇ ਲਈ ਡਿਵੈਲਪਮੈਂਟ ਦੇ ਲਈ ਬਰਾਬਰ ਦਾ ਫੰਡ ਨਾ ਵੰਡਿਆ ਗਿਆ ਤਾਂ ਸਾਡੇ ਦੱਖਣ ਦੇ ਰਾਜਾਂ ਨੂੰ ਅਲੱਗ ਮੁਲਕ ਦੇ ਲਈ ਅਸੀਂ ਸੋਚਣ ਤੇ ਮਜਬੂਰ ਹੋਵਾਂਗੇ ਇਹ ਬਹੁਤ ਜ਼ੁਆਰੇ ਖਬਰ ਸਾਰੇ ਪਾਸੇ ਕਮੀ ਹੋਇਆ ਡਿਸਕਸ਼ਨ ਵੀ ਹੋ ਰਹੀ ਹੈ ਜੀ ਉਹਨਾਂ ਨੇ ਕਿਹਾ ਕਿ ਭਈ ਇਹ ਸਾਡੇ ਨਾਲ ਬੜਾ ਨਿਆਂ ਹੋ ਰਿਹਾ ਅਸੀਂ ਫੰਡਿੰਗ ਦੇ ਰਹੇ ਹਾਂ ਔਰ ਸਾਨੂੰ ਵਾਪਸ ਕੁਝ ਨਹੀਂ ਮਿਲ ਰਿਹਾ ਸਾਡੇ ਦਖਣੀ ਪਾਰ ਦੀ ਆਣ ਦੇਖੀ ਹੋ ਰਹੀ ਹੈ ਹਰ ਲਿਹਾਜ਼ ਨਾਲ ਸਾਡੇ ਨਾਲ ਧੱਕਾ ਹੋ ਰਿਹਾ ਜੇ ਅਸੀਂ ਦੀ ਨਿੰਦਿਆ ਨਾ ਕਰੀਏ ਤੇ ਐਸੀ ਹਾਲਾਤ ਪੈਦਾ ਹੋ ਜਾਣਗੇ ਕਿ ਸਾਨੂੰ ਸਾਊਥ ਦੇ ਦੀਆਂ ਸਟੇਟਾਂ ਨੂੰ ਅੱਧ ਮੁਲਕ ਦੀ ਜਿਹੜੀ ਹੈ ਉਹ ਮੰਗ ਕਰਨੀ ਪੈਗੀ ਹੁਣ ਇਸ ਦੇ ਉੱਤੇ ਔਰ ਨਾਲ ਦੀ ਨਾਲ ਉਹਨੇ ਫਿਰ ਉਹ ਡੀਟੇਲ ਵੀ ਦਿੱਤੇ ਉਹਨਾਂ ਨੇ ਕਿਹਾ ਵੀ ਅਸੀਂ 4 ਲੱਖ ਕਰੋੜ ਰੁਪਈਆ ਟੈਕਸ ਦੇ ਰੂਪ ਚ ਦੰਦੇ ਹੂੰ ਲੇਕਿਨ ਬਦਲੇ ਸਾਨੂੰ ਕੀ ਮਿਲ ਰਿਹਾ ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਕ੍ਰੈਕਸ ਦੀ ਨਿਸ਼ਾਨੀ ਹੈ ਕਿਉਂਕਿ ਇਧਰ ਤਾਂ ਆਰਮਡ ਸਟਰਗਲਸ ਨੂੰ ਸਰਕਾਰ ਨੇ ਸਿੱਧੇ ਸਿੱਧੇ ਫੌਜੀ ਤਾਕਤ ਦੇ ਨਾਲ ਦੱਬਿਆ ਜਾਂ ਦੱਬ ਰਹੀਆਂ ਨੇ ਜਾਂ ਬਦਨਾਮ ਕਰ ਰਹੀਆਂ ਨੇ ਜਾਂ ਇਵਨ ਖਾਲਸਾਣੇ ਮੂਵਮੈਂਟ ਦੇ ਹਵਾਲੇ ਨਾਲ ਟਰਾਂਸਨੇਸ਼ਨਲ ਰਿਪ੍ਰੈਸ਼ਨ ਦਾ ਸਹਾਰਾ ਲੈ ਰਹੀਆਂ ਨੇ ਪਰ ਭਾਰਤ ਦੀਆਂ ਵੱਡੀਆਂ ਪੰਜ ਸਟੇਟਾਂ ਜਿਹੜੀਆਂ ਸਭ ਤੋਂ ਜ਼ਿਆਦਾ ਰੈਵਨਿਊ ਦੰਦੀਆਂ ਨੇ ਉਹਨਾਂ ਦਾ ਐਮਪੀਓਰ ਐਮਪੀ ਵੀ ਕਾਂਗਰਸ ਪਾਰਟੀ ਦਾ ਇਹ ਕੋਈ ਤਾਮਿਲ ਜਿਹਦਾ ਡੀਐਮਕੇ ਦਾ ਹੋਵੇ ਤਾਂ ਕਹਿ ਸਕਦੇ ਜੀ ਚਲੋ ਉਹਨਾਂ ਦਾ ਪਹਿਲਾਂ ਤੋਂ ਹੀ ਕਿਤੇ ਨਾ ਕਿਤੇ ਲੋਕਾਂ ਆਇਆ ਏਜੰਡਾ ਹੈ ਜੇ ਕਾਂਗਰਸ ਦਾ ਹੋਰ ਕਰਨਾਟਕਾ ਦਾ ਇਹ ਕੋਈ ਤਾਮਿਲਨਾਡੂ ਦਾ ਨਹੀਂ ਕਰਨਾਟਕਾ ਦਾ ਐਮਪੀਆ ਕਹਿੰਦਾ ਕਿ ਜੋ ਤੁਸੀਂ ਕਰ ਰਹੇ ਹੋ ਸਾਡੇ ਕੋਲ ਕੋਈ ਚੋਇਸ ਨਹੀਂ ਰਹਿਣੀ ਕਿ ਅਸੀਂ ਅੱਡ ਮੁਰਖ ਲੈਣਾ ਇਹ ਬਹੁਤ ਵੱਡੀ ਗੱਲ ਹੈ ਜੀ ਨਾ ਸਭ ਹੁਣ ਆਪੋ ਆਪਣੇ ਈਯੂਜ਼ਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਆ ਸਭ ਦਾ ਪਹਿਲਾਂ ਹੀ ਸ਼ੁਕਰੀਆ ਅਦਾ ਕਰ ਦਨੇ ਆ ਔਰ ਬਲਜੀਤ ਬਰਾਇਚ ਮਨਦੀਪ ਬਾਜਵਾ ਸੁਖਜੀਵਨ ਬੱচ্চੂ ਇੰਦਰ ਸਿੰਘ ਸੰਧੂ ਹਰ ਹਰਮਿੰਦਰ ਸਿੰਘ ਖਾਲਸਾ ਦੇਸ਼ ਪੰਜਾਬ ਅਮਰਜੀਤ ਸਾਨੀ ਮੰਜੂਰ ਕੋਹਨੂਰ ਐਂਡ ਜਸਬੀਰ ਸਿੰਘ ਰਾਣਾ ਆਬਿਦ ਫਿਰ ਜਸਪੀਰ ਬਰਾੜ ਸੁਰਮਕਮੰਦਰਾ ਲਖਵਿੰਦਰ ਸਿੰਘ ਪੰਨੂ ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜਿੰਦਾਬਾਦ ਕਹਿੰਦੇ ਨੇ ਔਰ ਰਾਣਾ ਜੀ ਕਹਿੰਦੇ ਨੇ ਹਾਂਜੀ ਰਾਣਾ ਅਬਿਦ ਜੀ ਕਹਿੰਦੇ ਨੇ ਕਿ ਮਾਸਟਰ ਇਹ ਮਾਸਟਰ ਕਲਾਸ ਇਨ ਹਿਸਟੋਰੀਕਲ ਸਟੋਰੀ ਟੈਲਿੰਗ ਥਿਸ ਸ਼ੋ ਸਕਿਲਫੁਲੀ ਨੈਵੀਗੇਟਸ ਥਰੂ ਦਾ ਕੰਪਲੈਕਸਿਟੀਜ਼ ਆਫ ਦਾ ਪਾਸਟ ਲਿਵਿੰਗ ਵਿਊਅਰਸ ਬੋਥ ਇਨਫੋਰਮਡ ਐਂਡ ਇਨਸਪਾਇਰਡ ਔਰ ਫਿਰ ਇਸੇ ਤਰ੍ਹਾਂ ਗੁਰਮੇਲ ਸਿੰਘ ਜੀ ਫਦੇ ਬਲਾ ਕੇ ਸਾਡੀ ਸਰਾਨਾ ਕਰਦੇ ਨੇ ਔਰ ਕਹਿੰਦੇ ਨੇ ਕਿ ਜਿਹੜਾ ਆਪਣਾ ਜਿਹੜੇ ਵੋਟਸ ਜੜੀਆਂ ਹੋ ਰਹੀਆਂ ਨੇ ਸੈਕਰਾਮੈਂਟੋ ਦੇ ਵਿੱਚ ਉਹ ਸਭ ਸਬ ਆਨ ਸੋ ਇਸੇ ਤਰ੍ਹਾਂ ਆਇਰਫ ਨਾਵੀਦ ਜੀ ਕਹਿੰਦੇ ਦਾ ਗ੍ਰੇਟ ਮੁਜਾਹਿਬੀਨਸ ইমরান ਖਾਨ ਐਨ ਖਾਲਸਾ ਜਿੰਦਾਬਾਦ ਬਿਲਡ ਖਾਲਿਸਤਾਨ ਜਿੰਦਾਬਾਦ ਗੋਡ ਬles ਖਾਲਿਸਤਾਨੀ ਆਮੀਨ ਸੁਮਾ ਆਮੀਨ ਔਰ ਕਹਿੰਦੇ ਨੇ ਜਗਰਾਜ ਸਿੰਘ ਜੀ ਓਕੇ ਕਹਿੰਦੇ ਨੇ ਐਂਡ ਫਿਰ ਇਸੇ ਤਰ੍ਹਾਂ ਮੈਸੇਜ ਗੁਰਮੀਲ ਸਿੰਘ ਦਾ ਆਪਾਂ ਕਰਤਾ ਉਹ ਕਹਿ ਰਹੇ ਕਿ ਪਲੀਜ਼ ਬੀ ਰੈਡੀ ਫੋਰ ਦਾ ਸੈਕੰਡ ਫੇਜ਼ ਆਫ ਰੈਫਰੰਡਮ voting on 31st March in Sacramento welcome you uh, love to see you there ਖਾਲਸਾ ਜ਼ਿੰਦਾਬਾਦ vote and support referendum 2020 ਐਂਡ ਜਗਰਾਜ ਸਿੰਘ ਜਟਾਨਾ ਵੀ ਸਾਡੇ ਕੋਲ ਆਏ ਨੇ ਜਟਾਨਾ ਹਾਂਜੀ ਜਟਾਨਾ ਸਾਰੇ ਐਂਡ ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਸਾਡੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਔਰ ਕਾਲਾ ਸਿੰਘ ਆਰਫ ਨਵੀਦ ਜੀ ਤੁਹਾਨੂੰ ਕਹਿੰਦੇ ਨੇ ਤੁਸੀਂ ਗ੍ਰੇਟ ਐਂਕਰ ਹੋ ਜਿੰਦਾਬਾਦ ਕਹਿੰਦੇ ਨੇ ਐਂਡ ਹਾਂਜੀ ਇਮਰਾਨ ਖਾਨ ਨੂੰ ਵੀ ਜਿੰਦਾਬਾਦ ਕਹਿੰਦੇ ਨੇ ਔਰ ਖਾਲਸਾ ਨੂੰ ਵੀ ਜਿੰਦਾਬਾਦ ਕਹਿੰਦੇ ਨੇ ਐਂਡ ਫਿਰ ਸਤਨਾਮ ਸਿੰਘ ਫਿਰ ਸਤਨਾਮ ਔਜਲਾ ਨਛੱਤਰ ਸਿੰਘ ਰਮਣਾ ਕਹਿੰਦੇ ਨੇ ਇਹ ਸਾਰੇ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜੰਦਾਬਾਦ ਕਹਿੰਦੇ ਨੇ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਜਸ ਹਾਂਜੀ ਆਲਬਾਉਟ ਦੂਥ ਐਂਡ ਸਿੱਖ ਹੈਜ਼ਮੇ ਵੀ ਫਤਿਹ ਬੁਲਾਉਂਦੇ ਨੇ ਫਿਰ ਧਰਮ ਸਿੰਘ ਜੀ ਵੀ ਖਾਲਸਾ ਜੰਦਾਬਾਦ ਆਂਟੀ ਵੀ ਜੰਦਾਬਾਦ ਕਹਿੰਦੇ ਨੇ ਜਸ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਸਾਡੇ ਕੋ ਫਤਿਹ ਦੇ ਮੈਸੇਜ ਨੇ ਗੁਰਮੇਸ਼ ਸਿੰਘ ਜੀ ਵੀ ਅਨਮ੍ਰਿਤ ਸਿੰਘ ਜੀ ਜਸ ਜੀ ਸਾਫ ਸਾਨੂੰ ਪਤੇ ਬੁਲਾਉਂਦੇ ਨੇ ਕਿਉਂਕਿ ਮੈਂ ਖੜੀਵਲ ਦੇਖ ਰਿਹਾ ਅਸੀਂ ਫੇਸਬੁੱਕ ਤੇ ਉੱਤੇ ਦਵਿੰਦਰ ਸੰਧੂ ਬੌਬ ਸਿੰਘ ਦਿਲਜੀਤ ਸਿੰਘ ਜਿਨ੍ਹਾਂ ਨੇ ਕਿਹਾ ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨ ਹਰਮੇਕ ਸਿੰਘ ਨੇ ਫਿਰ ਕਮਲ ਸਿੰਘ ਉਹਨਾਂ ਦਾ ਥੋੜਾ ਡੀਟੇਲ ਮੈਸੇਜ ਹੈ ਜੀ ਸਿੱਖਾਂ ਵੱਲੋਂ ਸਿਰਜਿਆ ਜਾਂਦਾ ਮਾਨਵਤਾਵਾਦੀ ਵਰਤਾਂਤ ਜਾਂ ਬਫਰ ਸਟੇਟ ਆਦੇ ਖਲਾ کافی ਨਹੀਂ ਮੇਰੇ ਖਿਆਲ ਵਿੱਚ ਇਸ ਦਾ ਪ੍ਰਭਾਵ ਆਮ ਲੋਕ ਤਾਂ ਕਬੂਲਦੇ ਹਨ ਪਰ ਦੇਸ਼ਾਂ ਦੀਆਂ ਸਰਕਾਰਾਂ ਦਾ ਰਾਜਨੇਤਾਵਾਂ ਨੂੰ ਇਸ ਨਾਲ ਮਨੋ ਮਾਨੋ ਕੋਈ ਸਰਕਾਰ ਨਹੀਂ ਹੁੰਦਾ ਇਸ ਲਈ ਸਿੱਖਾਂ ਨੂੰ ਇਕੱਠੇ ਹੋ ਕੇ ਵੱਡੀਆਂ ਤਾਕਤਾਂ ਤੇ ਗਵਾਂਢੀ ਮਿਲਕਾਂ ਨੂੰ ਵੀ ਮਿਲਕਾਂ ਨੂੰ ਇਹ ਵੀ ਜਚਾਉਣਾ ਚਾਹੀਦਾ ਹੈ ਕਿ ਜੇ ਸਾਨੂੰ ਆ ਮਿਲੇਗਾ ਤਾਂ ਅਸੀਂ ਤੁਹਾਨੂੰ ਜੇ ਸਾਨੂੰ ਆ ਮਿਲੇਗਾ ਤਾਂ ਅਸੀਂ ਤੁਹਾਨੂੰ ਇਸ ਤਰ੍ਹਾਂ ਕਿਸ ਤਰ੍ਹਾਂ ਫਾਇਦਾ ਦੇ ਸਕਦੇ ਹਾਂ ਕਿਉਂਕਿ ਕਈ ਵਾਰ ਹਾਲਾਤ ਬਣ ਜਾਂਦੇ ਹਨ ਪਰ ਉਹਨਾਂ ਨੂੰ ਤੁਹਾਡੀ ਪਹੁੰਚ ਦਾ ਪਤਾ ਨਹੀਂ ਹੁੰਦਾ ਜਿਵੇਂ 84 ਵਿੱਚ ਜੇ ਅਕਾਲੀਆਂ ਨੇ ਸੰਤਾਂ ਤੇ ਭਰੋਸਾ ਕੀਤਾ ਹੁੰਦਾ ਤਾਂ ਦਿੱਲੀ ਦੇ ਬਜਾਏ ਗੁਆਂਡੀਆ ਨਾਲ ਤਾਲਮੇਲ ਬਣਾਇਆ ਹੁੰਦਾ ਤਾਂ ਇਤਿਹਾਸ ਹੋਰ ਹੋਣਾ ਸੀ ਕਿਉਂਕਿ ਗੁਆਂਡੀਆ ਨੂੰ ਵੀ ਅਹਿਸਾਸ ਨਹੀਂ ਸੀ ਇਹ ਸਾਧ ਤਿੰਨ ਦਿਨ ਫੌਜਾਂ ਨੂੰ ਰੋਕੀ ਰੱਖੂਗਾ ਤੇ ਸਿੱਖ ਫੌਜ ਵੀ ਬਾਗੀ ਹੋਵੇ ਤੁਸੀਂ ਬਿਲਕੁਲ ਠੀਕ ਕਹੇ ਅਮਨ ਸਿੰਘ ਜੀ ਇੱਕ ਵਰਤਾਨ ਤੁਹਾਡਾ ਆਪਣੇ ਲੋਕਾਂ ਲਈ ਹੁੰਦਾ ਜਿਹਦੇ ਚ ਤੁਸੀਂ ਉਤਸ਼ਾਹ ਬਣਾ ਕੇ ਰੱਖਣ ਐnthusiasm ਹੋਪ ਬਣਾ ਕੇ ਰੱਖਣੀ ਐ ਪਰ ਜਿਹੜਾ ਅਸਲੀ ਕੰਮ ਹੁੰਦਾ ਉਹ ਕੈਮਰੇ ਦੀਆਂ ਨਜ਼ਰਾਂ ਤੋਂ ਦੂਰ ਹੁੰਦਾ ਜਿਹਦੇ ਚ ਤੁਸੀਂ ਆਪਣਾ ਜਿਹੜਾ ਦੇਖੋ ਦੁਨੀਆ ਚ ਕੋਈ ਵੀ ਸੌਦੇ ਹੋਣ ਜਾਂ ਕੋਈ ਵੀ ਗੱਲ ਉਹ ਫਾਇਦੇ ਨਾਲ ਜੁੜੇ ਹੁੰਦੇ ਨੇ ਕੋਈ ਸਿਰਫ ਇਨਸਾਨੀਅਤ ਜਾਂ ਅਸੀਂ ਬਹੁਤ ਚੰਗੇ ਆ ਇਸ ਲਈ ਤੁਸੀਂ ਵੀ ਸਾਡੇ ਨਾਲ ਚੰਗੇ ਹੋਵੋ ਇਹ ਕੋਈ ਕ੍ਰਾਈਟੇਰੀਆ ਨਹੀਂ ਹੁੰਦਾ ਔਰ ਤੁਸੀਂ ਬਿਲਕੁਲ ਠੀਕ ਹੈ ਕਿ ਉਹ ਆਪਰਚੂਨਿਟੀਆਂ ਵੀ ਹੁੰਦੀਆਂ ਨੇ ਲੇਕਿਨ ਤੁਹਾਨੂੰ ਆਪਣਾ ਜਿਹੜਾ ਹੈ ਉਹ ਕਿਸੇ ਨੂੰ ਦੱਸਣਾ ਹੋਏਗਾ ਕਿ ਉਹ ਤੁਹਾਡੀ ਮਦਦ ਕਿਉਂ ਕਰਨ ਸੋ ਇਹ ਤੁਸੀਂ ਬਿਲਕੁਲ ਠੀਕ ਫਰਮਾਇਆ ਔਰ ਜਸਪੀਰ ਸਿੰਘ ਕਹਿੰਦੇ ਨੇ ਵੀ ਵਿਲ ਗੈਟ ਖਾਰਸਤਾਨ ਥਰੂ ਰੈਫਰੈਂਡਮ ਨਾਉ ਓਨ ਦੀ ਰੈਫਰੈਂਡਮ ਪ੍ਰੋਸੈਸ ਡਿਫੀਟਿੰਗ ਦਾ ਇੰਡੀਅਨ ਡਿਪਲੋਮੇਸੀ ਸੋ ਬੈਡ ਬਿਲਕੁਲ ਕੋਈ ਸ਼ੱਕ ਨਹੀਂ ਹੈ ਕਿ ਖਾਰਸਤਾਨ ਰੈਫਰੈਂਡਮ ਮੂਵਮੈਂਟ ਨੇ ਭਾਰਤ ਸਰਕਾਰ ਨੂੰ ਵਕਤ ਪਾਇਆ ਹੋਇਆ ਅੱਛਾ ਔਰ ਸਿੱਖਾਂ ਦੇ ਵਿੱਚ ਵੀ ਇੱਕ ਜਜ਼ਬਾਤੀ ਇੱਕ ਸੁਰਤਾ ਦਾ ਇਹ ਪ੍ਰਤੀਕ ਹੈ ਰੰਦਾਵਾ ਗੁਰਵਿੰਦਰ ਮੁਹੰਮਦ ਅਨਵਰ ਪ੍ਰਭਦਿਆਲ ਸਿੰਘ ਜਸਬੀਰ ਸਿੰਘ ਬੌਬ ਸਿੰਘ ਉਹਨਾਂ ਨੇ ਇਹ ਸੁਝਾਅ ਦਿੱਤਾ ਕਿ ਜਿਹੜਾ ਤੁਸੀਂ ਹਕੀਕਤ ਰੁਮਾ ਅਹਿਸਾਸ ਦੋ ਭਾਗਾਂ ਚ ਲਿਖਿਆ ਹੈ ਉਹਨੂੰ ਇਨਬਾਕਸ ਸਾਂਝਾ ਕਰ ਦਿਓ ਮੈਂ ਤੁਹਾਨੂੰ ਪਰਸਨਲੀ ਭੇਜ ਦਿਆਂਗਾ ਕਿਉਂਕਿ ਕਈ ਵਾਰ ਸਾਨੂੰ ਵੀ ਆਗਿਆ ਰਹਿਣੀ ਹੁੰਦੀ ਹੈ ਜਿਹੜੇ ਲੇਖਕ ਨੇ ਕਿ ਉਹ ਚਾਹੁੰਦੇ ਨੇ ਉਸ ਨੂੰ ਕਿ ਨਹੀਂ ਜੀ ਇਨਬਾਕਸ ਔਰ ਇਹ ਗੁਰਨੇਕ ਸਿੰਘ ਕਹਿੰਦਾ ਨੇ ਆਪ ਸਭ ਨਾ ਖਾਲਸਤਾਨੀਆਂ ਨੂੰ ਬਹਿਰ ਜੀ ਦਾ ਖਾਲਸਾ ਬਹਿਰ ਜੀ ਦੇ ਪੁੱਤ ਤੁਹਾਨੂੰ ਵੀ ਜੀ ਗੁਰਨਾਮ ਸਿੰਘ ਗ੍ਰੇਟ ਜੌਬ ਬਿਊਟੀਫੁੱਲ ਟੀਮ ਫਿਰ ਉਹਨਾਂ ਨੇ ਦੋ ਤਿੰਨ ਹੋਰ ਵੀ ਇਸ ਦੇ ਉੱਤੇ ਕਮੈਂਟ ਕੀਤੇ ਨੇ ਜੀ ਨਿਸ਼ਾਨ ਸਿੰਘ ਰੋਟ ਐਕਸਲੈਂਟ ਆਰਟੀਕਲ ਬਿਲਕੁਲ ਔਰ ਸੀ ਐਨ ਕਰੇਜ ਕਰਦੇ ਆ ਇਵੇਂ ਹੀ ਗੱਲ ਅੱਗੇ ਤੁਰਦੀ ਹੈ ਵਿੱਚ ਥੱਲੇ ਤੁਸੀਂ ਅੱਜ ਭਾਵੇਂ ਤੁਹਾਡਾ ਡ੍ਰੀਮ ਹੈ ਕਿਸੇ ਦਾ ਵਿਜ਼ਨ ਹੈ ਉਹੀ ਹਕੀਕਤ ਕਿਸੇ ਦੀ ਫੈਂਟਸੀ ਹੈ ਉਹੀ ਹਕੀਕਤ ਬਣਦਾ ਬਿਲਕੁਲ ਮੁਹੰਮਦ ਅਨਵਰ ਗੁਰਨਾਮ ਸਿੰਘ ਫਿਰ ਬਾਬ ਸਿੰਘ ਲਿਖਦੇ ਨੇ ਅਭਿਨੰਦਨ ਪਾਕਿਸਤਾਨ ਤੋਂ ਚਪੇੜਾ ਖਾ ਕੇ ਮੁੜਿਆ ਸੀ ਜੋ ਸਭ ਨੂੰ ਪਤਾ ਹੈ ਅਭਿਨੰਦਨ ਤੇ ਗਿੱਧਾ ਪਾਉਣ ਨੂੰ ਵੀ ਰਾਜ਼ੀ ਸੀ ਪਰ ਪਾਕਿਸਤਾਨ ਦੀ ਦਰਿਆਦ ਦਲੀ ਦੀ ਤਾਰੀਫ ਹੈ ਜੋਨਾ ਪੰਘੜਾ ਪਾ ਕੇ ਉਹਦੀ ਇੱਜ਼ਤ ਰੱਖਦੀ ਵਾਕਿਆ ਉਹ ਤਾਂ ਸਲਵਾਰ ਪਾ ਕੇ ਕਿੱਦਾਂ ਖੋਦਾ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਫਿਰ ਵੀ ਜਿਹੜਾ ਦਰਿਆ ਦੇ ਲਈ ਹੈ ਪਾਕਿਸਤਾਨ ਦੀ ਸਚਾਈ ਭਾਰਤ ਦੀ ਇਹ ਹੈ ਕਿ 70 ਕਰੋੜ ਆਵਾਮ ਕੋਲ ਖਾਣ ਨੂੰ ਰੋਟੀ ਨਹੀਂ ਹਗਣ ਨੂੰ ਪੇਪਰ ਟਾਇਲਟ ਨਹੀਂ ਪਰ ਗੱਪਾਂ ਛੱਡਣੀਆਂ ਰਾਫੇਲ ਅਪਾਚੀ ਮਿਗ ਸ਼ੇਕ ਤੇ ਕਈ ਕੁਝ ਕਿ ਮੈਂ ਸਿਰਫ ਇਹ ਹੀ ਕਹਾਂਗਾ ਕਿ ਖਾਮੋਸ਼ ਬਿਲਕੁਲ ਠੀਕ ਹੈ ਗੁਰਪਾਲ ਸਿੰਘ ਚੀਮਾ ਕਹਿੰਦੇ ਨੇ ਗੁਰੂ ਦੀ ਫਲਵਾੜੀ ਤੁਸੀਂ ਸਾਰੇ ਇੱਕ ਗੁਰੂ ਮਾਲੀ ਦੇ ਪੰਥ ਰੂ ਬਾਗ ਦੇ ਪੰਥ-ਪਾਨ ਦੇ ਨਿਆਰੇ ਫੁੱਲੋ ਭਾਈ ਵਿਚਾਰਾਂ ਦੇ ਵਖ ਹੋਣ ਦਾ ਮਤਲਬ ਵਿਰੋਧ ਕਰਨਾ ਨਹੀਂ ਹੁੰਦਾ ਭਾਈ ਕਿਉਂਕਿ ਹਰ ਇੱਕ ਫੁੱਲ ਦੀ ਆਪਣੀ ਖੁਸ਼ਬੂ ਤੇ ਪਛਾਣ ਹੁੰਦੀ ਹੈ ਪੰਥ-ਪਾਨ ਦੇ ਫੁੱਲਾਂ ਨਾਲ ਭਰਿਆ ਤੇ ਸਜਿਆ ਗੁਰੂ ਪੰਥ ਜ਼ਿਆਦਾ ਸੋਹਣਾ ਲੱਗਦਾ ਹੈ ਭਾਈ ਹਰ ਵਿਚਾਰ ਦਾ ਅੰਤ ਸ਼ਬਦ ਹੀ ਹੈ ਜੋ ਹਰ ਵਿਚਾਰ ਦਾ ਸਾਰਤੱਤ ਕੇਂਦਰ ਬਿੰਦੂ ਹੈ ਭਾਈ ਰਸਤੇ ਵੱਖਰੇ ਹੋ ਸਕਦੇ ਹਨ ਪਰ ਸਾਰੇ ਪੰਥ ਦੀ ਮੰਜ਼ਿਲ ਇੱਕ ਆਜ਼ਾਦੀ ਹੀ ਹੈ ਬੇਨਤੀ ਕੌਮੀ ਆਜ਼ਾਦੀ ਦੇ ਨਾਲ ਮਾਨਸਿਕ ਆਜ਼ਾਦੀ ਬਾਰੇ ਵੀ ਜ਼ਰੂਰ ਅਰਦਾਸ ਬੇਨਤੀ ਕਰਿਆ ਕਰੋ ਭਾਈ ਪੰਥ ਦੀ ਸੰਪੂਰਨ ਆਜ਼ਾਦੀ ਸਰੀਰਕ ਤੇ ਮਾਨਸਿਕ ਉਸ ਦਿਨ ਹੋਏਗੀ ਜਿਸ ਦਿਨ ਕਲਗੀਆਂ ਵਾਲੇ ਦਸ਼ਮੇਸ਼ ਦਸ਼ਮੇਸ਼ ਪਾਤਸ਼ਾਹ ਆਪਣੇ ਨਾਦੀ ਪੁੱਤਰਾ ਵਿੱਚ ਆਪਣੇ ਬਿੰਦੀ ਪੁੱਤਰਾ ਨੂੰ ਨਿਹਾਰਨਗੇ ਭਾਈ ਵਾਹ ਹੂੰ ਤੁਹਾਡਾ ਖਾਲਸਾ ਹੋ ਜਾਣਾ ਹੀ ਜੀਵਨ ਦੀ ਆਜ਼ਾਦੀ ਦੀ ਆਖਰੀ ਮੰਜ਼ਲ ਹੈ ਪਰ ਫੈਸਲਾ ਤੁਸੀਂ ਕਰਨਾ ਹੈ ਆਜ਼ਾਦੀ ਜਾਂ ਗੁਲਾਮੀ ਰਾਜਵਿੰਦਰ ਸਿੰਘ ਰਾਣੇ ਅੱਜ ਫਿਰ ਸਿਰਫ ਫਤਿਹ ਬੁਲਾਈ ਹੈ ਨਹੀਂ ਤਾਂ ਉਹਦਾ ਕਮੈਂਟਸ ਹੁੰਦੇ ਅੱਜ ਬਿਜ਼ੀ ਹੋਣਗੇ ਔਰ ਜਸਪੀਤ ਸਿੰਘ ਨੇ ਪੁੱਛਿਆ ਕਿ ਉਹਰਾ ਨੇ ਪੁੱਛਿਆ ਕਿ ਵਾਈ ਇੰਡੀਆ ਫਰੀਡ ਫਰਮ ਚਾਈਨਾ ਨਾਟ ਫਰਮ ਪਾਕਿਸਤਾਨ ਹੂੰ ਆ ਨਹੀਂ ਉਹਨਾਂ ਨੂੰ ਵੀ ਪਤਾ ਹੈ ਵੀ ਚਾਈਨਾ ਔਰ ਪਾਕਿਸਤਾਨ ਦੋਵੇਂ ਪਾਸੇ ਨੇ ਪਰ ਇੰਟੀਮੀਡੇਟ ਕੋਈ ਕੋਈ ਉਹਨਾਂ ਦਾ ਔਰ ਵੈਦਰ ਫਰੈਂਡਸ ਨੇ ਔਰ ਇਸ ਵੇਲੇ ਤਾਂ ਜਿਹੜਾ ਗਿਲਗਿਤ ਬਲਿਸਤਾਨ ਹੈ ਉੱਥੇ ਦਾ ਜੁਆਇੰਟ ਐਕਟੀਵਿਟੀ ਹੈ ਲੇਕਿਨ ਕਿਉਂਕਿ ਇੰਟੀਮੀਡੇਟ ਕਰਨਾ ਚਾਹੁੰਦੇ ਨੇ ਉਸ ਦੇ ਨਾਲ ਹਿੰਦੂ ਖੁਸ਼ ਹੁੰਦੇ ਨੇ ਮੇਨਸਟ੍ਰੀਮ ਦੇ ਅੱਛਾ ਔਰ ਹੁਣ ਅਸੀਂ ਜਿਹੜਾ ਗੁਰਬਾਣੀ ਵਿਚਾਰ ਵੰਡਦੇ ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ ਮਨਮੁਖ ਲੋਕ ਸਮਝਾਈ ਹੈ ਕਦੋਂ ਸਮਝਾਇਆ ਜਾਏ ਮਨਮੁਖ ਰੜਾਇਆ ਨਾਲੜੇ ਪਈਆ ਕਿਰਤ ਫਰਾਏ ਲਿਵ ਤਾਤ ਦੋਇ ਰਾਹ ਹੈ ਹੁਕਮੀਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਤ ਮਨ ਹੀ ਮਨ ਸਮਝਾਏ ਮਨ ਜੋ ਇੱਛਾ ਸੋਲ ਹੈ ਸਚੈ ਸ਼ਬਦ ਸੁਭਾਏ ਕੇ ਮਨਮੁਖਾਂ ਨੂੰ ਤੁਸੀਂ ਸਮਝਾ ਨਹੀਂ ਸਕਦੇ ਤੁਸੀਂ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੀ ਕਦਰ ਕੀਮਤ ਉਸ ਅਹਿਸਾਸ ਨਹੀਂ ਕਰਵਾ ਸਕਦੇ ਉਹਨਾਂ ਨੂੰ ਤੁਸੀਂ ਨਾਲ ਰੜਾਣਾ ਵੀ ਚਾਹ ਨਾਲ ਰਾ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਉਹ ਕਿਰਤ ਨਹੀਂ ਹੈ ਉਸ ਪਾਸੇ ਦੀ ਕਮਾਈ ਨਹੀਂ ਹੈ ਤੇ ਕਿਵੇਂ ਤੁਸੀਂ ਉਹਨਾਂ ਨੂੰ ਸਮਝਾ ਰਹੋਗੇ ਇਹ ਇੱਕ ਐਕਸਰਸਾਈਜ਼ ਇਨ ਫਰਟੀਲਿਟੀ ਹੋਏਗੀ ਕਿਉਂਕਿ ਉਹਨਾਂ ਦਾ ਨਾ ਵਾਹਿਗੁਰੂ ਦੇ ਨਾਲ ਉਹਨਾਂ ਦੀ ਲਿਵ ਲੱਗੀ ਹੋਈ ਹੈ ਨਾ ਉਹਨਾਂ ਨੇ ਕੋਈ ਉਸ ਰਸਤੇ ਨੂੰ ਚੁਣਿਆ ਉਹ ਤਾਂ ਮਾਇਆ ਦੇ ਨਾਲ ਲੱਗੇ ਹੋਏ ਨੇ ਲਿਵ ਤਾਂ ਦੁਇਰਾ ਹੈ ਹੁਕਮੀਕਾਰ ਕਮਾਏ ਇੱਕ ਪਾਸੇ ਲਿਵ ਦੀ ਦੁਨੀਆ ਇੱਕ ਪਾਸੇ ਦੁਨੀਆਦਾਰੀ ਮਾਇਆ ਦੀ ਦੁਨੀਆ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵਟੀ ਲਾਇਆ ਗੁਰਮੁਖ ਨੇ ਤਾਂ ਸ਼ਬਦ ਦਾ ਰਸਤਾ ਚੁਣਿਆ ਮਨ ਨੂੰ ਮਾਰ ਲਿਆ ਹਮੇ ਬਾਹਰ ਕੱਢੀ ਔਰ ਸ਼ਬਦ ਦੀ ਕਸਵਟੀ ਦੇ ਉੱਤੇ ਮਾਇਆ ਨੂੰ ਜਿਹੜਾ ਛਟਕ ਕੇ ਪਰੇ ਸੁਰਤੈ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਜ ਸਮਝਾਏ ਮਨ ਜੋ ਇੱਛਾ ਸੋਲ ਹੈ ਸੱਚਾ ਸ਼ਬਦ ਸੁਭਾਏ ਕਿਉਂਕਿ ਅਲਟੀਮੇਟਲੀ ਲੜਾਈ ਤਾਂ ਮਨ ਚ ਹੀ ਹੁੰਦੀ ਹੈ ਔਰ ਮਨ ਜੀਤੇ ਜਗ ਜੀ ਕਿ ਤੁਸੀਂ ਦੁਨੀਆ ਨੂੰ ਫਤਿਹ ਕਰ ਲੈਂਦੇ ਹੋ ਤੁਸੀਂ ਮਨ ਨੂੰ ਫਤਿਹ ਕਰੋ ਮਨ ਨਾਲ ਹੀ ਝਗੜਾ ਹੈ ਮਨ ਦੇ ਨਾਲ ਹੀ ਤੁਸੀਂ ਅਲਟੀਮੇਟਲੀ ਮਨਜ ਹੁੰਦਾ ਵਿਚਾਰ ਮਨ ਦੇ ਵਿੱਚ ਉਹ ਡਿਬੇਟ ਸੰਕਲਪ ਔਰ ਵਿਕਲਪਤਾ ਹੁੰਦਾ ਇਹਨਾਂ ਨੇ ਸੰਸਕ੍ਰਿਤ ਵਿੱਚ ਇੱਕ ਸ਼ਲੋਕ ਹੈ ਉਹਨਾਂ ਨੇ ਡਿਫਾਈਨ ਕੀਤਾ ਵੀ ਮਨ ਕੀ ਹੈ ਹੂੰ ਤੇ ਮਨਸਤੂ ਸੰਕਲਪਾ ਵਿਕਲਪਾ ਦਿਭੀ ਹੂੰ ਸੰਕਲਪ ਤੇ ਵਿਕਲਪ ਜਿਵੇਂ ਇੱਕ ਤੁਹਾਨੂੰ ਇਧਰੇ ਦੀ ਤਰੰਗ ਆ ਰਹੀ ਹੈ ਕੋਈ ਕੁਦਰਤ ਦੀ ਤਰੰਗ ਆ ਰਹੀ ਹੈ ਕਬ ਹੂੰ ਜੀੜਾ ਉਬ ਚੜਤ ਹੈ ਕਬ ਹੂੰ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਤ ਹੈ ਚਾਰੇ ਕੁੰਟਾਂ ਪਾ ਘੁੰਮ ਰਿਆ ਚਾਰ ਜਫਰੇ ਬਿਲਕੁਲ ਲੋਭੀ ਜੀੜਾ ਇਹਨੇ ਫਿਰ ਇਸ ਮਨ ਖੁੱਟਰ ਹਰ ਕਾ ਨਹੀਂ ਵਿਸਾਸ ਕੋਟਾ ਇਹਦਾ ਕੋਈ ਵਿਸਾਸ ਨਹੀਂ ਹੈ ਉਰਹੀ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਤ ਮਨ ਹੀ ਮਨ ਸਮਝਾਏ ਕਿ ਮਨ ਨੂੰ ਹੀ ਤੁਸੀਂ ਐਟ ਪੀਸ ਕਰ ਬਾਇ ਜੋ ਕਰਨੇ ਮਨ ਜੋ ਇੱਛੇ ਸੋਲ ਹੈ ਸੱਚ ਹੈ ਸ਼ਬਦ ਸੁਭਾਏ ਤੇ ਜੇ ਮਨ ਦੀ ਚਾਨ ਨਾਨਕ ਨਾਮ ਮਿਲਿਆ ਤਾਂ ਜੀਵਾ ਹੋਏਗਾ ਫਿਰ ਉਹ ਉਸ ਸੱਚੇ ਸ਼ਬਦ ਦੇ ਨਾਲ ਜੁੜਿਆ ਹੋਇਆ ਉਸ ਆਨੰਦ ਨੂੰ ਪ੍ਰਾਪਤ ਕਰੇਗਾ ਅਮਰਤ ਨਾਮ ਸਦ ਪੁੰਚੀ ਹੈ ਗੁਰਮੁਖ ਕਾਰ ਕਮਾਏ ਵਿਣ ਮਨ ਜੇ ਹੋਰੀ ਨਾਲ ਲੁਝਣਾ ਜਾਸੀ ਜਨਮ ਗਵਾਏ ਮਨ ਮੁਖੀ ਮਨ ਹਟ ਹਾਰਿਆ ਕੂੜਕ ਸਤ ਕਮਾਏ ਗੁਰ ਪ੍ਰਸਾਦੀ ਮਨ ਜਿਣੇ ਹਰ ਸੇਤੀ ਲਿਵਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖ ਆ ਬਹਿ ਜਾਏ ਇਹ ਜੇ ਸਲੋਕ ਹੀ ਚੱਲ ਰਿਹਾ ਕਿ ਜਿਹੜੇ ਗੁਰਮੁਖ ਨੇ ਉਹ ਅੰਮ੍ਰਿਤ ਨਾਮ ਸਦ ਪੁੰਚੀ ਹੈ ਗੁਰਮੁਖ ਕਾਰ ਕਮਾਏ ਉਹ ਹਮੇਸ਼ਾ ਉਸ ਅੰਮ੍ਰਿਤ ਰੂਪੀ ਨਾਮ ਨੂੰ ਹੀ ਗ੍ਰਹਿਣ ਕਰਦੇ ਨੇ ਗੁਰਮੁਖਾਂ ਵਾਲਾ ਜੀਵਨ ਜਿਉਂਦੇ ਨੇ ਉਹਨਾਂ ਦੀ ਕਾਰ ਉਹੀ ਹੁੰਦੀ ਐ ਵਿਣ ਮਨੈ ਜੇ ਹੋਰੀ ਨਾਲ ਲੁੱਝਣਾ ਜਾਸੀ ਜਨਮ ਗਵਾਏ ਜੇ ਤੁਸੀਂ ਹੋਰ ਦੇ ਵਿੱਚ ਫਸੇ ਹੋ ਦੂਜੇ ਭਾਅ ਚ ਫਸੇ ਹੋ ਮਾਇਆ 'ਚ ਫਸੇ ਹੋ ਤਾਂ ਫੇਰ ਇਉ ਮੰਨੋ ਕਿ ਵੀ ਤੁਹਾਡਾ ਇਹ ਜਨਮ ਜਿਹੜਾ ਉਹ ਬਿਰਥਾ ਜਾ ਰਿਹਾ ਹੈ ਮਨ ਮੁਖੀ ਮਨ ਹਟ ਹਾਰਿਆ ਕੂੜਕ ਸਤ ਕਮਾਏ ਜਿਹੜੇ ਮਨ ਮੁਖ ਨੇ ਉਹ ਮਨ ਦੇ ਮਗਰ ਲੱਗੇ ਹੋਏ ਨੇ ਉਹ ਤਾਂ ਕਹਿੰਦੇ ਨੇ ਜੀ ਇਹ ਜਗ ਮਿੱਠਾ ਅਗਲਾ ਕਿਹਨ ਡਿੱਠਾ ਕੌਣ ਦੱਸਣਾ ਹੈ ਐਵੇਂ ਫਜ਼ੂਲ ਦੀਆਂ ਗੱਲਾਂ ਨੇ ਔਰ ਇੱਥੇ ਹੀ ਖਾਓ ਪੀਓ ਕਰੋ ਆਨੰਦ पांडे मानजे परमानंद ऐश ਕਰੋ बाकी ਇਹ ਆਮ ਤੁਹਾਨੂੰ ਆਪਣੇ ਚ ਵੀ ਜਿਨ੍ਹਾਂ ਦੇ ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਘਰ ਜੰਮੇ ਹੋਏ ਨੇ ਇਸ ਕਿਸਮ ਦੀਆਂ ਗੱਲਾਂ ਕਰਦੇ ਮਿਲ ਜਾਣਗੇ ਮਨਮੁਖੀ ਮਨ ਹਟ ਹਾਰਿਆ ਇਹ ਫਿਰ ਮਨਮੁਖ ਜਿਹੜੇ ਨੇ ਇਸ ਮਨ ਦੇ ਅੱਗੇ ਹਾਰ ਚੁੱਕੇ ਹੋਏ ਨੇ ਕੂੜਕ ਸਤ ਕਮਾਏ ਫਿਰ ਝੂਠ ਇਹਨਾਂ ਜੋ ਨਿਕਲਦਾ ਕਸਤ ਇਹਨਾਂ ਦੀ ਜ਼ਿੰਦਗੀ ਚ ਸੱਚਾਈ ਨਹੀਂ ਹੁੰਦੀ ਗੁਰਪ੍ਰਸਾਦੀ ਮਨ ਜਿਣੇ ਗੁਰਬਾਣੀ 'ਚ ਬਹੁਤ ਸਾਰੀ ਥਾਂ ਤੇ ਜਿਹੜੋਂ ਅੱਜ ਲਫ਼ਜ਼ ਅਸੀਂ ਜਿੱਤਣਾ ਕਹਿੰਦੇ ਆਂ ਪੁਰਾਤਨ ਪੰਜਾਬੀ ਦੇ ਵਿੱਚ ਜਿਣਨਾ ਵੀ ਜਿੱਤਣ ਨੂੰ ਹੀ ਕਹਿੰਦੇ ਸੀ ਹਾਂ ਔਰ ਇਹ ਜਦੋਂ ਇਵਨ ਸੱਚਖੰਡ ਦੇ ਹਵਾਲੇ ਨਾਲ ਵੀ ਤੇਰੇ ਨਾਮ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲੇ ਜਿਣ ਗਏ ਇਹਦੇ 'ਚ ਵੀ ਜਿਣ ਹੈ ਜਿੱਤ ਦੀ ਸੈਂਸ ਦੇ ਵਿੱਚ ਗੁਰਪ੍ਰਸਾਦੀ ਮੰਨ ਜਿਣ ਹੈ ਹਰ ਸੇਤੀ ਲਿਵਲਾਈ ਕਿ ਗੁਰੂ ਦੀ ਕਿਰਪਾ ਦੇ ਨਾਲ ਮਨ ਨੂੰ ਜਿੱਤਿਆ ਜਾਂਦਾ ਔਰ ਫੇਰ ਵਾਹਿਗੁਰੂ ਦੇ ਨਾਲ ਤੁਹਾਡੀ ਪ੍ਰੀਤ ਨਿਭਦੀ ਹੈ ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾ ਕਿਉਂਕਿ ਗੁਰਮੁਖ ਫਰਮਾਨਮੁਖ ਪੈਰਲ ਚੱਲ ਰਹੇ ਨੇ ਸਾਡਾ ਮਨ ਵੀ ਇਹਨਾਂ ਦੋਨੋਂ ਹੀ ਉਹ ਪੈਂਡੂਲਮ ਦੀ ਤਰ੍ਹਾਂ ਕਦੇ ਇਸ ਪਾਸੇ ਚਲਾ ਜਾਂਦਾ ਕਦੇ ਉਸ ਪਾਸੇ ਚਲਾ ਜਾਂਦਾ ਥਿਰਤਾ ਮਨ ਉਦੋਂ ਹੀ ਹੁੰਦਾ ਮਨਵਾਸ ਆਵੇ ਨਾਨਕਾ ਜਪੂਰਨ ਕਿਰਪਾ ਹੋਈ ਅਦਰਵਾਈਜ਼ ਅਸੀਂ ਵੀ ਅੱਧਾ ਦਿਨ ਮਨਮੁਖੀ ਜੀਵਨ ਹੁੰਦਾ ਫਿਰ ਥੋੜਾ ਬਹੁਤ ਲੱਗਦਾ ਬਾਣੀ ਦਾ ਤੁਸੀਂ ਕੋਈ ਝਟਕਾ ਲੱਗੇ ਫਿਰ ਐ ਤੁਹਾਨੂੰ ਲੱਗਦਾ ਵੀ ਸੁਰਤ ਲੱਗਣ ਲੱਗੀ ਫਿਰ ਆ ਜਾਂਦੇ ਆ ਉਹ ਸਾਰੇ ਜਿਹੜੇ ਖਿਆਲ ਕਦੇ ਨਹੀਂ ਆਏ ਹੁੰਦੇ ਜਦੋਂ ਤੁਸੀਂ ਪਾਠ ਕਰਨ ਲੱਗਦੇ ਉਦੋਂ ਹੀ ਆ ਜਾਂਦੇ ਉਹ ਆ ਕੇ ਬਹਿ ਜਾਂਦਾ ਕਲਯੁਗ ਕੋਲ ਕਹਿੰਦਾ ਮੈਂ ਨਹੀਂ ਜਾਣਦਾ ਨਾ ਸਤਜੁਗ ਚ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ ਕਲਯੁਗ ਵਿਛੋੜੇ ਦਾ ਨਾ ਹੈ ਔਰ ਇਸ ਸ਼ਲੋਕ ਦੇ ਭਾਵ ਨੂੰ ਸਪਸ਼ਟ ਕਰਦੀ ਪੌੜੀ ਹੈ ਹਰ ਕੇ ਸੰਤ ਜਨੋਂ ਜਨ ਪਾਈ ਹਰ ਸਤਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖਮਸਤਕ ਤੈਨ ਜਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰਬਚਨੀ ਸਹਿਜੇ ਚਾਖੀ ਤੈ ਪਿਆ ਪ੍ਰਗਾਸ ਮਿਟਿਆ ਅੰਧਾਰਾ ਜਿਉਂ ਸੂਰਜ ਰੈਣ ਕਿ ਰਾਖੀ ਅਦਿਸ਼ਟ ਅਗੋਚਰ ਲਖਨ ਰੰਝਣ ਸੋ ਦੇਖਿਆ ਗੁਰਮੁਖ ਆਖੀ ਕਿ ਹਰ ਕੇ ਸੰਤ ਸੁਣੋ ਜਨ ਪਾਈ ਹਰ ਸਤਗੁਰ ਕੀ ਇੱਕ ਸਾਖੀ ਏ ਵਾਹਿ ਗੁਰੂ ਦੇ ਪਿਆਰਿਓ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੈਰੀ ਬਾਣੀ ਐ ਸਿਰ ਬਾਣੀ ਇਹ ਉਸੇ ਪ੍ਰੇਮ ਸਾਧ ਦੇ ਵਿੱਚ ਗੁਰੂ ਅਮਰਦਾਸ ਅਨੰਦ ਸਾਹਿਬੀ ਗੁਰੂ ਅਮਰਦਾਸ ਜੀ ਦਾ ਇਹ ਜਿਵੇਂ ਤੁਸੀਂ ਆਪਣੀਆਂ ਸਹੇਲੀਆਂ ਨੂੰ ਆਵਾਜ਼ ਮਾਰਦੇ ਹੋ ਕਿ ਆਓ ਭੈਣੋ ਬੈਠੋ ਉਸ ਪਿਆਰੇ ਦੀਆਂ ਗੱਲਾਂ ਕਰੀਏ ਉਸ ਵਾਹਿਗੁਰੂ ਦੀਆਂ ਜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਗੁਰ ਕੀ ਇੱਕ ਸਾਖੀ ਉਸ ਦੀ ਇੱਕ ਸਾਖੀ ਸੁਣੋ ਉਸ ਵਾਹਿਗੁਰੂ ਦੀਆਂ ਬਖਸ਼ਾਂ ਦਾ ਇਹ ਦੇਖੋ ਜਿਸ ਤੁਰ ਭਾਗ ਹੋਵੇ ਮੁਕਮਸਤਕ ਤਿੰਨ ਜਨ ਲੈ ਹਿਰਦੈ ਰੱਖੇ ਕਿ ਜਿਹਦੇ ਮੱਥੇ ਦੇ ਉੱਤੇ ਭਾਗ ਲਿਖੇ ਹੋਏ ਨੇ ਉਹੀ ਜਨ ਬਣ ਕੇ ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਅੰਦਰ ਸਮਾ ਕੇ ਉਹ ਰੂਹ ਰੱਖਦੇ ਹੈ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਚ ਆਖੀ ਉਹ ਜਿਹੜਾਂ ਦੇ ਵੱਡੇ ਭਾਗ ਨੇ ਉਹ ਉਸ ਗੁਰੂ ਦੇ ਪਿਆਰ ਦੀਆਂ ਗੱਲਾਂ ਨੂੰ ਆਪਣੇ ਅੰਦਰ ਜਮ ਕਰਕੇ ਆਪਣੇ ਦਿਲ ਦੇ ਅੰਦਰ ਵਸਾ ਕੇ ਉਸ ਸ੍ਰੇਸ਼ਟ ਉੱਤਮ ਵਾਗ ਗੁਰੂ ਦੀ ਯਾਦ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਂਦੇ ਨੇ ਤੈ ਭਿਆ ਪ੍ਰਗਾਸ ਮਿਟਿਆ ਅੰਧਿਆਰ ਉਹਨਾਂ ਦੇ ਅੰਦਰ ਚਾਨਣ ਹੁੰਦਾ ਨੂਰ ਹੁੰਦਾ ਹਨੇਰਾ ਜਿਹੜਾ ਉਹ ਭੱਜ ਜਾਂਦਾ ਜੋ ਸੂਰਜ ਰੈਣ ਕਰਾਖੀ ਇਹ ਇਵੇਂ ਹੀ ਦੌੜਦਾ ਹਨੇਰਾ ਜਿਵੇਂ ਸੂਰਜ ਨੂੰ ਦੇਖਦੇ ਆਈ ਰਾਤ ਦੀ ਜਿਹੜੀ ਹਨੇਰੇ ਵਾਲੀ ਲਾਈਨ ਹੈ ਉਹ ਕਿਵੇਂ ਭੱਜ ਜਾਂਦੀ ਹੈ ਜਦੋਂ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਇਹ ਚਾਨਣ ਹੁੰਦਾ ਜੋਵੇਂ ਸੂਰਜ ਵਾਂਗ ਜਿਵੇਂ ਅਕਾਰਪੁਰਖ ਦੀ ਰਹਿਮਤ ਆ ਤੈ ਪਿਆ ਪ੍ਰਗਾਸ ਮਿਟਿਆ ਅੰਧਿਆਰਾ ਜੋ ਸੂਰਜ ਰੈਣ ਕੇ ਰਾਖੀ ਜਿਵੇਂ ਸੂਰਜ ਦੀ ਕਿਰਨ ਦੇ ਆਉਣ ਨਾਲ ਜਿਹੜਾ ਹਨੇਰਾ ਦੌੜ ਜਾਂਦਾ ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਉਹ ਜਦੋਂ ਤੁਸੀਂ ਵਾਹਿਗੁਰੂ ਦੇ ਟ੍ਰੇਟਸ ਗੁਰਬਾਣੀ ਨੇ ਜਿਹੜੇ ਬਿਆਨੇ ਨੇ ਕਿ ਨਾ ਉਸ ਨੂੰ ਤੁਸੀਂ ਦੇਖ ਸਕਦੇ ਹੋ ਨਾ ਉਸ ਨੂੰ ਮਾਪ ਸਕਦੇ ਹੋ ਨਾ ਉਹਦਾ ਭਾਰ ਤੋਲ ਸਕਦੇ ਹੋ ਨਾ ਉਸ ਦੀ ਉਸ ਦਾ ਕਦਮਣ ਸਕਦੇ ਹੋ ਨਾ ਉਹ ਅੱਖਾਂ ਨਾਲ ਦੇਖਿਆ ਜਾਂਦਾ ਪਰ ਉਹ ਜਿਹੜਾ ਵਾਹਿਗੁਰੂ ਜਿਹੜਾ ਅਦਿਸ਼ਟ ਹੈ ਅਗੋਚਰ ਹੈ ਅਲਖ ਹੈ ਲਖਿਆ ਨਹੀਂ ਜਾ ਸਕਦਾ ਨਿਰੰਜਨ ਹੈ ਸੋ ਦੇਖਿਆ ਗੁਰਮੁਖ ਆਖੀ ਉਸ ਨੂੰ ਜਿਹੜੇ ਗੁਰਮੁਖ ਨੇ ਗੁਰੂ ਦੇ ਰਾਹ ਤੇ ਤੁਰੇ ਹੋਏ ਉਹ ਆਪਣੀਆਂ ਅੱਖਾਂ ਦੇ ਨਾਲ ਉਹਨੂੰ ਵੇਖ ਲੈਂਦੇ ਨੇ ਹਮ ਔਰ ਲੇਕਨ ਇਹ ਉਹ ਅੱਖਾਂ ਨਹੀਂ ਨੇ ਜਿਹਨੂੰ ਜਿਹੜੀਆਂ ਸਾਡੀਆਂ ਮਾਦੀ ਅੱਖਾਂ ਨੇ ਇਹ ਉਹ ਅੱਖਾਂ ਨੇ ਜਿਹਨੂੰ ਸਿੰਧੀ ਜ਼ੁਬਾਨ ਦੇ ਡਾਇਲੈਕਟ ਚ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਨਾਨਕ ਸਾ ਅਖੜੀਆਂ ਬਿਆਨ ਜਿਨਾ ਡਿਸੰਦੋ ਮਾਂ ਪੀਰੀ ਹਮ ਸਿੰਧੀ ਹੈ ਕਿ ਉਹ ਅੱਖਾਂ ਹੋਰ ਹੁੰਦੀਆਂ ਨੇ ਬਿਆਨ ਨੇ ਨਾਨਕ ਸਾ ਅਖੜੀਆਂ ਬਿਆਨ ਜਿਨਾ ਡਿਸੰਦੋ ਸਿੰਧੂ ਦੇ ਵਿੱਚ ਦੱਦੇ ਨੂੰ ਡੱਡਾ ਬੋਲਿਆ ਜਾਂਦਾ ਹੈ ਕਿ ਜਿਨ੍ਹਾਂ ਦੇ ਮਾਂ ਆਪਣਾ ਪਰੀ ਪਿਆਰਾ ਉਹ ਅੱਖਾਂ ਹੋਰ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਆਪਣੇ ਪਿਆਰੇ ਨੂੰ ਦੇਖਿਆ ਜਾਂਦਾ ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੋਸਤਨ ਆਪਣੇ ਈਵਰਜ਼ ਕੋਲ ਲੈਣੇ ਇਜਾਜ਼ਤ ਵੀਵਰਜ਼ ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਸਪਤੇ ਤੇ ssrtv4.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਖਵਾਂਗੇ ਤਦ ਤੱਕ ਲਈ ਮੈਨੂੰ ਉਤੇ ਪੁਨਰਸਰ ਆ ਗਿਆ ਦੋ ਦੇਖਦੇ ਰਹੋ ਟੀਵੀ 4 ਬੁਲਾਦੇ ਹੋ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬ ਰਾਖਾ